ਜਸਟਿਸ ਦੇਖ ਰਹੇ ਤੁਸੀਂ ਮੈਂ ਕੇ ਪੀ ਸਿੰਘ ਤੁਹਾਡਾ ਸਵਾਗਤ ਕਰਦਾ ਪੰਜਾਬ ਕਾਂਗਰਸ ਵਿੱਚ ਕਲੇਸ਼ ਪਹਿਲੀ ਵਾਰ ਨਹੀਂ ਪਿਆ ਇਸ ਤੋਂ ਪਹਿਲਾਂ ਵੀ ਕਈ ਵਾਰ ਕਲੇਸ਼ ਪੈ ਰਿਹਾ ਪੈ ਚੁੱਕਿਆ ਪਰ ਸਵਾਲ ਹੈ ਹੁਣ ਵੱਡੇ ਇਸ ਕਰਕੇ ਹੋ ਗਿਆ ਕਿ ਕਲੇਸ਼ ਸਿਰਫ ਮੀਡੀਆ ਦੇ ਕੈਮਰੇ ਅੱਗੇ ਨਹੀਂ ਸੜਕਾਂ ਤੇ ਨਹੀਂ ਹੈਗਾ ਇਹ ਸਦਨ ਵਿੱਚ ਪੈ ਚੁੱਕਿਆ ਜੋ ਪੰਜਾਬ ਵਿਧਾਨ ਸਭਾ ਦਾ ਬਜਟ اجلاس ਖਤਮ ਹੁੰਦਾ ਤੇ ਉਸ ਤੇ ਸਵਾਲ ਜੋ ਚੁੱਕੇ ਜਾਂਦੇ ਆ ਸਾਰੇ ਚੈਨਲ ਜਾਂ ਸਾਰਾ ਮੀਡੀਆ ਇਹ ਚਰਚਾ ਕਰਨ ਵਿੱਚ ਲੱਗਿਆ ਕਿ ਹੰਗਾਮੇਦਾਰ اجلاس ਰਿਹਾ ਹੰਗਾਮੇਦਾਰ اجلاس ਕਿਉਂ ਰਿਹਾ ਇਸ ਦੀ ਵਜ੍ਹਾ ਕੌਣ ਦੱਸੇਗਾ ਅਸੀਂ ਦੱਸਾਂਗੇ ਕੈਪਟਨ ਦੇ ਨੌ ਰਤਨ ਜਿਨ੍ਹਾਂ ਨੇ ਸਵਾਲ ਚੁੱਕੇ ਨੌ ਰਤਨ ਕਿਹੜੇ-ਕਿਹੜੇ ਆ ਉਹਨਾਂ ਚ ਵਜ਼ੀਰ ਤੇ ਵ代ਕ ਕਿਹੜੇ-ਕਿਹੜੇ ਆ ਉਹ ਸਾਰਾ ਤੁਸੀਂ ਗ੍ਰਾਫਿਕਲੀ ਸਾਰੀ ਇਨਪੁਟ ਦੇਖੋਗੇ ਵੀ ਕਿਹੜੇ-ਕਿਹੜੇ ਮੁੱਦਿਆਂ ਤੇ ਸਾਰੀ ਗੱਲਬਾਤ ਹੋਈ ਆ ਪਰ ਸਭ ਤੋਂ ਵੱਡਾ ਮੁੱਦਾ ਮਾਫੀਆ ਦਾ ਮਾਫੀਆ ਦੇ ਮੁੱਦੇ ਤੋਂ ਇਲਾਵਾ ਹੋਰ ਜਿਹੜੇ ਮੁੱਤੇ ਹੈ ਕਿ ਨਵਜ ਸਿੱਧੂ ਦੀ ਚੁੱਪ ਤੇ ਸਦਨ ਚੋਂ ਗੈਰ ਹਾਜ਼ਰੀ ਉਹ ਵੀ ਚਰਚਾ ਦਾ ਵਿਸ਼ਾ ਉਹ ਚਰਚਾ ਦਾ ਵਿਸ਼ਾ ਇਸ ਕਰਕੇ ਨਵਜ ਸਿੱਧੂ ਉੱਥੇ ਨਹੀਂ ਆਏ ਪਰ ਉਹਨਾਂ ਦੀ ਟੀਮ ਖੇਡਦੀ ਪਈ ਆ ਸਦਨ ਦੇ ਵਿੱਚ ਇਹ ਸਵਾਲ ਵੀ ਆਪਣੇ ਵਿੱਚ ਵੱਡੇ ਆ ਤੇ ਸਵਾਲੇ ਪੁੱਛਿਆ ਜਾਵੇਗਾ ਆਪਣੇ ਹੀ ਕੈਪ ਨਿਸ਼ਾਨੇ ਤੇ ਕੈਪਟਨ ਅਜ ਬਹਿਸ ਕਿਉਂ ਕਰੇ ਟੂ ਦਾ ਪੁਆਇੰਟ ਵੇ ਤੁਹਾਨੂੰ ਪੁਆਇੰਟ ਟੂ ਪੁਆਇੰਟ ਫਟਾਫਟ ਦੱਸ ਦਈਏ ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ਮੋੜ ਜਗਚਾਰ ਹੋ ਗਿਆ ਪੰਜਾਬ ਵਿਧਾਨ ਸਭਾ ਦੇ ਬਜਟ ਇਲਾਜ ਵਿੱਚ ਆਪਣਿਆਂ ਨੇ ਖਰੀ ਖਰੀਆਂ ਸੁਣਾ ਦਿੱਤੀਆਂ ਕਾਂਗਰਸੀ ਵਿਧਾਇਕਾਂ ਨੇ ਵੱਖ-ਵੱਖ ਮੁੱਦਿਆਂ ਤੇ ਆਪਣੀ ਹੀ ਸਰਕਾਰ ਨੂੰ ਘੇਰਿਆ ਯਾਨੀ ਕਿ ਸੈਲਫ ਗੋਲ ਵੀ ਕੀਤੇ ਗਏ ਡਰੱਗ ਰੇਟ ਟ੍ਰਾਂਸਪੋਰਟ ਸ਼ਰਾਬ ਮਾਫੀਆ ਸੋਨੇ ਬਿਜਲੀ ਸਮੇਉਂ ਹੁੰਦੇ ਤੇ ਨਰਾਜ਼ਗੀ ਜਤਾਈ ਕਿਆ ਤੇ ਇਸ ਨਰਾਜ਼ਗੀ ਦੇ ਵਿਚਾਲੇ ਸਿੱਧਾ-ਸਿੱਧਾ ਸਵਾਲ ਕੈਪਟਨ ਅਰਿੰਦ ਸਿੰਘ ਤੇ ਚੁੱਕੇ ਜਾ ਰਹੇ ਬੇਅਦਲ ਇਨਸਾਫ ਵਿੱਚ ਦੇਰੀ ਪੰਜਾਬ ਪਾਵਨ ਵਿੱਚ ਅਫਸਰਸ਼ਾਹੀ ਦੀ ਮਨਮਰਜ਼ੀ ਤੇ ਵੀ ਸਵਾਲ ਚੁੱਕੇ ਗਿਆ ਕਰਤਾਰਪੁਰ ਸਾਹਿਬ ਗਏ ਅਦਾਲੂਆ ਤੋਂ ਪੁੱਛ ਕੇ ਛੋਈਆ ਉਸ ਤੇ ਉਸ ਤੋਂ ਇਲਾਵਾ ਦਿਨਕਰ ਗੁਪਤਾ ਦਾ ਜਿਹੜਾ ਬਿਆਨ ਆ ਉਸ ਤੇ ਵਿਵਾਦ ਹੋਇਆ ਉਸ ਤੋਂ ਇਲਾਵਾ ਕੈਪਟਨ ਤੇ ਸੁਖੀ ਰੰਦਾਵਾ ਦੇ ਇਸ ਪੂਰੇ ਮ ਸੁਖੀ ਰਿੰਦਾਵਾ ਕਹਿੰਦੇ ਆ ਕਿ ਪੁਲਿਸ ਨੂੰ ਪੁੱਛਗਛ ਨਹੀਂ ਕਰਨੀ ਚਾਹੀਦੀ ਕੈਪਟਨ ਰਸੇ ਕਹਿੰਦੇ ਜੇ ਪੁਲਿਸ ਪੁੱਛਗਛ ਨਾ ਕਰਦੀ ਮੈਂ ਕਾਰਵਾਈ ਕਰਦਾ ਰਾਜ ਸਭਾ ਮੈਂਬਰ ਇਹ ਸਦਨ ਤੋਂ ਬਾਹਰ ਦੀ ਗੱਲ ਆ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਸ਼ਮਸ਼ੇਰ ਸਿੰਘ ਦੁੱਲੋ ਲਗਾਤਾਰ ਕੈਪਟਨ ਤੇ ਹਮਲੇ ਬੋਲ ਰਿਹਾ ਤੇ ਚਿੱਠੀਆਂ ਦਾ ਦੌਰ ਜਾਰੀ ਆ ਪ੍ਰਤਾਪ ਸਿੰਘ ਬਾਜਵਾ ਨੇ ਇੱਕ ਹੋਰ ਚਿੱਠੀ ਲਿਖ ਦਿੱਤੀ ਹੈ ਸ਼ਮਸ਼ੇਰ ਸਿੰਘ ਦੁੱਲੋ ਇਸ ਤੋਂ ਪਹਿਲਾਂ ਕਈ ਸਵਾਲ ਚੁੱਕ ਚੁੱਕੇ ਆ ਨਜੋਸ ਸਿੰਘ ਸਿੱਧੂ ਦੀ ਚੁੱਪ ਅਤੇ ਸਦਨ ਵਿੱਚ ਉਹ ਗੈਰ ਹਾਜ਼ਰੀ ਵੀ ਬਹਿਸ ਦਾ ਵਿਸ਼ਾ ਕਿਉਂਕਿ ਨਜੋਸ ਸਿੰਘ ਸਿੱਧੂ ਸਿੱਧਾ ਜਾ ਕੇ ਉੱਥੇ ਹਾਈ ਕਮਾਂਡ ਨੂੰ ਹੋਗੀ 2022 ਵਿੱਚ ਸੀਐਮ ਫੇਸ ਪਰ ਸੀਐਮ ਫੇਸ ਇਦਾਂ ਥੋੜੀ ਬੜਾਇਆ ਜਾਂਦਾ ਨਾ ਉਸ ਸਿੱਧੂ ਦੀ ਚੋਪਾ ਜਿਹੜੀ ਸਦਰ ਚੋਂ ਗੈਰ ਹਾਜ਼ਰੀ ਹੈ ਪਰ ਉਹਦੀ ਕੋਈ ਟੀਮ ਤਾਂ ਸਦਰ ਵਿੱਚ ਖੇਡਦੀ ਪਈ ਹੈ ਇਸ ਤੇ ਵੀ ਸਵਾਲ ਹੋਣਗੇ ਜ਼ਰੂਰ ਤੇ ਵੱਡਾ ਸਵਾਲ ਇਹ ਕੋ ਪੁੱਛ ਜਾਵੇਗਾ ਇਸ ਟੂਰਨਾਮੈਂਟ ਦੇ ਵਿੱਚ ਵੱਡਾ ਸਵਾਲ ਇਹ ਪੁੱਛਿਆ ਜਾਵੇਗਾ ਕੈਪਟਨ ਸਰਕਾਰ ਦੇ 3 ਸਾਲ ਦੇ ਕਾਰਜਕਾਲ ਤੇ ਆਪਣਿਆਂ ਦਾ ਕਾਟੋ ਕਲੇਸ਼ ਕਿਉਂ ਇਸ ਸਵਾਲ ਤੇ ਬਹਿਸ ਕਰਾਂਗੇ ਪਹਿਲਾਂ ਸਾਡਾ ਮੌਜੂਦ ਹੈਗਾ ਉਹਨਾਂ ਦਾ ਤਾਰਫ ਕਰਾ ਰਹੇ ਆ ਪਰਮੇਂਦਰ ਸਿੰਘ ਜੱਟਪੁਰੀ ਸੀਨੀਅਰ ਜਰਨਲਿਸਟ ਨੇ ਪਰਮੇਂਦਰ ਸਿੰਘ ਜੱਟਪੁਰੀ ਨੇ ਪੂਰਾ ਸਦਨ ਦੀ ਕਾਰਵਾਈ ਆ ਬਜਟ ਇਜਲਾਸ ਉਸ ਨੂੰ ਕਵਰ ਕੀਤਾ ਤੇ ਬੜੇ ਲੰਬੇ ਚੇਰ ਬਾਅਦ ਇਹਨਾਂ ਲੰਬਾ ਸਦਨ ਹੋਇਆ ਤੇ ਉਸ ਦੇ ਵਿਚਾਲੇ ਜੋ ਲੰਬੇ ਲੰਬੇ ਇਲਜ਼ਾਮ ਲੱਗਦੇ ਤੇ ਫਿਰ ਜੱਟਪੁਰੀ ਹਰਨ ਨੂੰ ਸਦਨਾ ਲਾਜ਼ਮੀ ਬੰਦਾ ਜੱਟਪੁਰੀ ਤੁਹਾਡਾ ਬਹੁਤ ਸਵਾਗਤ ਹੈ ਕੁਮਰੋਦ ਸਿੰਘ ਰਠੌਰ ਕਾਂਗਰਸ ਦੇ ਬੁਲਾਰੇ ਆ ਇਹਨਾਂ ਲਈ ਇਹ ਡਿਬੇਟ ਬੜੀ ਔਖੀ ਹੋ ਸਕਦੀ ਹੈ ਪਰ ਇਹ ਆਏ ਆ ਬੜੇ ਚਿਰਾਂ ਬਾਅਦ ਇਹਨਾਂ ਦਾ ਚਿਹਰਾ ਦੇਖਣ ਨੂੰ ਮਿਲਿਆ ਜਿਵੇਂ ਕਿ ਕੈਪਟਨ ਸਾਹਿਬ ਦੇ ਚਿਹਰੇ ਨੂੰ ਇਹਨਾਂ ਦੇ ਵਿਧਾਇਕ ਤਰਸ ਜਾਂਦੇ ਆ ਉਸ ਕਰਕੇ ਸਵਾਲ ਕੈਪਟਨ ਮਨਿਸਨ ਤੇ ਵੀ ਚੁੱਕੇ ਜਾ ਰਹੇ ਆ ਉਹਦੇ ਸਿੰਘ ਰਠੌਰ ਜੀ ਤੁਹਾਡਾ ਬਹੁਤ ਸਵਾਗਤ ਹੈ ਨੀਲ ਗਰਗ ਆਮ ਆਦੀ ਪਾਰਟੀ ਬੁਲਾਰੇ ਆ ਤੇ ਸਵਾਲ ਬਟੰਡੇ ਤੋਂ ਬਹੁਤ ਉੱਠ ਰਿਹਾ ਕਿਉਂਕਿ ਬਟੰਡੇ ਥਰਮਲ ਪਲਾਂਟ ਦਾ ਵੀ ਮੁੱਦਾ ਹੈਗਾ ਬਿਜਲੀ ਦੇ ਮੁੱਦੇ ਤੇ ਬਾਰ ਬਾਰ ਸਰਕਾਰ ਨੂੰ கேਲ ਰਿਹਾ ਪਰ ਉਸ ਤੋਂ ਇਲਾਵਾ ਸਵਾਲ ਸਰਕਾਰ ਤੇ ਮਾਫੀਆ ਰਾਜ ਦੇ ਵੀ ਹੈਗੇ ਉਹ ਵੀ ਆਮ ਆਦੀ ਪਾਰਟੀ ਚੁੱਕ ਰਹੀ ਹੈ ਪਰ ਸਵਾਲ ਹੈ ਨੀਲ ਗਰਕ ਸਾਹਿਬ ਹਰਾਂਦੀ ਆਮ ਆਦੀ ਪਾਰਟੀ ਸੁਣਦਾ ਕੌਣ ਕਿੰਨੀ ਪਿਆ ਹੈਗਾ ਨੀਲ ਗਰਕ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ ਧੰਨਵਾਦ ਜੀ ਅਰਜੀਤ ਸਿੰਘ ਕਲੇਰ ਸ਼੍ਰੋਮਣੀ ਕਾਲੇ ਬੁਲਾ ਰਿਹਾ ਹੈ ਕਲੇਰ ਸਾਹਿਬ ਦੀ ਪਾਰਟੀ ਲਗਾਤਾਰ ਉਥੇ ਮੁੱਦੇ ਚੁੱਕਦੀ ਰਹੀ ਹੈ ਤੇ ਸਰਕਾਰ ਨੂੰ ਚੈਲੰਜ ਵੀ ਕਰਦੀ ਰਹੀ ਹੈ ਤੇ ਵਿਰੋਧੀ ਕਹਿੰਦੀ ਹੈ ਕਿ ਫਰੈਂਡਸ਼ਿਪ ਮੈਚ ਖੇਡਦੇ ਆ ਇਹ ਪਰ ਫਰੈਂਡਸ਼ਿਪ ਮੈਚ ਦੇ ਵਿਚਾਲੇ ਕੱਲੇ ਕੈਪਟਨ ਅਮਰਿੰਦ ਸਿੰਘ ਤੇ ਸਵਾਲ ਉਹਨਾਂ ਦੇ ਆਪਣੇ ਨੇ ਕੋ ਚੁੱਕੇ ਹੈ ਸ਼੍ਰੋਮਣੀ ਕਾਲੇ ਤੋਂ ਵੀ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਜਿਹੜੇ ਆਪਣੇ ਸਵਾਲ ਚੁੱਕਦੇ ਪਿਓ ਕਹਿੰਦੇ ਆ ਕਿ ਅਕਾਲੀ ਦਲ ਨੂੰ ਕੈਪਟਨ ਅਮਰਿੰਦ ਸਿੰਘ ਬਚਾ ਰਿਹਾ ਹੈ ਕਲੇਰ ਸਾਹਿਬ ਤੁਹਾਡਾ ਬਹੁਤ ਸਵਾਗਤ ਹੈ ਸਭ ਤੋਂ ਪਹਿਲਾ ਸਵਾਲ ਉਹਦੇ ਸੰਗਰ ਠੋਤ ਨੂੰ ਕਰਨਾ ਚਾਹਾਂਗਾ ਠੋੜਾ ਪ੍ਰਗਟ ਸਿੰਘ ਨਿਰਮਲ ਸਿੰਘ ਬਰਿੰਦਰਮੀਤ ਸਿੰਘ ਪਾੜਾ ਮੇਰੇ ਕੋਲ ਪੂਰੀ ਲਿਸਟ ਹੈ ਸੁਜਿੰਦਰ ਸਿੰਘ ਰੰਧਾਵਾ ਕੁਲਬੀਰ ਸਿੰਘ ਜੀਰਾ ਪ੍ਰਤਾਪ ਸਿੰਘ ਬਾਜਵਾ ਸ਼ਮਸ਼ੀਰ ਦੋਲੋ ਇਹ ਰਾਜਪਾ ਮੈਂਬਰ ਹੈ ਕਿ ਇਹਨਾਂ ਸਾਰਿਆਂ ਨੇ ਸਵਾਲ ਚੁੱਕੇ ਹੈ ਕੈਪਟਨ ਅਮਰਿੰਦ ਸਿੰਘ ਇਹਨਾਂ ਸਵਾਲਾਂ ਦੇ ਜਵਾਬ ਕਿਉਂ ਨਹੀਂ ਦੇ ਰਹੇ ਦੇਖੋ ਕੇਪੀ ਜੀ ਗੱਲ ਇਹ ਹੈ ਕਿ ਇਹ ਜਿਹੜੇ ਸਵਾਲ ਵਿਧਾਨ ਸਭਾ ਦੇ ਅੰਦਰ ਪੁੱਛੇ ਗਏ ਆ ਔਰ ਮੈਂ ਸਮਝਦਾ ਹਾਂ ਕਿ ਵਿਧਾਨ ਸਭਾ ਇੱਕ ਅਜਿਹੀ ਚੀਜ਼ ਹੈ ਸਾਨੂੰ ਸਾਡੇ ਲੋਕਤੰਤਰ ਨੇ ਸਾਨੂੰ ਦਿੱਤੇ ਆ ਕਿ ਉਹਦੇ ਅੰਦਰ ਸਵਾਲ ਪੁੱਛਣੇ ਦਾ ਹੱਕ ਹੈ ਉਹ ਸਵਾਲ ਵਿਰੋਧੀ ਵੀ ਪੁੱਛ ਸਕਦੇ ਆ ਉਹ ਸਵਾਲ ਆਪਣੀ ਪਾਰਟੀ ਦੇ ਮੈਂਬਰ ਵੀ ਪੁੱਛ ਸਕਦੇ ਆ ਇਹ ਨਾ ਸਰਕਾਰ ਦੀ ਨਾਕਾਮੀ ਹੈ ਨਾ ਜੇ ਜੇ ਤੁਹਾਡੇ ਵਿਧਾਇਕਾਂ ਨੂੰ ਅੰਦਰ ਸਵਾਲ ਪੁੱਛਨੇ ਪੈ ਰਹੇ ਆਂ ਦਾ ਮਤਲਬ ਸਰਕਾਰ ਦੀ ਨਾਕਾਮੀ ਹੈ ਨਾ ਮੈਂ ਵਿਕਾਸ ਕਾਰਜ ਦੀ ਗੱਲ ਨਹੀਂ ਕਰਦਾ ਕਿ ਪੀਜੀ ਸਵਾਲ ਤਾਂ ਇਹ ਪੁੱਛੇ ਜਾ ਰਹੇ ਪਸਾਚਾਰ ਹੋਇਆ ਉਹਦੇ ਤੀਕ ਕੀ ਕਾਰਵਾਈ ਕਰੋਗੇ ਅਫਸਰਸਾਈ ਸਾਨੂੰ ਤੰਗ ਕਰਦੀ ਉਹਦੇ ਕੀ ਕਾਰਵਾਈ ਕਰੋਗੇ ਮਾਫੀਆ ਰਾਜ ਖਤਮ ਨਹੀਂ ਹੋ ਰਿਹਾ ਉਹਦੇ ਕੀ ਕਰੋਗੇ ਸਵਾਲ ਤਾਂ ਇਹ ਪੁੱਛੇ ਜਾ ਰਿਹਾ ਹੈ ਕੇਪੀਜੀ ਵਿਧਾਨ ਸਭਾ ਦੇ ਅੰਦਰ ਸਵਾਲ ਪੁੱਛਣਾ ਹੈ ਸਰਕਾਰ ਦੀ ਕਾਰਗੁਜ਼ਾਰੀ ਤੇ ਉਂਗਲੀ ਚੱਕਣਾ ਨਹੀਂ ਹੁੰਦਾ ਅੱਛਾ ਉੱਥੇ ਬਹਿਸ ਦਾ ਵਿਸ਼ੇ ਹੁੰਦਾ ਹੈ ਔਰ ਸਦਨ ਜਿਹੜਾ ਉਹ ਬਣਿਆ ਉਹ اسی ਵਾਸਤੇ ਬਣਿਆ ਹੈ ਕਿ ਉਹਦੇ ਅੰਦਰ ਅਸੀਂ ਸਵਾਲ ਕਰੀਏ ਸਵਾਲ ਦੇ ਉੱਤੇ ਬਹਿਸ ਹੋਏ ਔਰ ਉਹਦਾ ਕੋਈ ਨਾ ਕੋਈ ਕਨਕਲੂਜਨ ਨਿਕਲੋ ਗ੍ਰੇਸੀ ਨੂੰ ਜਿੰਦਾ ਰੱਖਣ ਦੀ ਕੋਸ਼ਿਸ਼ ਹੈ ਬਿਲਕੁਲ ਮੈਂ ਇਹ ਸਮਝਦਾ ਹਾਂ ਕਿ ਲੋਕਤੰਤਰ ਦੇ ਲਈ ਇੱਕ ਚੰਗੀ ਗੱਲ ਹੈ ਜਿਹੜੀ ਜਿਹੜੀ ਸੁਣੋ ਜਿਹੜੀ ਜਿਹੜੀ ਓਪੋਜੀਸ਼ਨ ਪਾਰਟੀਆਂ ਜਿਨ੍ਹਾਂ ਦਾ ਫਰਜ ਬਣਦਾ ਹੈ ਕਿ ਸਰਕਾਰ ਦੀ ਕਾਰਗੁਜ਼ਾਰੀ ਦੇ ਉੱਤੇ ਅਗਰ ਕੋਈ ਸ਼ੰਕਾ ਹੈ ਤਾਂ ਉਹ ਸਵਾਲ ਸਦਨ ਦੇ ਅੰਦਰ ਪੁੱਛੇ ਜਾਣ ਲੇਕਿਨ ਪਿਛਲੇ 3 ਸਾਲਾਂ ਤੋਂ ਕਿਸੇ ਵੀ ਪਾਰਟੀ ਨੇ ਸਦਨ ਦੇ ਅੰਦਰ ਬੈਠ ਕੇ ਸਵਾਲ ਪੁੱਛਣ ਦੀ ਹਿੰਮਤ ਨਹੀਂ ਕੀਤੀ ਤੇ ਅਗਰ ਕਾਰਜਕਾਰੀ ਸਾਹਿਬ ਤੇ ਸਵਾਲ ਕੀਤੇ ਆ ਉਹ ਆਮਾ ਦੀ ਪਾਰਟੀ ਨੇ ਕਹਿਣਾ ਮੈਂ ਆਮਾ ਦੀ ਬੜਾ ਸਪੋਰਟਰ ਨਹੀਂ ਹੈਗਾ ਪਰ ਫੈਕਟ ਤੇ ਗੱਲ ਕਰਦੇ ਪਿਆ ਆਪਾਂ ਮੈਂ ਫੈਕਟ ਨਹੀਂ ਹੈਗਾ ਹੰਗਾਮੇਦਾਰ ਕਿਉਂ ਹੋ ਗਿਆ ਕਿਉਂ ਹੰਗਾਮਾ ਹੋਇਆ ਅਸੀਂ ਤਾਂ ਪੁੱਛ ਰਹੇ ਆ ਨਹੀਂ ਨਹੀਂ ਇਹਦੇ ਚ ਹੰਗਾਮਾ ਆ ਨਾ ਹੰਗਾਮਾ ਹੋਣਾ ਹੰਗਾਮੇ ਪਹਿਲੇ ਵੀ ਹੁੰਦੇ ਹੋਣੇ ਔਰ ਪਹਿਲਾਂ ਵੀ ਹੁੰਦੇ ਆਏ ਪਿਛਲੀ ਵਾਰ ਤੁਸੀਂ ਮਜੀਠੀਆ ਸਾਹਿਬ ਦੇ ਜਿਹੜੇ ਹੰਗਾਮੇ ਉਹਨਾਂ ਨੇ ਕੀਤੇ ਆ ਤੁਸੀਂ ਦੇਖੇ ਹੋ ਸਵਾਲ ਮਜੀਠੀਆ ਦਾ ਹੀ ਪੁੱਛਿਆ ਗਿਆ ਮਜੀਠੀਆ ਤੇ ਕਾਰਵਾਈ ਕਿਉਂ ਨਹੀਂ ਕੀਤੀ ਸੁਖਿੰਦਰ ਰੰਦਾ ਜਿਹੜੀ ਕਾਰ ਇਸ ਚੀਜ਼ ਦੀ ਤੁਸੀਂ ਗੱਲ ਕਰ ਰਹੇ ਹੋ ਉਹ ਲੇਟ ਜਰੂਰ ਹੋਈ ਹੈ ਲੇਟ ਹੋ ਗਈ। ਲੇਕਿਨ ਉਹ ਦਰਸਤ ਹੋਏਗੀ। ਮੈਂ ਤੁਹਾਨੂੰ ਅਸ਼ਵਾਸਨ ਦਿੰਦੇ ਹਾਂ। ਨੀਲਗਰਿਵ ਸਾਹਿਬ। ਕਾਂਗਰਸ ਸਰਕਾਰ ਲੇਟ ਕਿ ਹੋ ਰਹੀ ਹੈ? ਇੱਕ ਤਾਂ ਤੁਹਾਡੇ ਤੇ ਵੀ ਸਵਾਲ ਹੈ ਕਿ ਤੁਸੀਂ ਸਵਾਲ ਇੱਕ ਪੁੱਛਦੇ ਹੋ ਉਹ ਦੂਜੇ ਸਵਾਲ ਤੇ ਜੰਪ ਕਰ ਜਾਂਦੇ ਹੋ। ਦੇਖੋ ਕੇਪੀਜੀ ਇਹ ਪਹਿਲਾ ਇਜਲਾਸ ਹੋਇਆ ਪਿਛਲੇ 3 ਸਾਲਾਂ ਦੇ ਵਿੱਚ ਜੋ ਮੈਂ ਵੇਖਿਆ ਹੈਗਾ ਜਿਸ ਤਰੀਕੇ ਨਾਲ ਸਰਕਾਰ ਨੂੰ ਗੋਡਿਆਂ ਪਰ ਨਹੀਂ ਕੀਤਾ ਭਾਵੇਂ ਉਹ ਮਾਫੀਆ ਦਾ ਮੁੱਦਾ ਸੀ ਭਾਵੇਂ ਮਾਈਨਿੰਗ ਦਾ ਮੁੱਦਾ ਸੀ ਭਾਵੇਂ ਰੇਤੇ ਬਜਰੀ ਦਾ ਮੁੱਦਾ ਸੀ ਭਾਵੇਂ ਦਲਚਾਂ ਦਾ ਮੁੱਦਾ ਸੀ ਭਾਵੇਂ ਮੁਲਾਜ਼ਮਾਂ ਦਾ ਮੁੱਦਾ ਸੀ ਭਾਵੇਂ ਕਿਸਾਨਾਂ ਦਾ ਮੁੱਦਾ ਸੀ ਤੇ ਭਾਵੇਂ ਜਿਹੜਾ ਹੈਗਾ ਧਰਨਿਆਂ ਮਜਾਰਿਆਂ ਦਾ ਮੁੱਦਾ ਹੈਗਾ ਸੀ ਹਰ ਮੁੱਦੇ ਦੇ ਉੱਤੇ ਜਿਹੜਾ ਹੈਗਾ ਸਰਕਾਰ ਨੂੰ ਬੁਰੀ ਤਰੀਕੇ ਨਾਲ ਜਿਹੜਾ ਘੇਰਿਆ ਗਿਆ ਇਹੀ ਕਾਰਨ ਸੀ ਕਿ ਇਸ ਟਮ ਜਿਹੜੀ ਹੈ ਕਾਂਗਰਸ ਦੇ ਵਿੱਚ ਫਰਸਟ੍ਰੇਸ਼ਨ ਬਹੁਤ ਜ਼ਿਆਦਾ ਵਧ ਰਹੀ ਹੈ। ਵੀ ਤੁਹਾਡੇ ਸਵਾਲ ਚੁੱਕਣ ਕਰਕੇ ਕਾਂਗਰਸ ਦੇ ਐਮਐਲਏ ਹੈ, ਕਾਂਗਰਸ ਦੇ ਵਿਧਾਇਕ ਹੈ, ਕਾ ਮੰਤਰੀ ਹੈ ਉਹ ਪਰੇਸ਼ਾਨ ਹੋਗੇ ਵੀ ਅਸੀਂ ਪੁੱਛ ਲਈਏ ਸਵਾਲ ਸਰਕਾਰ ਤੋਂ। ਕਾਰਨ ਇਹ ਹੈਗਾ ਕਿ ਸਰਕਾਰ ਬੁਰੀ ਤਰ੍ਹਾਂ ਖਿਰ ਚੁੱਕੀ ਹੈਗੀ ਹੈ। ਇਹ ਸਰਕਾਰ ਬੁਰੀ ਤਰ੍ਹਾਂ ਫੇਲ ਹੈਗੀ ਹੈ ਜਦੋਂ ਇਹਨਾਂ ਦੇ ਐਮਐਲਏ ਤੇ ਇਹਨਾਂ ਦੇ ਮੰਤਰੀ ਪਿੰਡਾਂ ਦੇ ਵਿੱਚ ਜਾਂਦੇ ਆ, ਲੋਕਾਂ ਨੂੰ ਮਿਲਦੇ ਆ, ਲੋਕ ਇਹਨਾਂ ਨੂੰ ਮੂੰਹ ਨਹੀਂ ਲਾਉਂਦੇ ਔਰ ਇਹਨਾਂ ਨੂੰ ਖਰੀਆਂ-ਖਰੀਆਂ ਸੁਣਾਉਂਦੇ ਹੈਗੇ ਆ। ਇਸ ਕਰਕੇ ਕੈਪਟਨ ਸਾਹਿਬ ਤੇ ਕਹਿ ਚੁੱਕੇ ਆ ਕਿ ਮੇਰੀ ਤੇ ਆਖਰੀ ਟਰਮ ਹੈਗੀ ਹੈ ਹਰ ਚੀਜ਼ ਬਦਲ ਗਿਆ ਜਦੋਂ ਪੰਜਾਬ ਕਾਂਗਰਸ ਦਾ ਜਿਹੜਾ ਯੂਥ ਦਾ ਪ੍ਰੈਜ਼ੀਡੈਂਟ ਲਾਉਣਾ ਸੀ ਉਸ ਦਿਨ ਬਿਆਰ ਬਦਲਿਆ ਕੈਪਟਨ ਸਾਹਿਬ ਨੇ ਕੈਪਟਨ ਸਾਹਿਬ ਖੈਰ ਕੱਲੇ ਇੱਕ ਚੀਜ਼ ਤੋਂ ਹੀ ਬਦਲੇ ਹੋ ਤੇ ਹਰ ਚੀਜ਼ ਤੋਂ ਬਦਲੇ ਐ ਜਦੋਂ ਰਾਜਾ ਵਿਡਿੰਗ ਵਰਗਿਆਂ ਦੀ ਗੱਲ ਕਰਦੇ ਆ ਇਹਨਾਂ ਦਾ ਤਾਂ ਹਲੇ ਪੋਲੀਟੀਕਲ ਕੈਰੀਅਰ ਪਿਆ ਹੈਗਾ ਇਹਨਾਂ ਨੇ ਤਾਂ ਹਲੇ ਹੋਰ ਪਾਰੀਆਂ ਖੇਡਣੀਆਂ ਹੈਗੀਆਂ ਇਸ ਕਰਕੇ ਉਹਨਾਂ ਨੂੰ ਜਦੋਂ ਖਤਰਾ ਨਜ਼ਰ ਆਉਂਦਾ ਹੈ ਕਿ ਜੇ ਕੈਪਟਨ ਦੇ ਪਿੱਛੇ ਇਦਾਂ ਹੀ ਲੱਗੇ ਰਹੇ ਤਾਂ ਸਾਡਾ ਬਣੂਗਾ ਕੀ ਹੁਣ ਗੱਲ ਤਾਂ ਇਹ ਹੈਗੀ ਹੈ ਵੀ ਜਾਂ ਤੇ ਕੈਪਟਨ ਸਾਹਿਬ ਆਪਣੇ ਐਮਐਲਏ ਦੀ ਗੱਲ ਸੁਣ ਲੈਣ ਆਪਣੇ ਮੰਤਰੀਆਂ ਦੀ ਗੱਲ ਸੁਣ ਲੈ ਵੱਡੇ ਕਰਕੇ ਇਹ ਸਵਾਲ ਪੁੱਛਨੇ ਪੈ ਰਹੇ ਆ ਤੁਸੀਂ ਫਰੈਂਡਸ਼ਿਪ ਮੈਚ ਖੇਡਦੇ ਪਿਓ ਤੁਸੀਂ ਦੋਨੋਂ ਪਾਰਟੀਆਂ ਇਸ ਕਰਕੇ ਕੈਪਟਨ ਸਾਹਿਬ ਤੁਹਾਡੇ ਨਾਲ ਹੈ ਬਾਕੀ ਕਾਂਗਰਸ ਸਾਡੇ ਖਿਲਾਫ ਹੈ ਕੇਪੀਜੀ ਗੱਲ ਇਸ ਤਰ੍ਹਾਂ ਹੈਗੀ ਹੈ ਕਿ ਜਦੋਂ 2017 ਦੇ ਵਿੱਚ ਕਾਂਗਰਸ ਨੇ ਚੋਣ ਲੜੀ ਵਾਅਦੇ ਐਡੇ ਵੱਡੇ ਵੱਡੇ ਕੀਤੇ ਝੂਠ ਇਹਨਾਂ ਬੋਲਿਆ ਬਰਗਾੜੀ ਬੈਬਲ ਕਲਾ ਨੂੰ ਲੈ ਕੇ ਸਿਆਸਤ ਐਡੀ ਵੱਡੀ ਕੀਤੀ ਨਸ਼ਿਆਂ ਨੂੰ ਲੈ ਕੇ ਸਿਆਸਤ ਕੀਤੀ ਗਈ ਔਰ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਕਟਾਰੇ ਦੇ ਵਿੱਚ ਖੜਾ ਕੀਤਾ ਗਿਆ ਔਰ ਲੋਕਾਂ ਨੇ ਇਹਨਾਂ ਨੂੰ ਮੰਨਿਆ ਇਹਨਾਂ ਦੀ ਝੂਠੀਆਂ ਸੌਹਾਂ ਨੂੰ ਮੰਨਿਆ ਤੇ ਇਹਨਾਂ ਨੂੰ ਵੋਟਾਂ ਪਾ ਕੇ ਫਤਵਾ ਦਿੱਤਾ ਪਰ ਹੁਣ 3 ਸਾਲ ਬੀਤ ਜਾਣ ਤੋਂ ਬਾਅਦ ਜਦੋਂ ਉਹ ਚੀਜ਼ਾਂ ਬਿਲਕੁਲ ਸੱਚ ਨਹੀਂ ਹੈਗੀਆਂ ਕੋਈ ਸਬੂਤ ਨਹੀਂ ਹੈਗਾ ਔਰ ਉਹ ਜਿਹੜੇ ਇਹਨਾਂ ਨੇ ਝੂਠ ਬੋਲੇ ਸੀ ਉਹਨੂੰ ਸੱਚ ਸਾਬਤ ਨਹੀਂ ਕਰ ਪਾਰੇ ਤਾਂ ਹੁਣ ਕਲੀਅਰ ਸਾਹਿਬ ਕਲੀਅਰ ਸਾਹਿਬ ਠੀਕ ਹੈ ਤੁਸੀਂ ਕਹਿ ਰਹੇ ਹੋ ਕਿ ਉਹ ਇਹਨਾਂ ਨੇ ਜਾਣ ਬੁਝ ਕੇ ਤੁਹਾਨੂੰ ਬਦਨਾਮ ਕੀਤਾ ਇਹੀ ਕਹਿ ਰਹੇ ਹੋ ਨਾ ਕਲੀਅਰ ਸਾਹਿਬ ਮੇਰਾ ਸਵਾਲ ਹੈ ਪੰਜਾਬ ਵਿੱਚ ਮਾਫੀਆ ਰਾਜ ਹੈ ਜਾਂ ਨਹੀਂ ਕੇ ਪੀਜੀ ਮੇਰਾ ਗੱਲ ਉਹੀ ਹੈ ਕਿ ਤੁਸੀਂ ਕਦੇ ਇੱਕ ਚੀਜ਼ ਲਈਏ ਕਿਸੇ ਨੂੰ ਮਲਜ਼ਮ ਤੁਸੀਂ ਕਹੋ ਕਿ ਸਰਾਣੇ ਬੰਦੇ ਨੇ ਗਲਤ ਕੰਮ ਕੀਤਾ ਮੈਂ ਬੜਾ ਸਧਾਰਨ ਸਵਾਲ ਕਰਦਾ ਮੈਂ ਤਾਂ ਔਖਾ ਸਵਾਲ ਹੀ ਨਹੀਂ ਕਰਨਾ ਹੁੰਦਾ ਮੈਂ ਤਾਂ ਕਈ ਵਾਰ ਕਹਿ ਚੁੱਕਿਆ ਪੰਜਾਬ ਚ ਮਾਫੀਆ ਰਾਜ ਹੈ ਜਾਂ ਨਹੀਂ ਕੇਪੀਜੀ ਪੰਜਾਬ ਦੇ ਵਿੱਚ ਮਾਫੀਆ ਰਾਜ ਜ਼ਰੂਰ ਹੋਊਗਾ ਪਰ ਜਦੋਂ 2017 ਤੋਂ ਬਾਅਦ ਤਾਂ ਇਹ ਆਪਣੀ ਚਰਮ ਸੀਮਾ ਤੇ ਚਲਾ ਗਿਆ ਜਿਹੜੀਆਂ ਸਰਕਾਰਾਂ ਦੇ ਵਲੇ ਝੂਠਾ ਤੁਸੀਂ ਜਿਹੜੀ ਲਕੀਰ ਖਿੱਚੀ ਸੀ ਉਹ ਲਕੀਰ ਕਾਂਗਰਸ ਨੇ ਵੱਡੀ ਕਰਤੀ ਸਾਡੀ ਲਕੀਰ ਨਹੀਂ ਸੀ ਕੋਈ ਕਾਂਗਰਸ ਨੇ ਤਾਂ ਮਹਿਲ ਖੜਾ ਕਰਤਾ ਮਾਫੀਆ ਰਾਜ ਦਾ ਲਕੀਰ ਦਾ ਛੋਟਾ ਛੀਕ ਹੈ ਠੀਕ ਹੈ ਛੋਟਾ ਬ੍ਰੇਕ ਲਵਾਂਗਾ ਕਾਂਗਰਸ ਨੇ ਮਹਿਲ ਖੜਾ ਕਰਤਾ ਮਾਫੀਆ ਰਾਜ ਦਾ ਠੀਕ ਹੈ ਬ੍ਰੇਕ ਤੋਂ ਵਾਪਸ ਆਉਂਗਾ ਸਦਨ ਦੇ ਵਿੱਚ ਹੋਰ ਕੀ ਕੁਝ ਹੋਇਆ ਸੀਗਾ ਤੁਹਾਨੂੰ ਸਾਰੀਆਂ ਗੱਲਾਂ ਸਾਰੇ ਨਹੀਂ ਦੱਸਣਗੇ ਪਰ ਇਹ ਪੈਨਲ ਤੁਹਾਨੂੰ ਦੱਸੇਗਾ ਜਰੂਰ ਸਾਰੀਆਂ ਗੱਲਾਂ ਕਿ ਉੱਥੇ ਕੀ ਕੁਝ ਹੋਇਆ ਸੀਗਾ 15 ਸਾਲ ਤੋਂ ਸੂਬੇ ਵਿੱਚ ਟਰਾਂਸਪੋਰਟ ਮਾਫੀਆ ਚੱਲ ਰਿਹਾ ਅਮਰਿੰਦ ਸਿੰਘ ਰਾਜਾ ਵੜਿੰਗ ਕਹਿੰਦੇ ਪ੍ਰਗਟ ਸਿੰਘ ਕਹਿੰਦੇ ਨੀਜੀ ਥਰਮਲ ਪਲਾਂਟ ਤੇ ਸਰਕਾਰ ਟਿੱਲੀ ਹੈ ਬੇਦਬੀ ਕਾਂਡ ਚ ਕਿ ਬਾਹਰ ਲollipops ਵੰਡੇ ਜਾ ਰਿਹਾ ਸਭ ਕੁਝ ਕੀਤਾ ਜਾ ਰਿਹਾ ਪਰ ਅੰਦਰ ਕੀ ਹੁੰਦਾ ਅੰਦਰ ਤੁਹਾਨੂੰ ਕੋਈ ਕੁਝ ਨਹੀਂ ਦੱਸਦਾ ਇਸ ਲਈ ਦੱਸਦਾ ਕਿਉਂਕਿ ਵਿਧਾਨ ਸਭਾ ਦੀ ਕਾਰਵਾਈ ਲਾਈਵ ਨਹੀਂ ਹੁੰਦੀ ਤੁਸੀਂ ਦੇਖ ਨਹੀਂ ਪਾਉਂਦੇ ਪਰ ਅਸੀਂ ਤੁਹਾਨੂੰ ਦੱਸਾਂਗੇ ਅੰਦਰ ਕੀ ਕੁਝ ਹੋਇਆ ਸੀ ਇਸ ਸਦਨ ਨੂੰ ਕਵਰ ਕੀਤਾ ਤੇ ਜਦੋਂ ਕਵਰ ਕਰਦੇ ਆ ਸਾਨੂੰ ਪਤਾ ਲੱਗਦਾ ਅੰਦਰ ਇਹ ਕੀ ਕਰਦੇ ਆ ਅੰਦਰ ਫ੍ਰੈਂਚਸ਼ਿਪ ਮੈਚ ਵੀ ਹੁੰਦੇ ਬਰੇ ਤੋਂ ਵਾਪਸ ਆ ਕੇ ਪਰਮਿੰਦਰ ਸਿੰਘ ਜਟਪੁਰੀ ਤੋਂ ਹੋਣਗੇ ਸਵਾਲ ਬੜਾ ਸਵਾਲ ਅਸੀਂ ਇਹ ਪੁੱਛ ਰਹੇ ਹਾਂ ਕੈਪਟਨ ਸਰਕਾਰ ਦੇ 3 ਸਾਲ ਦੇ ਕਾਰਜਕਾਲ ਤੇ ਆਪਣਾ ਦੱਕਾ ਟਕ ਟਕਲਿਸ਼ ਕਿਉਂ ਪਰਮਿੰਦਰ ਸਿੰਘ ਜਟਪੁਰੀ ਸਵਾਲ ਇਹ ਹੈਗਾ ਕਿ ਜਦੋਂ ਅਸੀਂ ਉੱਥੇ ਇਵਨ ਕੇ ਮੀਡੀਆ ਤੇ ਵੀ ਇਹ ਸਵਾਲ ਉੱਠਣੇ ਸ਼ੁਰੂ ਹੋ ਗਿਆ ਕਿ ਮੀਡੀਆ ਅੰਦਰਲੀ ਕਾਰਵਾਈ ਬਾਰੇ ਘੱਟ ਦੱਸਦਾ ਪਿਆ ਮੈਂ ਚਾਹੁੰਨਾ ਕਿ ਅੱਜ ਸਾਰੇ ਦਰਸ਼ਕਾਂ ਨੂੰ ਦੱਸਿਆ ਜਾਵੇ ਕਿ ਅੰਦਰ ਕੀ ਕੁਝ ਹੁੰਦਾ ਤੇ ਬਾਹਰ ਕੀ ਕੁਝ ਹੁੰਦਾ ਕੇ ਪੀਜੀ ਜਿਹੜੀ ਵੈਸੇ ਜਿਹੜਾ ਸਦਨ ਆ ਜਿਹੜਾ ਵਿਧਾਨ ਸਭਾ ਦਾ ਹੁੰਦਾ ਉੱਥੇ ਜਿਹੜਾ ਸਪੀਕਰ ਕੋਲੇ ਜਿਹੜੀਆਂ ਪਾਵਰਾਂ ਹੁੰਦੀਆਂ ਸਪੀਕਰ ਕੋਲੇ ਸੰਵਿਧਾਨਕ ਤੌਰ ਤੇ ਜਿਹੜੀ ਜੇ ਸਪੰਜ ਕਰ ਦਿੰਦਾ ਚੀਜ਼ਾਂ ਜਿਹੜਾ ਉਹ ਨਾਂ ਤਾਂ ਲਿਖੀਆਂ ਜਾਂਦੀਆਂ ਤੇ ਨਾ ਹੀ ਵਿਖਾਈਆਂ ਜਾਂਦੀਆਂ ਚਲੋ ਐਕਸਪੰਜ ਵਾਲੀਆਂ ਚੀਜ਼ਾਂ ਦਾ ਆਪਾਂ ਜ਼ਿਕਰ ਵੀ ਨਹੀਂ ਕਰਦੇ ਤੇ ਆਪਾਂ ਉਹ ਤਾਂ ਜ਼ਿਕਰ ਵੀ ਨਹੀਂ ਕਰਨਾ ਪਰ ਜਿਹੜਾ ਹੈਗਾ ਦੇਖਿਆ ਜਾਵੇ ਪਵਿੱਤਰ ਸदन ਆਹ ਲੱਖਾਂ ਲੋਕ ਕਰੋੜਾਂ ਲੋਕ ਇਹਨਾਂ ਨੁਮਾਇੰਦਿਆਂ ਨੂੰ ਚੁਣ ਕੇ ਆਪਣੀ ਹਲਕੇ ਦੀ ਆਪਣੇ ਸਮਾਜ ਦੀ ਆਵਾਜ਼ ਬੁਲੰਦ ਕਰ ਲਈਏ ਸਦਨ ਦੇ ਵਿੱਚ ਭੇਜਦੇ ਆ ਜਿਹੜੀ ਕਿ ਰਿਕਾਰਡ ਹੁੰਦੀ ਆ ਜਿਹੜੀ ਕਿ ਇੰਪਲੀਮੈਂਟ ਵੀ ਹੋਣੀ ਹੁੰਦੀ ਆ ਤੇ ਸਵਾਲ ਜਵਾਬ ਵੀ ਉੱਥੇ ਪੂਰੇ ਅਧਿਕਾਰ ਹੁੰਦਾ ਹਰ ਇੱਕ ਵਿਧਾਇਕ ਨੂੰ ਕਹਿਣ ਦਾ ਤੇ ਇਸ ਵਾਰ ਉਹ ਜਿਹੜਾ ਸਦਨ ਆ ਸਦਨ ਜਿਹੜਾ ਹੈਗਾ ਇਹਨਾਂ ਨੇ ਇੱਕ ਬਣਾ ਦਿੱਤਾ ਧਰਮਸ਼ਾਲਾ ਬਣਾਤੀ ਜਿਹਦੇ ਵਿੱਚ ਜਿਹਨੇ ਸਾਡੇ ਨਮਾਇंदे ਚੁਣੇ ਜਾਂਦੇ ਆ ਬਹੁਤ ਸਾਰੇ ਇਹੋ ਜਿਹੇ ਆ ਜਿਹੜੀ ਸ਼ਬਦਾਵਲੀ ਇਹ ਜੀ ਭੱਦੀ ਬੋਲਦੇ ਆ ਜਿਹੜੀ ਕਿ ਮੈਂ ਦੱਸ ਵੀ ਨਹੀਂ ਸਕਦਾ ਬਾ ਮੈਂ ਐਕਸਪੈਂਸ ਕਰ ਦਿੰਦਾ ਸਪੀਕਰ ਪਰ ਇਹਨਾਂ ਨੂੰ ਇਹੋ ਜਿਹਾ ਚਾਹੀਦਾ ਨਹੀਂ ਜਿਵੇਂ ਕਿ ਪਹਿਲਾਂ ਤੋਂ ਚੱਲਿਆ ਆ ਰਿਹਾ ਜਿਵੇਂ ਵਿਕਰਮ ਜੀ ਠੀਆ ਪ੍ਰਕਾਸ਼ਿੰਗ ਬਾਦਲ ਨੇ ਇੱਕ ਵਾਰ ਸਪੀਕਰ ਦੀ ਪੱਗ ਲਾਤੀ ਸੀ ਹਾਂਜੀ ਤੇ ਆਪੋਜੀਸ਼ਨ ਦੇ ਹੁੰਦੇ ਆ ਤੇ ਉਸੇ ਤਰ੍ਹਾਂ ਹੀ 10 ਸਾਲ ਪਹਿਲਾਂ ਜਿਹੜਾ ਹੈਗਾ ਘਟਨਾ ਵਾਪਰੀ ਆ ਤੇ ਅਕਾਲੀਆਂ ਨੇ ਕਾਂਗਰਸੀ ਜਿਹੜੇ ਐਮਐਲਏ ਆ ਉਹਨਾਂ ਦੀ ਪੱਗਾਂ ਲਾਤੀਆਂ ਜਿਵੇਂ ਅੰਦਰ ਜਿਹੜਾ ਹੈਗਾ ਪੂਰਾ ਐਨ ਕਿਸਮਾਨ ਦਾ ਜਦ ਹੁੰਦਾ ਕੁਰਸੀਆਂ ਦੇ ਚੜ ਜਾਂਦੇ ਆ ਹੁਣ ਵੀ ਜਿਹੜਾ ਅਕਾਲੀ ਦਲ ਨੇ ਮਾਈਕ ਪੰਨਦੇ ਸੀ ਅੰਦਰ ਤੇ ਪਰ ਕਾਰਨ ਇਹ ਆ ਵੀ ਜਿਹੜਾ ਕੁੱਲ ਮਿਲਾ ਕੇ ਜੇ ਦੇਖਿਆ ਜਾਵੇ ਇਸ ਦੇ ਵਿੱਚ ਜਿਹੜਾ ਹੁਣ ਬਜਟ ਸੈਸ਼ਨ ਹੋਇਆ ਇਸ 3 ਸਾਲ ਦਾ ਸਭ ਤੋਂ ਵੱਡਾ ਬਜਟ ਜਿਹੜਾ ਸੈਸ਼ਨ ਸੀਗਾ ਇਹਦੇ ਵਿੱਚ ਹਗਾਮਿਆਂ ਭਰਪੂਰੀ ਰਹਿ ਚ ਨੀ ਕਿ ਮੇਨ ਜਿਹੜਾ ਮੁੱਦਾ ਮੇਨ ਮੁੱਦਾ ਕਿਸੇ ਨੇ ਵੀ ਜਿਹੜਾ ਹੈਗਾ ਬਹੁਤ ਲਾਸਟ ਆਖਰੀ ਦਿਨ ਜਿਹੜਾ ਹੈਗਾ ਉਹ ਚੱਕਿਆ ਉਹਨਾਂ ਨੇ ਆਮ ਆਦਮੀ ਪਾਰਟੀ ਨੇ ਉਹ ਆਮ ਆਦਮੀ ਪਾਰਟੀ ਵੀ ਉਹਨੇ ਦਿਨ ਚੁੱਪ ਰਹੀ ਉਹ ਜਿਹੜਾ ਮੇਨ ਮੁੱਦਾ ਕੀ ਸੀ ਬਿਜਲੀ ਦਾ ਬਿਜਲੀ ਸਮਝੋਤਿਆਂ ਦਾ ਜਿਹੜੀ ਕਿ 70000 ਕਰੋੜ ਦਾ ਜਿਹੜਾ ਬੋਝ ਆ ਨਵਾਂ ਪਾਇਆ ਜਿਹੜਾ ਇਹ ਮੁੱਦਾ ਪ੍ਰਗਟ ਕਰਨੇ ਚੱਕਿਆ ਉਹ ਕਹਿੰਦੇ ਪਾਵਰ ਪਰਚੇਸ ਐਗਰੀਮੈਂਟ ਤੇ ਸਾਡੀ ਸਰਕਾਰ ਕਿਉਂ ਨਹੀਂ ਕੁਝ ਕਰਦੀ ਨਹੀਂ ਨਹੀਂ ਵਿਰੋਧੀ ਮੈਂ ਵਿਰੋਧੀ ਧਰਦੀ ਪਹਿਲਾਂ ਗੱਲ ਦੱਸਦਾ ਜੀ ਵਿਰੋਧੀ ਧਰ ਨੂੰ ਚਾਹੀਦਾ ਹੁੰਦਾ ਅਕਾਲੀ ਦਲ ਤਾਂ ਚੁੱਪ ਹੀ ਰਿਹਾ ਇਸ ਮਾਮਲੇ ਤੇ ਬਾਹਰ ਰੌਲਾ ਪਾਈ ਜਾਂਦੇ ਆ ਸਦਨ ਦੇ ਵਿੱਚ ਜਿੱਥੇ ਰਿਕਾਰ ਕਰਕੇ ਚੱਲੀਏ ਜੀ ਜੀ ਰੋਦੀ ਤੇਰਾ ਮਾਮਲੇ ਚੱਕਨ ਦੇ ਵਿੱਚ ਕਮਜ਼ੋਰ ਸਾਫਤ ਨਜ਼ਰ ਆ ਰਹੀ ਹੈ ਤੁਹਾਨੂੰ ਜੀ ਹਾਂ ਇਸ ਬਿਜਲੀ ਮੋਦੇ ਤੇ ਇਹ ਕਮਜ਼ੋਰ ਰਹੀ ਆ ਬਾਕੀ ਦੋ ਦਿਨ ਇਹਨਾਂ ਨੇ ਜਿਹੜੀ ਕਾਰਵਾਈ ਚੱਲਣ ਨਹੀਂ ਦਿੱਤੀ ਪਹਿਲਾ ਦਿਨ ਤਾਂ ਸਦਨ ਠੀਕ ਹੈ ਵਿਧਾਨ ਸਭਾ ਚੋਂ ਵਾਕ ਆਊਟ ਕਰਦੇ ਨੇ ਮੈਂ ਮੈਂ ਹੁਣ ਸਵਾਲ ਆਪਾਂ ਸਿੱਧਾ ਸਵਾਲ ਤੇ ਆ ਜੀ ਕਾਂਗਰਸ ਦੇ ਵਿੱਚ ਜੀ ਅੰਦਰੂਨੀ ਖਾਣਾ ਜੰਗੀ ਹੈ ਕੀ ਆ ਉਸ ਤੇ ਕੀ ਕਹੋਗੇ ਮਾਫੀਆ ਰਾਜ ਤੇ ਸਵਾਲ ਉੱਠ ਉੜਦੇ ਪਿਆ ਕੈਪਟਨ ਸਰਕਾਰ ਚੁੱਪ ਕਿਉਂ ਆ ਇਸ ਤੇ ਕੈਪਟਨ ਸਾਹਿਬ ਚੁੱਪ ਕਿਉਂ ਆ ਦੇਖੋ ਜੀ ਮੇਨ ਜਿਹੜਾ ਹੈਗਾ ਚੋਣ ਮੈਨੀਫੈਸਟੋ ਨੂੰ ਲੈ ਕੇ ਜਾਂ ਜਿਵੇਂ ਚੋਣਾਂ ਦੇ ਦੌਰਾਨ ਕੈਪਟਨ ਮਰਿੰਦਰ ਸਿੰਘ ਨੇ ਵਾਅਦੇ ਕੀਤੇ ਸੀ ਪਹਿਲਾਂ ਤਾਂ ਅਸੀਂ ਉਹਨਾਂ ਦਾ ਜਿਹੜਾ ਬਰਗਾੜੀ ਮਾਮਲਿਆਂ ਬਾਰੇ ਜਿਹੜਾ ਹੈਗਾ ਬਹਿਬਲ ਕਲਾਂ ਗੋਲੀकांड ਵਾਪਰਿਆ ਜਿਹੜਾ ਘਟਨਾਵਾਂ ਵਾਪਰੀਆਂ ਉਹਨਾਂ ਦੇ ਦੋਸ਼ੀਆਂ ਨੂੰ ਅੰਦਰ ਦੇਵਾਂਗਾ ਤੇ ਭਾਵੇਂ ਕਿ ਪਿਛਲੇ ਸੈਸ਼ਨ ਦੇ ਦੌਰਾਨ ਜਦੋਂ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ਵੀ ਟੇਬਲ ਹੋਈ ਆ ਉਸ ਸਮੇਂ ਬਹੁਤ ਸੰਮਤੀ ਦੇ ਨਾਲ ਮਤਾ ਪਾਸ ਹੋਇਆ ਸੀ ਜਿਹਦੇ ਵਿੱਚ ਬੈਂਸ ਬ੍ਰਦਰ ਔਰ ਆਮ ਆਦਮੀ ਪਾਰਟੀ ਵਿਰੋਧੀ ਧਿਰ ਤੇ ਕਾਂਗਰਸ ਦੇ ਸਾਰੇ ਵਿਧਾਇਕ ਜੀ ਦੇ ਵਿੱਚ ਨਵਜੋਤ ਸਿੰਘ ਸਿੱਧੂ ਹੋਰਾਂ ਦੇ ਵਿੱਚ ਝੂਲੀ ਅੱਡੀ ਸੀ ਕ ਅਗੇ ਵੀ ਸਰ ਇਹਨਾਂ ਨੂੰ ਜਿਹੜਾ ਹੈਗਾ ਤੁਸੀਂ ਦੋਸ਼ੀਆਂ ਨੂੰ ਫੜ ਕੇ ਜਲਦੀ ਅੰਦਰ ਦਿਓਗੇ ਉਸ ਸਮੇਂ ਸੈੱਟ ਦਾ ਗਠਨ ਵੀ ਕੀਤਾ ਗਿਆ ਸੀ ਬਾਅਦ ਦੇ ਵਿੱਚ ਤੇ ਉਹ ਭਾਵੇਂ ਸੀਬੀਆਈ ਦੀ ਪੈਰਲਲ ਤੇ ਸੀਬੀਆਈ ਤੋਂ ਕਾਰਪ ਵੀ ਜਲਦੀ ਸੀਬੀਆਈ ਤੋਂ ਕੇਸ ਵਾਪਸ ਲੈ ਰਿਆ ਸੀ ਪਰ ਹੁਣ ਦੇਖਿਆ ਜਾਵੇ ਉਹੀ ਜਿਹੜੀ ਕੜਤਣ ਆ ਜਿਹੜੀ ਉਸ ਤੋਂ ਬਾਅਦ ਆੜੀ ਜਿਹੜੀ ਜ਼ਿਆਦਾ ਵਧ ਗਈ ਆ ਉਹ ਨਵਜੋਤ ਸਿੰਘ ਸਿੱਧੂ ਦਾ ਭਾਵੇਂ ਘਰ ਬੈਠੇ ਨੇ ਉਹ ਤਾਂ ਸੈਸ਼ਨ ਜਿਹੜਾ ਉਹਨਾਂ ਨੇ اٹینڈ ਨਹੀਂ ਕੀਤਾ ਪਰ ਜਿਹੜਾ ਜਿਹੜਾ ਇਸ ਸਮੇਂ ਜਿਹੜੀ ਬਾਹਰ ਆ ਲਾਬਿੰਗ ਚੱਲਦੀ ਸੀ ਉਹਨਾਂ ਟੀਮ ਖੇਡ ਦੇ ਪਿੱਛੇ ਤੋਂ ਸਭ ਦੇ ਅੰਦਰ ਜੀ ਜੀ ਬਿਲਕੁਲ ਬਿਲਕੁਲ ਠੀਕ ਠੀਕ ਪਿਛਲੇ ਦਿਨੀ ਭਾਵੇਂ ਕਿ ਕੈਪਟਨ ਬਰਿੰਦਰ ਸਿੰਘ ਨੇ ਕਿਹਾ ਸੀ ਵੀ ਮੈਂ ਬਿਜਲੀ ਸਮਝੌਤਿਆਂ ਬਾਰੇ ਵਾਈਟ ਪੇਪਰ ਜਾਰੀ ਕਰੂੰਗਾ ਪਰ ਉਸ ਤੋਂ ਬਾਅਦ 11 ਐਮਐਲਏ ਲੈ ਕੇ ਸੁਖਜਿੰਦਰ ਸਿੰਘ ਰੰਧਾਵਾ ਨੇ ਬਲੈਕ ਪੇਪਰ ਜਾਰੀ ਕਰਤਾ ਉਹਨੂੰ ਵੀ ਅਸੀਂ ਇੱਕ ਬਗਾਵਤ ਦਾ ਸੰਕੇਤ ਕਹਿ ਸਕੋਗਾ ਬਗਾਵਤ ਦਾ ਸੰਕੇਤ ਕਹਿ ਸਕੋਗਾ ਠੀਕ ਠੀਕ ਮੈਂ ਮੈਂ ਅਰਜਟਪੁਰ ਜੀ ਵਾਪਸ ਆਉਂਗਾ ਜੀ ਜੀ ਢੋੜ ਸਾਹਿਬ ਸ ਤੁਹਾਡੀ ਸਰਕਾਰ ਦੇ ਹਿੱਸੇ ਦੇ ਵਿੱਚ ਕਾਮਯਾਬੀਆਂ ਲਿਖੀਆਂ ਜਾਣੀਆਂ ਚਾਹੀਦੀਆਂ ਸਨ ਤਿੰਨ ਸਾਲ ਦੇ ਵਿੱਚ ਤੁਹਾਡੀ ਕਾਮਯਾਬੀਆਂ ਤਾਂ ਨਕਾਮੀਆਂ ਲਿਖੀਆਂ ਜਾ ਰਹੀਆਂ ਨਕਾਮੀਆਂ ਕਿੰਨਾ ਮੁੱਦਿਆਂ ਤੇ ਮੈਂ ਬਾਰ ਬਾਰ ਕਿਵੇਂ ਕਿਉਂ ਕਿਵੇਂ ਨਾਮ ਲਊਗਾ ਮੈਨੂੰ ਤਾਂ ਆਪ ਨਹੀਂ ਸਮਝ ਆ ਰਹੀ ਕੈਪਟਨ ਮਨਿੰਦਰ ਸਿੰਘ ਇਸ ਮਾਮਲੇ ਦਾ ਨਫਟਾਰਾ ਕਿਉਂ ਨਹੀਂ ਕਰਦੇ ਦੇਖੋ ਕੇ ਪੀ ਜੀ ਇਹੀ ਜੀ ਗੱਲ ਨਹੀਂ ਹੈਗੀ ਹਾਂ ਇੱਕ ਸਰਕਾਰ ਦੀ ਕਾਮਯਾਬੀ ਜਾਂ ਨਕਾਮੀ ਦਾ ਫੈਸਲਾ ਕਰਨਾ ਹੁੰਦਾ ਲੋਕਾਂ ਨੇ ਲੋਕ ਤਾਂ ਫੈਸਲਾ ਕਰਦੇ ਪਰ ਮੈਂ ਮੈਂ ਥੋੜਾ 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 ਰਠੌਰ ਸਾਹਿਬ ਆਪਾਂ ਥੋੜਾ ਜਿਹਾ ਸਮਝ ਲਿਏ 1 ਐਮਐਲਏ 2 ਲੱਖ 2 ਲੱਖ ਵੋਟਰਾਂ ਦਾ ਨੁਮਾਇੰਦਾ 40 ਐਮਐਲਏ ਪਹਿਲਾਂ ਡੀਮ ਦੇ ਮਤੇ ਨਾਰਾਜ਼ ਹੋਏ ਹੁਣ 9 ਐਮਐਲਏ ਮੈਂ ਦੱਸ ਰਿਹਾ ਜਿਹੜੀ ਰਿਪੋਰਟਿੰਗ ਮੈਂ ਕੀਤੀ ਹੈ ਉੱਥੇ ਜਿਹੜੀ ਸਾਡੀ ਟੀਮ ਨੇ ਕੀਤੀ ਹੈ ਅਸੀਂ ਉਹ ਦੱਸ ਰਹੇ ਹਾਂ 9 ਐਮਐਲਏ ਸਿੱਧਾ ਸਿੱਧਾ ਸਰਕਾਰ 'ਤੇ ਸਵਾਲ ਚੁੱਕਦੇ ਪਏ ਹੈ ਵੀ ਕਿਵੇਂ ਨਿਜਠੋਗੇ ਰਠੌਰ ਸਾਹਿਬ देखो मैं एक गलती में पहला कह चुके हैं कि जेडी कोई अगर किसी एमएलए ਦੇ ਅੰਦਰ ਜਾਂ ਮੰਤਰੀ ਦੇ ਅੰਦਰ ਸਰਕਾਰ ਦੇ ਪ੍ਰਤੀ ਹੈ ਕੋਈ ਸੀ ਕੰਮਕਾਜ ਦੇ ਪ੍ਰਤੀ ਅਗਰ ਕੋਈ ਸ਼ੰਕਾ ਹੈ ਜਾਂ ਕੋਈ ਗੁੱਸਾ ਹੈ ਜਾਂ ਕੋਈ ਗੱਲ ਹੈ ਉਹ ਸਾਡਾ ਫਰਜ਼ ਹੈ ਉਹ ਨੁਮਾਇੰਦੇ ਦਾ ਵੀ ਫਰਜ਼ ਹੈ ਸਦਨ ਦਾ ਪਟਲ ਹੈ ਸਦਨ ਦੇ ਪਟਲ ਦੇ ਉੱਤੇ ਅਸੀਂ ਆਪਣੀ ਗੱਲ ਮੁਖੀ ਨੂੰ ਰੱਖਣੀ ਹੈ ਇਹ ਫੈਸਲਾ ਮੁਖੀ ਨੇ ਕਰਨਾ ਹੈ ਉਸ ਤੋਂ ਬਾਅਦ ਵੀ ਮੈਂ ਦੇ ਉੱਤੇ ਕੀ ਐਕਸ਼ਨ ਲੈਣਾ ਹੈ ਕੀ ਐਕਸ਼ਨ ਨਹੀਂ ਲੈਣਾ ਔਰ ਜਿੱਥੇ ਤੱਕ ਸਵਾਲ ਹੈ ਉਹ ਨੁਮਾਇੰਦਿਆਂ ਨੂੰ ਵੀ ਜਿਹੜਾ ਹੈ ਉਹ ਪਬਲਿਕ ਚੁਣ ਕੇ ਭੇਜਦੀ ਹੈ ਪਿਛਲੇ 3 ਸਾਲਾਂ ਦੇ ਅੰਦਰ ਇਲੈਕਸ਼ਨ ਹੋਏ ਨੇ ਬਾਇਲੈਕਸ਼ਨ ਹੋਏ ਨੇ ਪਾਰਲੀਮੈਂਟਲ ਇਲੈਕਸ਼ਨ ਹੋਏ ਨੇ ਕਾਰਪੋਰੇਸ਼ਨਲ ਇਲੈਕਸ਼ਨ ਹੋਏ ਨੇ ਕਾਉਂਸਲ ਇਲੈਕਸ਼ਨ ਹੋਏ ਨੇ ਪੰਚਾਇਤ ਇਲੈਕਸ਼ਨ ਹੋਏ ਨੇ ਤੁਸੀਂ ਦੇਖਿਆ ਕਿ ਵਿਰੋਧੀ ਪਾਰਟੀਆਂ ਦੇ ਉੱਤੇ ਹਾਲਾਤ ਕੀ ਸੀ ਅਗਰ ਲੋਕਾਂ ਨੂੰ ਲੱਗ ਸਭ ਕੁਝ ਕਰਤਾ ਕੁਛ ਨਾ ਕੁਛ ਕਰ ਰਹੀ ਹੈ ਤਾਂ ਲੋਕ ਸਾਡੇ ਤੁਹਾਡੇ ਤੁਹਾਡੇ ਨੇ ਵਧਾਏ ਕਿਹ ਵਜ਼ੀਰ ਹੈ ਕਿਤੇ ਵਿਰੋਧੀਆਂ ਦੇ ਵਿਰੋਧੀਆਂ ਦੇ ਪਾਲੇ ਨਹੀਂ 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 ਬਿਲਕੁਲ ਨਹੀਂ ਹੈ ਦੇਖੋ ਬਹੁਤ ਵੱਡੀ ਪਾਰਟੀ ਹੈ ਇਹ ਪਾਰਟੀ ਦੇ ਅੰਦਰੂਨੀ ਮਾਮਲੇ ਔਰ ਕੁਛ ਨਾ ਕੁਛ ਇਹ ਜੀ ਗੱਲ ਨਹੀਂ ਹੈ ਆਪਸ ਚ ਕਈ ਵਾਰ ਕਿਸੇ ਮੁੱਦੇ ਤੇ ਸਹਿਮਤ ਨਹੀਂ ਬਣਦੀ ਥੋੜਾ ਇਫੈਕਟ ਤੇ ਆਪਾਂ ਗੱਲ ਕਰਦੇ ਪ੍ਰਗਟ ਸਿੰਘ ਨੇ ਚੱਠੀ ਲਿਖੀ 2 ਮਹੀਨੇ ਬਾਅਦ ਕੈਪਟਨ ਸਾਹਿਬ ਉਹਨਾਂ ਨੂੰ ਬੁਲਾਉਂਦੇ ਆ ਪ੍ਰਗਟ ਸਿੰਘ ਫਿਰ ਵੀ ਸਦਨ ਵਿੱਚ ਬੋਲੀ ਜਾਂਦੇ ਤੁਹਾਡੇ ਖਿਲਾਫ ਦੇਖੋ ਇੱਕ ਗੱਲ ਤਾਂ ਤੁਸੀਂ ਇਹ ਨਾ ਨਹੀਂ 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 ਪਰ ਕੈਪਟਨ ਸਾਹਿਬ ਨੇ ਡਿਨਰ ਕਰਾਇਆ ਕਮੀ ਨਹੀਂ ਮੰਨਦੇ ਪਏ ਨਹੀਂ 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 ਦੇਖੋ ਦੇਖੋ ਪਾਰਟੀ ਬਹੁਤ ਵੱਡੀ ਹੈ ਇਹ ਛੋਟੀ ਪਾਰਟੀ ਨਹੀਂ ਨੈਸ਼ਨਲ ਪਾਰਟੀ ਨਹੀਂ ਨਹੀਂ ਐਮਐਲਏ ਜ਼ਿਆਦਾ ਨਹੀਂ 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 ਹਾਂ ਇਹ ਇਹ ਬਿਲਕੁਲ ਗਲਤ ਹੈ ਕਿ ਵੀ ਸੰਭਾਲੀ ਨਹੀਂ ਜਾ ਰਹੀ ਮੇਰੀ ਮੇਰੀ ਪੂਰੀ ਪੂਰੀ ਗੱਲ ਹੋਰ ਪੂਰੀ ਗੱਲ ਹੋਰ ਇਹ ਇਹ ਜਿਹੜਾ ਮੁੱਦਾ ਹੈ ਨਾ ਇਹ ਮੈਂ ਤਾਂ ਵੈਸੇ ਸਮਝਦਾ ਹਾਂ ਕਿ ਪਾਰਟੀ ਦੀ ਆਪ ਦੇਖੋ ਆਪਾਂ ਕਹੀਏ ਗਰੂਪੀਜ਼ਮ ਨਹੀਂ ਹੁੰਦਾ ਹਾਂ ਬਹੁਤ ਪਾਰਟੀਆਂ ਚਾਹੇ ਕਾਲੀ ਦਲ ਚਾਹੇ ਕਾਲੀ ਦਲ ਚਾਹੇ ਹੁੰਦਾ ਸਿੱਧੂ ਸਾਦਾ ਗਰੁੱਪ ਹੈ ਨਹੀਂ ਮੈਂ ਕਿਸੇ ਦਾ ਨਾਮ ਨਹੀਂ ਲੈਣਾ ਜੇ ਨਾਮ ਨਹੀਂ ਹੁੰਦੇ ਨਾ ਨਾ ਬਿਲਕੁਲ ਆਮ ਆਦਮੀ ਪਾਰਟੀ ਦੇ ਅੰਦਰ ਵੀ ਆਮ ਆਦਮੀ ਪਾਰਟੀ ਚ ਵੀ ਹੈ ਕਾਲੀ ਦੀ ਗੱਲ ਹੋ ਰਹੀ ਹੈ ਤੁਹਾਡੀ ਗੱਲ ਹੋ ਰਹੀ ਹੈ ਦੇਖੋ ਮੈਂ ਰਠੌਰ ਸਾਹਿਬ ਵਹਿਜੂ ਗਨੇ ਪਾਰਟੀ ਡੈਮੋਕ੍ਰੇਸੀ ਹੈ ਜੇ ਤੁਸੀਂ ਵਾਕਈ ਇੱਕ ਮਿੰਟ ਰਠੌਰ ਸਾਹਿਬ ਜੇ ਤੁਸੀਂ ਵਾਕਈ ਡੈਮੋਕ੍ਰੇਸੀ ਨੂੰ ਮੰਨਦੇ ਹੋ ਅੱਜ ਦੱਸ ਦਿਓ ਨਾ ਤੁਹਾਡੇ ਕਿੰਨੇ ਆ ਗਏ 117 ਬੰਦੇ ਮੈਨੂੰ ਕੱਟ ਪਤਾ ਹੋਣਾ 117 ਬੰਦੇ ਇੱਕ ਪਾਸੇ ਨਹੀਂ ਹੋ ਸਕਦੇ ਇੱਕ ਪਾਸੇ ਨਹੀਂ ਹੋ ਸਕਦੇ ਠੀਕ ਹੈ ਨਾ ਇਸੇ ਤਰ੍ਹਾਂ 70 ਬੰਦੇ ਵੀ ਹੋ ਸਕਦਾ ਦੋ ਬਾਰੇ ਥੋੜਾ ਆਪਣੀ رائے ਲਗਾ ਗ੍ਰੂਪੀਜ਼ਮ ਆ ਪਾਰਟੀ ਦੇ ਵਿੱਚ ਹੋਰ ਕੋਈ ਜਿੱਕਰ ਨਹੀਂ ਤੁਹਾਡੇ ਵਿੱਚ ਹੀ ਹੈਗਾ ਹਾਂ ਠੀਕ ਹੈ ਮੈਂ ਤੁਹਾਡਾ ਸਵਾਲ ਲੈ ਰਿਹਾ ਤੁਹਾਡੇ ਵਿੱਚ ਇਹ ਕਾਹਦੀ ਦਿੱਕਤ ਹੈ ਮੈਨੂੰ ਕੁਝ ਹਾਂ ਬਿਲਕੁਲ ਸਰ ਦੇਖੋ ਸਾਡੇ ਦੇ ਵਿੱਚ ਇਸ ਤਰ੍ਹਾਂ ਦਾ ਕੁਝ ਨਹੀਂ ਹੈਗਾ ਜਿਹੜੇ ਇਹਨਾਂ ਦੇ ਕੁਝ ਗੇਮ ਪਲੇ ਇਹਨਾਂ ਨੇ ਲੋਕਾਂ ਨੇ ਕੀਤੀ ਸੀ ਉਸ ਤਰ੍ਹਾਂ ਸਾਨੂੰ ਸੱਟ ਬੈਂਕ ਜਰੂਰ ਲੱਗਿਆ ਸੀ ਪਰ ਜਿਹੜੇ ਤੁਸੀਂ ਦੇਖਿਆ ਹੋਣਾ ਇਹ ਸੈਸ਼ਨ ਦੇ ਵਿੱਚ ਵੀ ਦੇਖਿਆ ਸਾਡੀ ਜਿਹੜੀ ਪਾਰਟੀ ਹੈ ਬਿਲਕੁਲ ਜਿਹੜਾ ਹੈਗਾ ਇੰਟੈਕਟ ਹੈਗੀ ਹੈ ਪਰ ਮੈਂ ਇੱਕ ਗੱਲ ਦਾ ਹੋਰ ਜਵਾਬ ਦੇਣਾ ਚਾਹਾਂਗਾ ਪਰਮਿੰਦਰ ਜੀ ਨੇ ਜਾਟਪੁਰੀ ਜੀ ਨੇ ਜਿਹੜਾ ਮਸਲਾ ਉਠਾਇਆ ਸੀ ਕਿ ਆ ਜਿਹੜੀ ਹੈਗੀ ਹੈ اپੋਜੀਸ਼ਨ ਖਾਸ ਕਰਕੇ ਜਦੋਂ ਆਵਾਦੀ ਪਾਰਟੀ ਦੀ ਗੱਲ ਕਰਦੇ ਆ ਕਿ ਉਹ ਸਦਨ ਦੇ ਵਿੱਚ ਇੱਕ ਵੀਕ ਪਾਰਟੀ ਦੇ ਤੌਰ ਤ ਨਹੀਂ ਹੈਗਾ ਜਿਸ ਜਮਦ ਹੋ ਵੀ ਨਹੀਂ ਸਕਦੇ ਹੋ ਵੀ ਨਹੀਂ ਸਕਦੇ ਗਰਕ ਸਾਹਿਬ ਤੁਹਾਡੀ ਪਾਰਟੀ ਲੈ ਨਹੀਂ ਸਮਤ ਉਸਦੇ ਪਰ ਸਵਾਲ ਪਰ ਸਵਾਲ ਤੁਹਾਡੇ ਜਿਹੜੇ ਪਾਰਟੀ ਦੇ ਵਿੱਚ ਰਹੇ ਬੰਦੇ ਮਿਸਟਰ ਖਹਿਰਾਹਰੀ ਉਹ ਸਵਾਲ ਚੁੱਕਦੇ ਪਏ ਆ ਵੀ ਤੁਹਾਨੂੰ ਤੁਹਾਨੂੰ ਮੁੱਦਿਆਂ ਤੇ ਸਟੈਂਡ ਨਹੀਂ ਕਰਨਾ ਆ ਰਿਹਾ ਖਹਿਰਾ ਸਾਹਿਬ ਨੇ ਕਿੰਨਾ ਕੁ ਸਟੈਂਡ ਕੀਤਾ ਉਹਨਾਂ ਨੂੰ ਲੋਕਾਂ ਨੇ ਦੱਸ ਦਿੱਤਾ ਹੈਗਾ ਉਸ ਚੀਜ਼ ਨੂੰ ਛੱਡੋ ਤੁਸੀਂ ਖਹਿਰਾ ਸਾਹਿਬ ਮੁੱਦੇ ਚੱਕਦੇ ਰਹੇ ਆ ਵਿਧਾਨ ਸਭਾ ਦੇ ਵਿੱਚ ਮੁੱਦੇ ਉਹ ਚੱਕਦੇ ਰਹੇ ਆ ਉਹ ਸਿਰਫ ਮੀਡੀਆ ਕਰੇਜ ਹੈਗਾ ਸੀ ਉਹ ਹੁਣ ਖਤਮ ਹੋ ਗਈ ਹੈ ਉਹ ਚੀਜ਼ ਨੂੰ ਛੱਡੋ ਤੁਸੀਂ ਮੈਨੂੰ ਆਦੇ ਮੁੱਦੇ ਤੇ ਆਉਣ ਦੇ ਜਿਹੜੀ ਮੈਂ ਗੱਲ ਕਹਿਣੀ ਚਾ ਰਿਹਾ ਹੁਣ ਤੁਹਾਡੇ ਚ ਮੀਡੀਆ ਕਰੇਜ ਤਾਂ ਨਹੀਂ ਦਰਸਾਪਾ ਆ ਫੋਟੋ ਤੁਹਾਡੇ ਕੰਪਈ ਆ ਬਹੁਤ ਕੰਗਾਲੀ ਹੋਈ ਆ ਫੋਟੋ ਵੀ ਤੁਹਾਡੇ ਬਦਲ ਰਹੀ ਆ ਫੋਟੋ ਦੀ ਗੱਲ ਕਰ ਰਹੇ ਹੋ 15 ਬੰਦੇ ਚਲੇ ਜਾਂਦੇ ਨੇ ਇਸੇ ਫੋਟੋ ਦੇ ਇਸੇ ਫੋਟੋ ਦੇ ਲੀਟਰ ਇੱਕ ਬੜਾ ਰਸਾ ਸੋਲ ਸਰ ਤੁਸੀਂ ਇਸ ਫੋਟੋ ਦੀ ਗੱਲ ਕਰ ਰਹੇ ਹੋ ਇਹ ਤੁਹਾਡੀ ਬੋਧਕ ਕੰਗਾਲੀ ਹੈਗੀ ਆ ਮਤਲਬ মিডিਆ ਦੀ ਬੋਧਕ ਕੰਗਾਲੀ ਹੈ ਕੰਗਾਲੀ ਇਸ ਕਰਕੇ ਆ ਗੱਲ ਤੇ ਇਹ ਹੋਣਾ ਸ퍼 ਜਵਾਬ ਕਿਉਂ ਨਹੀਂ ਦਿੰਦੇ মিডিਆ ਦੀ ਬੋਧਕ ਗੱਲ ਇਹ ਹੋਣੀ ਚਾਹੀਦੀ ਸੀ ਇਸ ਜਿਹੜਾ ਬੁੱਕਲੇਟ ਦੇ ਵਿੱਚ ਜਿਹੜਾ ਅਸੀਂ ਵਾਈਟ ਪੇਪਰ ਜਾਰੀ ਕੀਤਾ ਹੈ ਜਿਹੜੇ ਚ ਕੰਟੈਂਟ ਦਿੱਤੇ ਆ ਜਿਹੜੇ ਚ ਤੱਥ ਦਿੱਤੇ ਹੈਗੇ ਆ ਉਹ ਠੀਕ ਨੇ ਜਾਂ ਗਲਤ ਨੇ ਹਲਤ ਇਹ ਤੁਸੀਂ ਤੁਸੀਂ ਕਿਹਾ ਸੀ ਸਰ ਗੱਲ ਹੋਣੀ ਚਾਹੀਦੀ ਵਿੱਚ ਹਰ ਮੁੱਦਾ ਸਰ ਸੋਲੋਣੇ ਕਰ ਸਾਬ ਤੇ ਬੋਧਿਕੰਗਾਲੀ ਹੋਣ ਜਾ ਰਹੀ ਹੈ ਬੋਧਿਕੰਗਾਲੀ ਉਹ ਕਾਰਨ ਵੀ ਲੋਣਾ ਤੁਸੀਂ ਗੱਲ ਕਰ ਰਹੇ ਕਿ ਇਥੇ ਅਮਨ अरोड़ा ਦੀ ਫੋਟੋ ਕੱਢੋ ਬੋਧਿਕੰਗਾਲੀ ਵਾਲਾ ਸੁਣ ਵੀ ਲੋਣਾ ਬੋਧਿਕੰਗਾਲੀ ਵਾਲਾ ਸਵਾਲ ਵੀ ਸੁਣ ਲੋ ਫੋਟੋ ਕਿਉਂ ਨਹੀਂ ਲੱਗੀ ਗਰਗ ਸਾਬ ਤੁਹਾਡੀ ਬੋਧਿਕੰਗਾਲੀ ਦਾ ਹੋਰ ਕੀ ਹੈ ਗਰਗ ਸਾਬ ਬੋਧਿਕੰਗਾਲੀਆਂ ਦਾ ਸਵਾਲ ਵੀ ਸੁਣ ਲੋ ਨਾ ਤੁਸੀਂ ਮੁੱਦਾ ਚੁੱਕਿਆ ਇਸਨੇ ਵਿਧਾਨ ਸਭਾ ਵਿੱਚ ਸਾਰੀ ਕਾਰਵਾਈ ਪੰਜਾਬੀ ਚ ਹੋਣੀ ਚਾਹੀਦੀ ਹੈ ਤੇ ਕੈਪਟਨ ਸਾਹਿਬ ਜਦ ਤੱਕ ਪੰਜਾਬੀ ਚ ਨਹੀਂ ਬੋਲਣਗੇ ਅਸੀਂ ਵਾਕ ਆਊਟ ਕਰ ਜਾਾਂਗੇ ਬਾਹਰ ਚੱਲ ਜਾਵਾਂਗੇ ਤੁਸੀਂ ਇ ਇਹ ਇਹ ਗੱਲ ਵੀ ਕਿੰਨੇ ਕੁਸ਼ ਕਰਦੇ ਕੁਸ਼ ਕਲੀਅਰ ਕਰ ਦਿੱਤਾ ਹੈਗਾ ਸੀ ਕਲੀਅਰ ਤੁਹਾਨੂੰ ਕੀਤਾ ਨਾ ਉੱਥੇ ਸਵਾਲ ਜਿਹੜਾ ਤੁਸੀਂ ਪੁੱਛਿਆ ਤੁਹਾਨੂੰ ਉਹਦਾ ਜਵਾਬ ਦਿੱਤਾ ਹਾਂ ਸਵਾਲ ਪੁੱਛਿਆ ਤੇ ਮੈਂਦਾ ਜਵਾਬ ਦਿੱਤਾ ਇਹ ਤਾਂ ਬੋਲੇ ਗੱਲ ਹੀ ਕਰ ਲੈਂਦੇ ਹੋ ਇਹ ਜੇ ਅਕਾਲੀ ਕੋਟ ਕਰਕੇ ਤੁਸੀਂ ਜਾਨੀ ਕਿ ਭਜੋ ਸਾਨੂੰ ਜਵਾਬ ਦੇ ਦਿੰਦੇ ਹੋ ਜਿਹੜਾ ਬੋਲੋ 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 ਅਸੀਂ ਨਹੀਂ ਭਜਦੇ ਕੁਐਸਚਨ ਤੁਸੀਂ ਕੀਤਾ ਹੈਗਾ ਇਹ ਜਿਹੜਾ ਹੈਗਾ اپੋਜੀਸ਼ਨ اپੋਜੀਸ਼ਨ ਦਾ ਕੰਮ ਹੁੰਦਾ ਸਰਕਾਰ ਦੇ ਉੱਤੇ ਪ੍ਰੈਸ਼ਰ ਬਣਾਉਣਾ ਅੱਜ ਜੇ ਬਿਜਲੀ ਦੀ ਗੱਲ ਹੋ ਰਹੀ ਹੈ ਪੂਰੇ ਪੰਜਾਬ 'ਚ ਗੱਲ ਹੋ ਰਹੀ ਹੈ ਲਹਿਰ ਬਣਦੀ ਹੈ ਤਾਂ ਇਸ ਦਾ ਕ੍ਰੈਡਿਟ ਆਮ ਆਦਮੀ ਪਾਰਟੀ ਨੂੰ ਲਗਾਤਾਰ ਅਸੀਂ ਸਰਕਾਰ ਤੇ ਪ੍ਰ ਵਜਾ ਕਰਕੇ 16 ਜਨਵਰੀ ਨੂੰ ਜਿਹੜਾ ਅਸੀਂ ਫੇਰ ਜਾਨੀ ਕਾਟ ਤੁਹਾਡੀ ਵਜਾ ਕਰਕੇ ਪ੍ਰਗਤ ਸਿੰਘ ਹਰਾਨੇ ਜਾਂ ਬਿਲਕੁਲ ਉਹਨਾਂ ਨੇ ਸਵਾਲ ਤੁਹਾਡੀ ਵਜਾ ਕਰਕੇ ਚੁੱਕੇ ਸਾਡੀ ਵਜਾ ਇੱਕ ਛੋਟਾ ਜਿਹਾ ਬ੍ਰੇਕ ਲਾਉਂਗਾ ਬ੍ਰੇਕ ਤੋਂ ਵਾਪਸ ਆਉਂਗਾ ਆਮ ਆਦੀ ਪਾਰਟੀ ਕਰੀਏ ਸਾਡੀ ਵਜਾ ਕਰਕੇ ਕੈਪਟਨ ਦੇ ਜਿਹੜੇ ਐਮ ਐਲ ਏ ਆ ਉਹ ਸਵਾਲ ਪੁੱਛਨੇ ਉਹਨਾਂ ਨੇ ਸ਼ੁਰੂ ਕਰਤੇ ਆ ਚਲੋ ਇਹਨਾਂ ਦੀ ਗੱਲ ਵੀ ਅੱਗੇ ਮੰਨ ਲੈਂਦੇ ਆ ਪਰ ਉਹ ਸਵਾਲ ਜੋ ਉਹਨਾਂ ਨੇ ਪੁੱਛਨੇ ਸ਼ੁਰੂ ਕਰਤੇ ਉਹਨਾਂ ਸਵਾਲਾਂ ਦਾ ਹੱਲ ਕੀ ਹੈਗਾ ਕਿ ਕੈਪਟਨ ਰਿੰਦ ਸਿੰਘ 2 ਸਾਲ ਦੇ ਰਹਿੰਦੇ ਕਾਰਜਕਾਲ ਦੇ ਵਿੱਚ ਆਪਣੇ ਜਿਹੜੇ ਕੀਤੇ ਵਾਅਦੇ ਪੂਰੇ ਕਰ ਸਕਣਗੇ ਕਰ ਸਕਣਗੇ ਸ ਕੈਪਟਨ ਸਰਕਾਰੀ 10 ਸਾਲ ਦੇ ਕਾਰਜਕਾਲ ਤੇ ਆਪਣੇ ਆ ਦਾ ਕਾਟੋ ਕਲੇਸ਼ ਕਿਉਂ ਜਟਪੂਰੀ ਸਾਹਿਬ ਇੱਕ ਚੀਜ਼ ਮੈਨੂੰ ਸਮਝਾਓ ਇੱਕ ਤਾਂ ਇਹ ਮੀਡੀਆ ਦੀ ਬੋਧਕੰਗਾਲੀ ਤੇ ਸਵਾਲ ਚੁੱਕ ਰਿਹਾ ਕਿ ਮੀਡੀਆ ਦੇ ਵਿੱਚ ਬੋਧਕੰਗਾਲੀ ਆ ਗਈ ਮੈਨੂੰ ਇੱਕ ਚੀਜ਼ ਸਮਝਾ ਦਿਓ ਆਪਾਂ ਆਪਦੇ ਆਪ ਤੁਸੀਂ ਸਵਾਲ ਪੁੱਛ ਲਈ ਅੱਜ ਅਸੀਂ ਬੋਧਕੰਗਾਲੀ ਵੱਲ ਵੱਧ ਰਹੇ ਹਾਂ ਦੇਖੋ ਜੀ ਮੀਡੀਆ ਆਜ਼ਾਦ ਆ ਭਾਵੇਂ ਕਿ ਹਿੰਦੁਸਤਾਨ ਦੇ ਵਿੱਚ ਬਹੁਤ ਸਾਰਾ ਜਿਹੜਾ ਹੈਗਾ ਗੱਲ ਘੁੱਟਿਆ ਹੋਇਆ মিডিਆ ਦਾ ਇਹਨੂੰ ਕਈ ਤਾਂ ਗੋਦੀ মিডিਆ ਵੀ ਬਣਾ ਰਿਆ ਹੋਇਆ ਜਿਹਦੀ ਆਪਾਂ ਸੁਣਦੇ ਆਂ ਪੰਜਾਬ ਦੇ ਵਿੱਚ ਫਾਸਟਵੇ ਨੇ ਨੈਟਵਰਕ ਨੇ ਕਬਜ਼ਾ ਕਰਕੇ ਬਣਾ ਲਿਆ ਹੋਇਆ ਜਿਵੇਂ ਜਿਹੜੇ ਨੈਸ਼ਨਲ ਚੈਨਲ ਆ ਉਹਨਾਂ ਨੂੰ ਚੱਲਣ ਹੀ ਨਹੀਂ ਦਿੰਦਾ ਜਿਹੜੇ ਕਿਉਂਕਿ ਜਿਹੜੇ ਖਿਲਾਫ ਕਰਨ ਅਕਾਲੀ ਦਲ ਦੇ ਗੱਲ ਉਹਨਾਂ ਨੂੰ ਬੰਦ ਗਲਾ ਘੁੱਟ ਦਿੰਦੇ ਆ ਉਹਨਾਂ ਦੀ ਆਵਾਜ਼ ਖਰਾਬ ਕਰ ਦਿੰਦੇ ਆ ਜਾਂ ਉਹਨਾਂ ਨੂੰ ਚਲਾਉਂਦੇ ਹੀ ਨਹੀਂ ਤੇ ਇਹ ਜਿਹੜਾ ਹੈਗਾ ਆਪਾਂ ਗੱਲ ਕਰੀਏ ਗਰਗ ਸਾਹਿਬ ਦੀ ਪਰ ਬਾਕੀ ਇਹਦੇ ਵਿੱਚ ਜਿਹੜਾ ਹੈਗਾ ਕੇਪੀਜੀ ਨੇ ਸਹੀ ਕਿਹਾ ਵੀ ਜਿਹੜੀ ਕਿਉਂਕਿ ਇਹਦੀ ਗੁੱਟਬੰਦੀ ਬਣ ਚੁੱਕੀ ਆ ਤੇ ਤਿੰਨ ਤਿੰਨ ਗੁੱਟ ਬਣ ਚੁੱਕੇ ਨੇ ਇਹਦੇ ਵਿੱਚ ਜਿਹੜੇ ਕਿ ਇੱਕ ਗੁੱਟ ਤਾਂ ਸਪਸ਼ਟ ਲੋਕਾਂ ਸਾਹਮਣੇ ਪੰਜ 6 ਐਮਐਲ ਬੈਠੇ ਰਹੇ ਜਦੋਂ ਵਾਕਆਊਟ ਕਰਦੇ ਸੀ ਇਹ ਵਿਧਾਨ ਸਭਾ ਚ ਹਰਪਾਲ ਸਿੰਘ ਮੇਹਣੀ ਸਪੀਕਰ ਦੀ ਵੈਲ ਤੇ ਜਾਇ ਖੜ ਜਾਂਦੇ ਸੀ ਇਹਨਾਂ ਦੇ ਨਾਲ ਉਹ ਉੱਠ ਕੇ ਜਾਂਦੇ ਨਹੀਂ ਸੀ ਜਦਕਿ ਇਹਨਾਂ ਦੇ ਐਮ.ਐਲ.ਏ ਆ ਅੰਦਰ ਵਿਧਾਨ ਸਭਾ ਦੇ ਵਿੱਚ ਭਾਵੇਂ ਉਹ ਬਾਗੀ ਆ ਬਾਹਰ ਤੇ ਇਹਨਾਂ ਦੇ ਐਮ.ਐਲ.ਏ ਆ ਉਹ ਖੜ ਜਾਂਦੇ ਨਹੀਂ ਸੀ ਕਮਰਸੰਦੂ ਜਿਵੇਂ ਸੁਖਪਾਲ ਖੈਰਾ ਪਰਮੇਲ ਸਿੰਘ ਹੋਰੀ ਇਹ ਉਹਨਾਂ ਦੇ ਨਾਲ ਨਹੀਂ ਜਾਂਦੇ ਸੀ ਇਹ ਤਾਂ ਗਰੁੱਪ ਜਿਹੜਾ ਹੈਗਾ ਇਹਦਾ ਸਪਸ਼ਟਾ ਦੂਸਰਾ ਜਿਹੜਾ ਹੈਗਾ ਅੰਦਰ ਆਪਾਂ ਨੂੰ ਇਹ ਸਭ ਨੂੰ ਪਤਾ ਜਿਹੜੇ ਰਾਜਨੀਤਿਕ ਸੋਜੀ ਰੱਖਦੇ ਆ ਵੀ ਇੱਕ ਪਾਸੇ ਤਾਂ ਹਰਪਾਲ ਸਿੰਘ ਚੀਮਾ ਜਿਹੜਾ ਹੈਗਾ ਉਹ ਉਹਨਾਂ ਦਾ ਆਪਾਂ ਕਾਦੋ ਨਾ ਸੰਗਰੂਰ ਤੋਂ ਪਾਰਟੀ ਚੱਲਦੀ ਹੈ ਹਰਪਾਲ ਸਿੰਘ ਚੀਮਾ ਅਮਨ अरोड़ा ਭਗਵੰਤ ਮਾਨ ਨੂੰ ਵਕੂ ਕਰੇ ਚਰੇ ਤੇ ਹਾਂਜੀ ਤੇ ਬਾਕੀ ਜਿਹੜਾ ਹੈਗਾ ਉਹ ਦੂਜੇ ਪਾਸੇ ਅ ਅਮਨ अरोड़ा ਜੀ ਪ੍ਰੋਫੈਸਰ ਬਲਜਿੰਦਰ ਕੌਰ ਉਹਨਾਂ ਨੂੰ ਜਿਹੜੇ 2-3 ਹੋਰ ਐਮਐਲਏ ਨੂੰ ਨਾਲ ਲੈ ਕੇ ਉਹ ਵੱਖਰਾ ਆਪਣਾ ਮੈਮੋਰੰਡਮ ਦਿੰਦੇ ਆ ਜਦ ਕਿ ਚਾਹੀਦਾ ਹੁੰਦਾ ਜੇ ਜਦੋਂ ਇਹੇ ਜੀ ਗੱਲ ਹੁੰਦੀ ਆ ਸਰ ਸਾਹਿਬ ਬੋਧ ਗੰਗਾਲੀ ਨਾਲ ਤੋਂ ਸੋਲੋ ਆਪਣੇ 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 ਨੇਤਾ ਦੇ ਨਾਲ ਲੈ ਕੇ ਚੱਲਣਾ ਹੁੰਦਾ ਆਪਣੇ ਜਿਹੜਾ ਪਾਰਟੀ ਦੇ ਪ੍ਰੋਟੋਕੋਲ ਅਨਸਾਰ ਪ੍ਰਧਾਨ ਦੀ ਅਗਵਾਈ ਚ ਕਰਨੀ ਹੁੰਦੀ ਹੈ ਭਗਵੰਤ ਮਾਨ ਦੇ ਉਹਨਾਂ ਨੂੰ ਕਰਨੀ ਚਾਹੀਦੀ ਆ ਜਦ ਕਿ ਹਮੇਸ਼ਾ ਜਿਹੜੀ ਪ੍ਰੈਸ ਕਾਨਫਰੰਸ ਹੁੰਦੀ ਆ ਉਹ ਇਕੱਲੇ ਅਮਨ अरोੜਾ ਦੀ ਹੁੰਦੀ ਆ ਦੂਜੇ ਪਾਸੇ ਜਿਹੜੀ ਹੁੰਦੀ ਆ ਉਹ ਭਾਵੇਂ ਉਹਨਾਂ ਦਾ ਸਦਾ ਹੁਣ ਆਪਾਂ ਵਾਪਸ ਮੁੱਦੇ ਤੇ ਆ ਜੀ ਬੁੱਧਕੰਗਾਲੀ ਦਾ ਜਵਾਬ ਦੇਣਾ ਜ਼ਰੂਰ ਬੰਦਾ ਸੀਗਾ ਵੀ ਬੁੱਧਕੰਗਾਲੀ ਚ ਕੌਣ ਖੜਾ ਹੈਗਾ ਸਵਾਲ ਇਹ ਹੈਗਾ ਜਟਪੂਰੀ ਸਾਹਿਬ ਜੀ ਕਿ ਪਰਗਤ ਸਿੰਘ ਅਰੀ ਗੱਲ ਕਹਿੰਦੇ ਆ ਕਦੇ ਵਾਈਟ ਪੇਪਰ ਲਿਆਉਂਦੇ ਦਾਵੇ ਕਦੇ ਅਫਸਰਾਂ ਦੀ ਕਮੇਟੀ ਕਹਿੰਦੇ ਇਹ ਉਦੋਂ ਹੁੰਦਾ ਜਦੋਂ ਮੁੱਦਿਆਂ ਤੋਂ ਭੱਜਣਾ ਹੋਵੇ ਇੱਕ ਜਿਹੜਾ ਬਰਿੰਦਰ ਮੀਤ ਸਿੰਘ ਪਾੜਾ ਤੇ ਨਿਰਮਲ ਸਿੰਘ ਉਥੇ ਮੁੱਦਾ ਚੱਕਦੇ ਆ ਕਿ ਪੰਜਾਬ ਭਵਨ ਵਿੱਚ ਕਮਰਾ ਨਹੀਂ ਮਿਲਦਾ ਦਿੱਲੀ ਦੇ ਪੰਜਾਬ ਭਵਨ ਵਿੱਚ ਨਾਲ ਉਹ ਨਾਮ ਲੈਂਦੇ ਆ ਚੀਫ ਸਕੱਟਰੀ ਦਾ ਤੇ ਏਜੀ ਦਾ ਉਸ ਮਾਮਲੇ ਤੇ ਵਿਧਾਨ ਸਭਾ ਦੇ ਸਪੀਕਰ ਖੁਦ ਕਿਰਿਓ ਮਹਿਸੂਸ ਕਰਦੇ ਆ ਦੇਖੋ ਹਮੇ ਕੇ ਦੇਖਿਆ ਗਿਆ ਪੂਰਾ ਸੈਸ਼ਨ ਦੇ ਦੌਰਾਨ ਹੀ ਕਾਂਗਰਸ ਵਾਲੇ ਪਾਸੇ ਜਿਹੜਾ ਸੱਤਾਧਾਰਿਤ ਧਰਵਾਲੀ ਧੇਰਾ ਉਹ ਸਾਈਡ ਤੇ ਜਿਹੜੇ ਵਿਧਾਇਕ ਵੀ ਆ ਉਥੇ ਮੈਂਬਰ ਹੀ ਹੁੰਦੇ ਆ ਉਥੇ ਜਿਨੀ ਕਿ ਆਪਾਂ ਉਹਨਾਂ ਨੂੰ ਸਵੋਧਨ ਹੀ ਭਾਵੇਂ ਮੰਤਰੀਆਂ ਦੇ ਕੁਰਸੀਆਂ ਅੱਗੇ ਲੱਗੀਆਂ ਹੁੰਦੀਆਂ ਪਰ ਉਹ ਵੀ ਬੰਡੇ ਨਜ਼ਰ ਆਏ ਕਿਉਂਕਿ ਜਦੋਂ ਅਕਾਲੀ ਦਲ ਜਦੋਂ ਬਿਕਰਨ ਸਿੰਘ ਮਜੀਠੀਆ ਨਾਲ ਬਹਿਸ ਹੁੰਦੀ ਸੀ ਕਈ ਮਸਲਿਆਂ ਤੇ ਤਾਂ ਉਸ ਸਮੇਂ ਜਿਹੜੇ ਹੈਗੇ ਆ ਸਾਫਟ ਕਾਰਨਰ ਰੱਖਦੇ ਸੀ ਇਹ ਉਹ ਹੱਸਦੇ ਸੀ ਬੈਠੇ ਰਹਿੰਦੇ ਸੀ ਜਦ ਕਿ ਸੁਖਜਿੰਦਰ ਰੰਧਾਵਾ ਹੁਰੀ ਜਿਹੜੇ ਹੈਗੇ ਕਲਵੀਰ ਜੀਰੇ ਹੁਣੀ ਉਹ ਖੜਦੇ ਸੀ ਤੇ ਉਹਨਾਂ ਨੂੰ ਜਵਾਬ ਲਲਕਾਰਦੇ ਸੀ ਉਸ ਤਰ੍ਹਾਂ ਜਿੰਦੀ ਉਹ ਉਹਨਾਂ ਨੂੰ ਇਸ਼ਾਰਾ ਵੀ ਕਰਦੇ ਸੀ ਉਠੋ ਵੀ ਗਾਂਧੀ ਪਰਿਵਾਰ ਤੇ ਇਹ ਆਵਾਜ਼ ਉਠਾ ਰਹੇ ਆ ਤੁਸੀਂ ਗਾਂਧੀ ਪਰਿਵਾਰ ਦੇ ਸਬੰਧਤ ਮਲਤਵੀ ਹੋਏ ਤੇ ਉਹ ਦਾ ਜ਼ਿਕਰ ਕਰ ਦੇਣਾ ਹਾਂਜੀ ਹਾਂਜੀ ਪਹਿਲੇ ਦਿਨ ਹੀ ਤਾਂ ਪਰ ਉਹ ਉੱਠੇ ਨਹੀਂ ਗਈ ਕਾਰਨ ਇਹ ਆ ਫਿਰ ਉਸੇ ਤਰ੍ਹਾਂ ਨਹੀਂ ਜਿਹੜਾ ਹੈਗਾ ਪ੍ਰਗਟ ਸਿੰਘ ਹੋਣਾ ਵੱਲੋਂ ਜਿਹੜੇ ਦੋਸ਼ ਲਾਉਣੇ ਆ ਤੇ ਬਾਕੀ ਜਿਹੜਾ ਹੈਗਾ ਸੁਖਜਿੰਦਰ ਸਿੰਘ ਰੰਦਾਵਾ ਵੱਲੋਂ ਇਹ ਕਹਿਣਾ ਵੀ ਤੂੰ ਬਾਹਰ ਤੁਰਿਆ ਫਰਦਾ ਬਿਕਰਮ ਸਿੰਘ ਮਜੀਠੀਆ ਨੂੰ ਵੀ ਇਹ ਸਾਡੀ ਸਰਕਾਰ ਨਿਕਮੀ ਆ ਜਿਹੜਾ ਤੁਹਾਨੂੰ ਚਾਰ ਸੀਟ ਨਹੀਂ ਕੀਤਾ ਤੁਹਾਨੂੰ ਘਰ ਫੜ ਕੇ ਅੰਦਰ ਨਹੀਂ ਦਿੱਤਾ ਆਪਣੀ ਸਰਕਾਰ ਤੇ ਸਵਾਲ ਉਠਾਉਣਾ ਜੀ ਇਸ ਇਸ ਇਸੇ ਇਸੇ ਤਰ੍ਹਾਂ ਹੀ ਰਾਜਾ ਬੜਿੰਗ ਵੱਲੋਂ ਟਰਾਂਸਪੋਰਟ ਟਰਾਂਸਪੋਰਟ ਮਾਫੀ ਬਾਰੇ ਜਿਹੜਾ ਖੁੱਲ ਕੇ ਸੀਐਮ ਦੀ ਹਾਜ਼ਰੀ ਦੇ ਵਿੱਚ ਜਿਹੜਾ ਬੋਲਿਆ ਗਿਆ ਉਹਨੇ ਵਾਰ-ਵਾਰ ਕਹਿ ਕੇ ਟਾਈਮ ਲਿਆ ਉਸੇ ਕਰਕੇ ਸਦਨ ਨੂੰ ਸਮਾਂ ਵੀ ਵਧਾਉਣਾ ਪਿਆ ਕਿਹਾ ਵੀ ਇਹ ਜਿਹੜਾ ਟਰਾਂਸਪੋਰਟ ਉੱਥੋਂ ਜਿਹੜਾ ਬਾਦਲ ਪਰਿਵਾਰ ਦਾ ਮਾਫੀਆ ਜਿਹੜਾ ਕਾਇਮ ਹੋਇਆ ਉਹ ਸਾਡੀ ਸਰਕਾਰ ਚ ਵੀ ਦੈਨ ਤੋਂ ਗੁਣੀ ਰਾਤਚਾ ਗੁਣਿਤ ਰਕੀ ਕਰ ਰਿਹਾ ਠੀਕ ਠੀਕ ਹੈ ਇਹ ਬੜੇ ਬੜੇ ਆ ਸਵਾਲਾ ਜਿਹੜੇ ਤੁਸੀਂ ਚੁੱਕੇ ਜੀ ਜੀ ਕਲੀਅਰ ਸਾਹਿਬ ਤੁਸੀਂ ਤਾਂ ਨਾਲ ਵਕਾਲਤ ਨੂੰ ਹੀ ਸਮਝਦੇ ਹੋ ਇੱਕ ਜਿਹੜਾ ਹਾਈ ਕੋਰਟ ਵਿੱਚ ਪਈ ਰਿਪੋਰਟ ਆ ਉਹਨੂੰ ਖਲਮਾਉਣਾ ਚਾਹੀਦਾ ਇਹ ਵਾਰ-ਵਾਰ ਕਾਂਗਰਸ ਦੇ ਵਿਧਾਇਕਾਂ ਨਾਲ ਗੱਲ ਕਹੀ ਗਈ ਇਸ ਵਿੱਚ ਕੋਈ ਦਮ ਹੈ ਜਾਂ ਤੁਹਾਨੂੰ ਨਜ਼ਰ ਨਹੀਂ ਆ ਰਹੀ ਕੇਪੀਜੀ ਗੱਲ ਇਹ ਹੈਗੀ ਹੈ ਕਿ ਹਾਈ ਕੋਰਟ ਦੇ ਵਿੱਚ ਕੋਈ ਵੀ ਜਿਹੜਾ ਮੈਟਰ ਚੱਲ ਰਿਹਾ ਉਹ ਵਿਧਾਨ ਸਭਾ ਜੋ ਮਰਜ਼ੀ ਕਹੀ ਜਾਵੇ ਜਾਂ ਨਾ ਕਹੇ ਉਹ ਹਾਈ ਕੋਰਟ ਦੇ ਉੱਤੇ ਜਸਟਿਸ ਜੱਜਾਂ ਨੇ ਉਹਨਾਂ ਨੇ ਦੇਖਣਾ ਹੈ ਕਿ ਉਹਦੇ ਵਿੱਚ ਕੀ ਕਾਰਵਾਈ ਕਰਨੀ ਹੈ ਸੋ ਅਸੀਂ ਤਾਂ ਖੁਦ ਇਹ ਕਹਿੰਦੇ ਆ ਕਿ ਸਭ ਕੁਝ ਜਨਤਕ ਹੋਣਾ ਚਾਹੀਦਾ ਬਟ ਜਿੱਥੇ ਕੋਰਟ ਦਾ ਮਸਲਾ ਸਬਜੂਡਿਸਾ ਉੱਤੇ ਮੈਂ ਕਮੈਂਟ ਨਹੀਂ ਕਰੂੰਗਾ ਨਹੀਂ ਕਾਂਗਰਸ ਦੇ ਐਮਐਲਏ ਦਾ ਸਵਾਲ ਚੁੱਕਦੇ ਬੇਤੁਕਾ ਸਵਾਲਾ ਨਹੀਂ ਕੇਪੀਜੀ ਕਾਂਗਰਸ ਦੇ ਜਿਹੜੇ ਐਮਐਲਏ ਨੇ ਮੈਂ ਉਹਨਾਂ ਦੀ ਇੱਕ ਗੱਲ ਦੱਸ ਦਿਆਂ ਕਿ ਜੋ ਕੁਝ ਸਦਨ ਦੇ ਵਿੱਚ ਹੋਇਆ ਮੈਨੂੰ ਬੜੀ ਖੁਸ਼ੀ ਹੋਈ ਸੀ ਜਦੋਂ ਸਦਨ ਅਨਾਉਂਸ ਹੋਇਆ ਸੀ ਕਿ ਬਾਕੀ ਸਦਨਾਂ ਨਾਲੋਂ ਥੋੜਾ ਲੰਬਾ ਸਦਨ ਰੱਖਿਆ ਪਰ ਉਹਦਾ ਜੇ ਲਾਹਾ ਕਿਸੇ ਨੇ ਚੱਕਿਆ ਕਿਉਂਕਿ ਮੁੱਖ ਮੰਤਰੀ ਸਾਹਿਬ ਵੈਸੇ ਤਾਂ ਕਿਸੇ ਨੂੰ ਮਿਲਣ ਦਾ ਟਾਈਮ ਨਹੀਂ ਦਿੰਦੇ ਸੋ ਮੰਤਰੀਆਂ ਨੂੰ ਕਾਂਗਰਸ ਦੇ ਮੰਤਰੀ ਤੇ ਐਮਐਲਏ ਨੂੰ ਇਲਾਹਾ ਲੱਗਿਆ ਕਿ ਅੱਜ ਮੁੱਖ ਮੰਤਰੀ ਮਸਾ ਥਿਆਇਆ ਸੋ ਅਸੀਂ ਇਹਦੇ ਨਾਲ ਹੀ ਦੋ ਦੋ ਹੱਥ ਕਰ ਲਈਏ ਕਿਉਂਕਿ ਅੰਦਰ ਬੜੀ ਡਿਸ ਕੰਮ ਹੋਏ ਨਹੀਂ ਵਾਦੇ ਬਹੁਤ ਲੰਬੇ ਨੇ ਹੁਣ ਲੋਕ ਘੇਰ ਰਹੇ ਨੇ ਪਿੰਡਾਂ ਦੇ ਵਿੱਚ ਔਰ ਉਹ ਹੈ ਔਰ ਕਿਤੇ ਮੈਂ ਦੂਜੀ ਵੀ ਗੱਲ ਵੀ ਕਹਦੇ ਆ ਕਿ ਜਿੱਥੇ ਕਾਂਗਰਸ ਦੇ ਮੰਤਰੀ ਨੇ ਸੁਖਜਿੰਦਰ ਸਿੰਘ ਰੰਧਾਵਾ ਨੇ ਹੋਰ ਨੇ ਐਡੀ ਬੇਪਰੋਸਗੀ ਸਰਕਾਰ ਦੇ ਵਿੱਚ ਹੈਗੀ ਐ ਚੀਫ ਮਨਿਸਟਰ ਦੇ ਵਿੱਚ ਹੈਗੀ ਐ ਤਾਂ ਕੁਰਸੀਆਂ ਛੱਡ ਕੇ ਪਾਸੇ ਹੋ ਜਾਣ ਇੱਕ ਪਾਸੇ ਵਜ਼ੀਰੀਆਂ ਦਾ ਆਨੰਦ ਮਾਣ ਰਹੇ ਨੇ ਸਰਕਾਰ ਦੇ ਸਵਾਲ ਚੱਕ ਰਹੇ ਨੇ ਸੁਖਜਿੰਦਰ ਸਿੰਘ ਰੰਧਾਵਾ ਨੂੰ ਕਿਉਂ ਲਾਉਣਾ ਚਾਹੁੰਦੇ ਨੇ ਨਹੀਂ ਮੈਂ ਕਹਿੰਦਾ ਵੀ ਜੇ ਕਾਂਗਰਸ ਦਾ ਕੋਈ ਵੀ ਮੰਤਰੀ ਮਹਿਸੂਸ ਕਰਦਾ ਹੈ ਮੁੱਖ ਮੰਤਰੀ ਤੋਂ ਸਰਕਾਰ ਨਹੀਂ ਚੱਲ ਰਹੀ ਪਾਸੇ ਹੋ ਜਾਓ ਅਸਤੀਫਾ ਦੇ ਦਿਓ ਨਵੀਂ ਸਰਕਾਰ ਆ ਜੂਗੀ ਕੰਮ ਕਰ ਲੂਗੀ ਸੋ ਸਦਨ ਦੇ ਵਿੱਚ ਤੁਸੀਂ ਆਪ ਦੇ ਆਪ ਨੂੰ ਐ ਦਿਖਾ ਰਹੇ ਹੋ ਕਿ ਅਸੀਂ ਪਾਕ ਸਾਫ ਆ ਉਸੇ ਸਰਕਾਰ ਦਾ ਹਿੱਸਾ ਉਹੀ ਨਿਕੰਮੀ ਸਰਕਾਰ ਦੇ ਵਿੱਚ ਤੁਸੀਂ ਫਾਇਦੇ ਲੈ ਰਹੇ ਹੋ ਔਰ ਮੈਂ ਉਹੀ ਗੱਲਾਂ ਕਹਿ ਰਿਹਾ ਕਿ ਇਹ ਸਾਰੇ ਬਰਾਬਰ ਦੇ ਜ਼ਿੰਮੇਵਾਰ ਨੇ ਹੁਣ ਔਰ ਕਾਂਗਰਸ ਦੇ ਵਿੱਚ ਕੀ ਹੋੜ ਚੱਲ ਰਹੀ ਹੈ ਕਾਂਗਰਸ ਦੇ ਵਿੱਚ ਹੋੜ ਚੱਲ ਰਹੀ ਹੈ ਕਿ ਸਰਕਾਰ ਨਿਕੰਮੀ ਮੈਂ ਪਾਕ ਸਾਫ ਹੁਣ ਇਹ ਹੋੜ ਦੇ ਉੱਤੇ ਸਾਰੇ ਐਮਐਲ ਲੱਗੇ ਹੋਏ ਨੇ ਠੀਕ ਠੀਕ ਮੈਂ ਆ ਰਿਹਾ ਨਿਰਗਰਵ ਸਾਹਿਬ ਤੁਹਾਡੇ ਕੋਲ ਆ ਰਿਹਾ ਰੋਟੋਰ ਸਾਹਿਬ ਸਵਾਲ ਇਹ ਹੈ ਕਿ ਸਾਰੇ ਆਜ ਦੇ ਆਪ ਨੂੰ ਦੁੱਧੋਤਾ ਸਾਬਤ ਕਰਨਾ ਚਾਹੁੰਦੇ ਆ ਵੀ ਇਸ ਸਰਕਾਰ ਦੇ ਅਸੀਂ ਹਿੱਸਾ ਸੀ ਪਰ ਅੰਦਰ ਬਹਿ ਕੇ ਅਸੀਂ ਆਵਾਜ਼ ਚੁੱਕਦੇ ਰਹੇ ਸਰਕਾਰ ਨੇ ਸੁਣੀ ਨਹੀਂ ਤੇ ਕੈਪਟਨ ਸਾਹਿਬ ਇਕੱਲੇ ਘਿਰ ਜਾਣਗੇ ਬਾਕੀ ਬਚ ਜਾਣਗੇ ਦੇਖੋ ਇਹ ਬਿਲਕੁਲ ਮੈਂ ਕਹਿੰਦਾ ਮਿੱਥ ਹੈ ਇਹ ਅੱਛਾ ਮੈਂ ਨਹੀਂ ਇਸ ਚੀਜ਼ ਨੂੰ ਮੰਨਦਾ ਠੀਕ ਹੈ ਕੁਝ ਮੁੱਦੇ ਜਿਹੜੇ ਤੁਸੀਂ ਕਹੇ ਆ ਉਹ ਸ਼ਾਇਦ ਸਦਨ ਦੀ ਗਰਮਾਹ ਦੇ ਅਨਸਾਰ ਨਹੀਂ ਸੀਗੇ ਜਿਸ ਤਰ੍ਹਾਂ ਕੋਈ ਜਿਹੜੀ ਤੁਸੀਂ ਉਹ ਕਿਹੜੀ ਕਮਰੇ ਵਾਲੀ ਪੰਜਾਬ ਭਵਨ ਦੀ ਗੱਲ ਕੀਤੀ ਹੈ ਉਹਦੇ ਵਾਸਤੇ ਇੱਕ ਪ੍ਰਿਵੀਲੇਜ ਕਮੇਟੀ ਬਣੀ ਹੋਈ ਹੈ ਇਹ ਮਾਮਲਾ ਉਹਦੇ ਵਿੱਚ ਉੱਠ ਸਕਦਾ ਸੀਗਾ ਕੋਈ ਐਡੀ ਵੱਡੀ ਗੱਲ ਇਹ ਹੈ ਨਹੀਂ ਸੀ ਸਰ ਤੁਹਾਡੇ ਨਿਰਮਲ ਸਿੰਘ ਸੁਤਰਾਣਾ ਦਾ ਵ代ਕਾ ਸੁਣ ਲਓ ਸਰ ਉਹਨਾਂ ਦੇ ਵਿੱਚ ਸੁਣ ਲਓ ਉਹ ਬਜ਼ੁਰਗ ਵ代ਕਾ ਕਹਿੰਦਾ ਮੈਂ ਬਜ਼ੁਰਗ ਹਾਂ ਉੱਥੇ ਮੈਂ ਕੀ ਕਰਨ ਗਿਆ ਸੀ ਅਫਸਰ ਉਹਨਾਂ ਨੂੰ ਕਹਿੰਦਾ ਵੀ ਬੈਠਕ ਕੈਂਸਲ ਤੁਸੀਂ ਇੱਥੇ ਕੀ ਕਰ ਰਹੇ ਹੋ ਤੁਹਾਨੂੰ ਇੰਨੇ ਦਿਨੋਂ ਘਟਾਰੇ ਨੂੰ 17 ਵਾਰ ਫੋਨ ਕਰਨ ਤੇ ਅਧਿਕਾਰੀ ਉਹਨਾਂ ਦੇ ਫੋਨ ਚੱਕਦੇ ਪਿਆ ਇਹ ਨਿਰਮਲ ਉਹ ਨਿਰਮਲ ਸਿੰਘ ਵੀ ਸਾਹਮਣੇ ਆਗਾ ਦੇਖ ਲਓ ਨਿਰਮਲ ਸਿੰਘ ਜੀ ਮੈਂ ਉਹੀ ਗੱਲ ਕਹਿ ਰਿਹਾ ਮੈਂ ਇਹ ਨਹੀਂ ਕਹਿ ਰਿਹਾ ਕਿ ਲੇਕਿਨ ਇਹ ਮੁੱਦਾ ਪ੍ਰਿਵੀਲੇਜ ਕਮੇਟੀ ਬਣੀ ਹੋਈ ਹੈ ਵਿਧਾਨ ਸਭਾ ਦੀ ਉਹਦੇ ਅੰਦਰ ਰੱਖਿਆ ਜਾਂਦਾ ਸਰ ਇੱਕ ਕਮਰੇ ਪਿੱਛੇ ਲੜਾਈ ਲੜਨੀ ਪੈ ਰ ਇਹ ਤਾਂ ਨਹੀਂ ਕਹਾਂਗਾ ਕਿ ਵੀ ਇਹ ਬਹੁਤ ਹੀ ਇਸਤਾਰ ਹੈ ਲੇਕਿਨ ਮੈਂ ਇਹ ਮੀਡੀਆ ਨੇ ਮਾਮਲਾ ਚੱਕ ਲਿਆ ਇਹ ਐਡਾ ਵੱਡਾ ਕਿਦਾਂ ਵੱਡਾ ਐਡਾ ਵੱਡਾ ਮੁੱਦਾ ਨੇ ਚਲੋ ਠੀਕ ਹੈ ਇੱਕ ਵੇੜਾ ਇੱਕ ਵੇੜਾ ਗਰਗ ਸਾਹਿਬ ਇਹ ਕਿਤੇ ਵਿਧਾਇਕਾਂ ਦੀ ਬੁੱਧ ਗੰਗਾਲੀ ਤਾਂ ਨਹੀਂ ਕਮਰੇ ਦੇ ਈਸ਼ੂ ਚੱਕੇ ਪੈ ਗਏ ਨਹੀਂ ਨਹੀਂ ਮੈਂ ਤੁਹਾਨੂੰ ਫਿਰ ਦੱਸਣਾ ਚਾਹੁੰਦਾ ਇੱਕ ਚੀਜ਼ ਦੱਸਣਾ ਚਾਹਨਾ ਕਿ ਕੱਲ ਤੁਸੀਂ ਵਿਧਾਨ ਸਭਾ ਕਵਰ ਕਰਨ ਗਏ ਸੀ ਅਸੀਂ ਸਵੇਰੇ ਇੱਕ ਸਿੰਬੋਲਿਕ ਜਿਹੜਾ ਸੀ ਉੱਥੇ ਰੋਸ਼ ਮਾਰਚ ਕੀਤਾ ਜਨਨ ਕਿ ਰੋਸ਼ ਧਰਨਾ ਦਿੱਤਾ ਸੀ ਦੀਵਾ ਵਾਲਿਆ ਸੀ ਉਹਦਾ ਬੇਸਿਕਲੀ ਮੀਨਿੰਗ ਕੀ ਸੀ ਇਹ ਜਿਹੜੀ ਫਰਸਟ੍ਰੇਸ਼ਨ ਹੈ ਨਾ ਕਾਂਗਰਸ ਦੇ ਵਿੱਚ ਵੀ ਹੈ ਪੂਰੇ ਪੰਜਾਬ ਦੇ ਵਿੱਚ ਹੈ ਉਹ ਅਸੀਂ ਉਸ ਨੂੰ ਡਿਪਿክት ਕੀਤਾ ਸੀ ਉਸ ਦੇ ਵਿੱਚ ਇੱਕ ਨਕਸ਼ਾ ਬਣਾਇਆ ਸੀ ਜਿਸ ਦੇ ਉੱਤੇ ਇੱਕ ਬੰਨੇ ਕੈਪਟਨ ਸਾਹਿਬ ਦੀ ਫੋਟੋ ਸੀ ਦੂਜੇ ਬੰਨੇ ਸੁਖਵੀਰ ਬਾਦਲ ਦੀ ਫੋਟੋ ਸੀ ਥੱਲੇ ਅਸੀਂ ਦੀਵਾ ਵਾਲਿਆ ਸੀ ਔਰ ਦਾ ਦਾ ਯਾਨੀ ਕਿ ਦੁਖੀ ਮੈਂ ਮੈਂ ਨਾਲ ਪਾਸ ਇੱਕ ਮਿੰਟ ਸਵਾਲ ਉਹ ਅਸੀਂ ਕੀ ਕਹਿਣਾ ਚਾਹੁੰਦੇ ਇੱਕ ਮਿੰਟ ਸਵਾਲ ਸੁਣ ਲਓ ਤੁਸੀਂ ਗੱਲ ਕਰ ਰਹੇ ਹੋ ਆ ਜੀ ਮਿਸਟਰ ਖੈਰਾ ਕਹਿ ਰਿਹਾ ਮਿਸਟਰ ਖੈਰਾ ਨੂੰ ਮੈਸਕਰ ਦੇ ਵਿੱਚ ਲਿਆ ਰਿਹਾ ਕੋਈ ਤੁਹਾਡੇ ਵਿਧਾਨ ਸਭਾ ਵਿੱਚ ਉਹ ਵਿਰੋਧੀ ਧਿਰ ਦੇ ਆਗੂ ਰਹੇ ਆ ਉਹਨਾਂ ਨੇ بڑے ਮੁੱਦੇ ਚੁੱਕੇ ਆ ਸਵਾਲ ਇਹ ਹੈ ਗਰਕਸਾਹਬ ਕਿ ਉਹ ਕਹਿੰਦੇ ਆ ਕਿ ਜਦੋਂ ਤੁਸੀਂ ਸਦਨ ਦੇ ਵਿੱਚ ਮੁੱਦੇ ਨਹੀਂ ਚੱਕ ਪੰਦੇ ਤਾਂ ਬਾਹਰ ਡਰਾਮਾ ਕੀਤਾ ਜਾਂਦਾ ਤੇ ਆਮ ਆਦੀ ਪਾੜੂ ਆਮ ਆਦੀ ਪਾੜੀ ਨਹੀਂ ਹੁਣ ਕਹਿੰਦੇ ਝਾੜੂ ਵਾਲੇ ਕਹਿੰਦੇ ਆ ਝਾੜੂ ਵਾਲੇ ਤੇ ਕੱਲ ਹੀ ਉੱਥੇ ਡਰਾਮਾ ਕਰਦੇ ਪਏ ਦੇਖੋ ਪੰਜਾਬ ਦੀ ਸਿਆਸਤ ਦੇ ਵਿੱਚ ਇਸ ਟਾਈਮ ਜਿਹੜਾ ਕੋਈ ਮਾਇਨੇ ਨਹੀਂ ਰੱਖਦਾ ਇਰ ਰੈਲੇਵੈਂਟ ਹੈਗਾ ਮੁੱਦਾ ਖਹਿਰਾ ਨਹੀਂ ਹੈਗਾ ਮੁੱਦਾ ਪੰਜਾਬ ਦੇ ਮਸਲੇ ਹੈਗਾ ਮੈਂ ਉਹ ਹੀ ਤੁਹਾਨੂੰ ਦੱਸਣ ਲੱਗਾ ਅਸੀਂ ਕੀ ਉਹ ਸ਼ੋਅ ਕਰਨਾ ਚਾਹ ਰਹੇ ਸੀ ਜਦੋਂ ਦੀਵਾ ਬਾਲਿਆ ਦੀਵਾ ਪਿੰਡਾਂ ਦੇ ਵਿੱਚ ਆਪਾਂ ਕਹਿੰਦੇ ਕਿਉਂ ਬਾਲਦੇ ਆ ਜਦੋਂ ਮਤਲਬ ਕੋਈ ਕੰਗਾਲ ਹੋ ਜਾਂਦਾ ਹੈਗਾ ਠੀਕ ਹੈ ਨਾ ਉਦੋਂ ਅਸੀਂ ਉਸ ਨੂੰ ਜਿਹੜਾ ਹੈਗਾ ਉਹ ਦੀਵਾ ਬਾਲਦੇ ਹੈਗੇ ਜਦੋਂ ਦੀਵਾ ਜਦੋਂ ਦੀਵਾ ਨਿਕਲ ਜਾਂਦਾ ਅਸੀਂ ਕੀ ਕਹਿਣਾ ਚਾਹ ਰਹੇ ਸੀ ਕਿ ਪੰਜਾਬ ਦੇ ਲੋਕਾਂ ਦੀ ਬਦਕਿਸਮਤੀ ਇਹ ਰਹੀ ਪਹਿਲਾ 10 ਸਾਲ ਉਹਨਾਂ ਨੇ ਮਲਾਹ ਬਣਾਇਆ ਹੈਗਾ ਸੁਖਬੀਰ ਬਾਦਲ ਨੂੰ ਉਹਨਾਂ ਨੇ ਵੀ ਪੁਸ਼ਤਪਨਾਹੀ ਕੀਤੀ ਉਸੇ ਮਾਫੀਆ ਦੀ ਉਸ ਤੋਂ ਬਾਅਦ ਇਹਨਾਂ ਦਾ ਜਿਹੜਾ ਆਪਸ ਦੇ ਵਿੱਚ ਦੋਸਤੀ ਹੈਗੀ ਹੈ ਹੁਣ ਪਿਛਲੇ 3 ਸਾਲਾਂ ਤੋਂ ਉਹੀ ਮਾਫੀਆ ਚ ਸ਼ਰਾਬ ਮਾਫੀਆ ਚ ਟਰਾਂਸਪੋਰਟ ਮਾਫੀਆ ਚ ਰੇਤਾ ਬਜਰੀ ਮਾਫੀਆ ਕੇਵਲ ਮਾਫੀਆ ਟਰਾਂਸਪੋਰਟ ਮਾਫੀਆ ਸ਼ਰਾਬ ਮਾਫੀਆ ਇਹ ਸਾਰਿਆਂ ਦੀ ਜਿਹੜੀ ਪੁਸ਼ਤਪਨਾਹੀ ਹੈਗੀ ਹੈ ਉਹ ਕੈਪਟਨ ਸਾਹਿਬ ਕਰ ਰਹੇ ਨੇ ਅੱਜ ਪੰਜਾਬ ਜਿਹੜਾ ਉਸ ਕੰਗਾਲੀ ਦੇ ਬਹੁਤ ਆਖੜਾ ਹੋਇਆ ਜਿੱਥੇ ਪਿੱਛੇ ਮੁੜਨਾ ਬਹੁਤ ਔਖਾ ਔਖਾ ਹੈ ਨਾ ਤਾਂ ਕਹਿੰਦਾ ਕਾਂਗਰਸੀ 20 ਟੀਮ ਆਵਾਦੀ ਪਾਰਟੀ ਇਹਨਾਂ ਦੇ ਕਾਨੂੰਨ ਲੋਕਾਂ ਨੂੰ ਜਾ ਕੇ ਪੁੱਛੋ ਨਾ ਤੁਸੀਂ ਲੋਕ ਨੂੰ ਤਾਂ ਇਹ ਲੱਗਦਾ ਕਿ ਇਹਨਾਂ ਨੇ ਦਵਾਲਾ ਕੱਢ ਤਾਂ ਦੋਨਾਂ ਲੋਕ ਲੋਕਾਂ ਨੇ ਮਿਲ ਕੇ ਉਹ ਚੰਗੀ ਗੱਲ ਹੈ ਇਹਨਾਂ ਦੇ ਨੌ ਰਤਨ ਦੀ ਇਹ ਚੰਗੀ ਇੱਕ ਚੰਗੀ ਗੱਲ ਹੈ ਜਿਹੜੇ ਨੌ ਰਤਨਾਂ ਦੀ ਤੁਸੀਂ ਗੱਲ ਕਰ ਰਹੇ ਹੋ ਚੰਗੀ ਗੱਲ ਹੈ ਲੇਕਿਨ ਉਹਨਾਂ ਦੀ ਜਮੀਰ ਜਾਗੀ ਹੈ ਉਹਨਾਂ ਨੇ ਕੈਪਟਨ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ ਹੈ ਆਪੋਜੀਸ਼ਨ ਦੇ ਨਾਲ ਮਿਲ ਕੇ ਰੋਲ ਆਦਾ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਂ ਸਮਝਦਾ ਕਿ ਇਸ ਦੇ ਨਾਲ ਪੰਜਾਬ ਦੇ ਲੋਕਾਂ ਨੇ ਕਾਸ਼ਾ ਦੀ ਕਿਰਨ ਦਿਖਾਈ ਦਿੰਦੀ ਹੈ ਇੱਕ ਇੱਕ ਮੇਰੀ ਹੋਰ ਗੱਲ ਤੁਸੀਂ ਉਹਦਾ ਜਵਾਬ ਦੇ ਦਿਓ ਜਿਹੜਾ ਵੀ ਕੋਈ ਮੁੱਦਾ ਕਾਂਗਰਸ ਦਾ ਆਵਦਾ ਬੰਦਾ ਚੱਕਦਾ ਤੁਸੀਂ ਉਹਨੂੰ ਕਹਿੰਦੇ ਵੈਲਕਮ ਸਾਡੀ ਪਾਰਟੀ 'ਚ ਆ ਜਾ ਤੁਸੀਂ ਇਦਾਂ ਨਾ ਕਰੀ ਹੋਣ ਫ ਫਿਰ ਮੁੱਦੇ ਕਿਵੇਂ ਚੱਕਣਗੇ ਦੇਖੋ ਜਦੋਂ ਮੁੱਦੇ ਚੱਕ ਦੇਖੋ ਮੁੱਦੇ ਚੱਕਣ ਦੀ ਜਦੋਂ ਗੱਲ ਹੈਗੀ ਅਸੀਂ ਤਾਂ ਉਹੀ ਕਹਿੰਦੇ ਆ ਵੀ ਤੁਸੀਂ ਵੀ ਐਸੀ ਚੀਜ਼ ਤੋਂ ਤਰਾਸਦੇ ਹੋ ਪੂਰਾ ਪੰਜਾਬ ਤਰਾਸਦਾ ਆਜੋ ਮਿਲ ਕੇ ਲੜਾਈ ਲੜਦੇ ਅਸੀਂ ਤਾਂ ਬਾਰ ਬਾਰ ਕਹਿੰਦੇ ਆ ਇੱਧਰ ਸਾਰੇ ਹਰ ਪਲੇਟਫਾਰਮ ਤੋਂ ਕਹਿੰਦੇ ਤੁਹਾਡੇ ਪਲੇਟਫਾਰਮ ਤੋਂ ਵੀ ਕਹਿੰਦੇ ਆਮ ਆਦਮੀ ਪਾਰਟੀ ਸੰਤ ਨਹੀਂ ਆਉਂਦੀ ਜੇ ਦਿੱਲੀ ਚ ਐਮਐਲਏ ਘਟ ਜਾਂਦੇ ਆ ਕਾਂਗਰਸ ਤੋਂ ਲੈ ਕੇ ਸਰਕਾਰ ਬਣਾ ਲੈਂਦੇ ਐ ਐਮਪੀ ਇਲੈਕਸ਼ਨ ਦੇ ਵਿੱਚ ਕੇਜਰੀਵਾਲ ਸਾਹਿਬ ਰਾਹੁਲ ਗਾਂਧੀ ਦੇ ਘਰ ਦੇ ਢੇਡੇ ਲਾਉਂਦੇ ਆ ਕਿ ਆਪਾਂ ਮਿਲ ਕੇ ਇਲੈਕਸ਼ਨ ਲੜ ਲਈਏ ਉਰੇ ਆ ਕੇ ਚੈਨਲ ਤੇ ਕਹਿੰਦੇ ਆ ਕਿ ਅਸੀਂ ਨਹੀਂ ਜੀ ਨਹੀਂ ਅਸੀਂ ਤਾਂ ਡਾਡਾਂ ਸੋ ਮੈਂ ਕਿਤੇ ਨਾ ਕਿਤੇ ਗੱਲ ਕਹਿ ਦਿਆ ਤੁਹਾਡੇ ਐਮਐਲ ਨੂੰ ਕਿਉਂ ਨਹੀਂ ਕਹਿੰਦੇਗੇ ਕਾਂਗਰਸ ਨੇ ਕਲੇਰ ਸਾਹਿਬ ਸਵਾਲ ਇਹ ਵੀ ਤੁਹਾਡੇ ਐਮਐਲ ਨੂੰ ਕਿਉਂ ਨਹੀਂ ਕਹਿੰਦੇ ਕਾਂਗਰਸ ਨੂੰ ਕਿਉਂ ਕਹਿੰਦੇ ਇਹਨਾਂ ਨੂੰ ਪਤਾ ਕਿ ਸ਼ਰੋਮਣੀ ਅਕਾਲੀ ਦਲ ਦੇ ਜਰਨੈਲ ਉਹ ਆਪਣੀ ਜਗ੍ਹਾ ਤੇ ਅੜੇ ਨੇ ਖੜੇ ਨੇ ਉੱਥੇ ਹੀ ਰਹਿਣਗੇ ਇਹਨਾਂ ਦੇ ਨਾਲ ਨਾ ਕਦੇ ਆਉਣ ਨਾ ਕਹਿ ਕੇ ਇਹਨਾਂ ਨੇ ਆਪਣੇ ਮੂੰਹ ਦਾ ਮਾਣ ਹੀ ਗਵਾਣਾ ਆਉਣਾ ਕਿਸੇ ਨੇ ਨਹੀਂ ਸੋ ਮੈਂ ਦੂਜੀ ਗੱਲ ਇਹਨਾਂ ਨੂੰ ਇਹ ਗੱਲ ਕਹਦੇ ਆ ਕਿ ਜੋ ਵੀ ਆਮ ਆਦਮੀ ਪਾਰਟੀ ਕਰ ਰਹੀ ਹੈ ਲੋਕ ਦੇਖ ਰਹੇ ਨੇ ਔਰ ਇਹਨਾਂ ਦੀ ਸਿਆਸਤ ਲੋਕਾਂ ਨੂੰ ਖੋਕੇ ਵਿਚਾਰਦੇ ਨੇ ਅੱਜ ਦੇਖੋ ਜਿਹੜਾ ਵੋਟ ਸ਼ੇਅਰ ਮੇਰੀ ਗੱਲ ਹੋ ਰਹੀ ਹੈ ਜਿਹੜਾ ਵੋਟ ਸ਼ੇਅਰ ਕਿਸੇ ਵੇਲੇ ਵਿਧਾਨ ਸਭਾ ਦੇ ਵਿੱਚ 25 26% ਸੀ ਉਹ ਹੁਣ MP ਇਲੈਕਸ਼ਨਾਂ ਦੇ ਵਿੱਚ 8 9% ਤੇ ਆ ਗਿਆ ਸੋ ਲੋਕਾਂ ਨੇ ਕਾਰਗੁਜ਼ਾਰੀ ਦੇਖ ਲਈ ਔਰ ਜਦੋਂ 17 ਐਮਐਲਏ ਨਹੀਂ ਇਕੱਠੇ ਰਹਿ ਸਕੇ ਉਹੀ ਅਡਡ ਮੂੰਹ ਕਰਕੇ ਇੱਕ ਇੱਕ ਫਿਰਨ ਲੱਗੇ ਸੋ ਇਹ ਲੋਕਾਂ ਨੂੰ ਪਤਾ ਲੱਗ ਗਿਆ ਕਿ ਬੜੀ ਇੱਕ ਨਾਨ ਰਿਸਪਾਂਸਿਬਲ ਪਾਰਟੀ ਹੈ ਪੰਜਾਬ ਨੂੰ ਇਹਨਾਂ ਦੇ ਹੱਥ ਚ ਨਹੀਂ ਦਿੱਤਾ ਜਾ ਸਾਡੇ ਬਾਰੇ ਗੱਲ ਕਰਨ ਤੋਂ ਪਹਿਲਾਂ ਆਪਦੀ ਪੀੜੀ ਥੱਲੇ ਸੋਟਾ ਮਾਰ ਲਓ 97 ਸੀਟਾਂ ਵਾਲੀ ਐਸਐਮ 14 ਸੀਟਾਂ ਤੇ ਆ ਗਈ ਹੈ ਲੋਕਾਂ ਨੇ ਤੁਹਾਨੂੰ ਆਪੋਜੀਸ਼ਨ ਵੀ ਲੋਕਤੰਤਰ ਦਾ ਲੋਕਤੰਤਰ ਤੁਹਾਡੇ ਵੀ ਲੋਕਤੰਤਰ ਸਾਡੇ ਵੀ ਲੋਕਤੰਤਰ ਸਾਡੇ ਵੀ ਪਾਰਟੀ ਸਾਡੇ ਨਾਲ ਕੋਈ ਪੁਰਾਣੀ ਪਾਰਟੀ 100 ਸਾਲ ਪੁਰਾਣੀ ਪਾਰਟੀ ਪੈ ਗਈ ਠੀਕ ਮਿੰਟ ਜੀ ਨੇ ਪੰਜਵਾਰੀ ਸਰਕਾਰ ਬਣਾਈ ਉਹਦਾ ਤੁਹਾਡੇ ਨਾਲ ਕੀ ਮਕਸਦ ਹੈ ਇੱਕ ਮਿੰਟ ਪਲੀਜ਼ ਇੱਕ ਮਿੰਟ ਪਲੀਜ਼ ਇਹਦੀ ਪਾਰਟੀ ਦੇ ਆਪ ਦੇ ਤੁਸੀਂ ਸੁਭਾਅ ਆ ਗਏ ਠੀਕ ਆ ਸਰ ਠੀਕ ਆ ਪਾਰਟੀ ਆ ਗਏ ਪਾਰਟੀ ਕਮੈਂਟਸ ਆ ਗਏ ਤੁਹਾਡੀ ਕਮੈਂਟਸ ਆ ਗਏ ਤੁਹਾਡੇ ਇੱਕ ਮਿੰਟ ਤੁਸੀਂ ਉਹਨਾਂ ਨੂੰ ਸੁਭਾਅ ਦਿਓ ਇੱਕ ਮਿੰਟ ਤੁਸੀਂ ਇੱਕ ਮਿੰਟ ਪਲੇਅਰ ਸਾਹਿਬ ਗਰਗ ਸਾਹਿਬ ਇੱਕ ਮਿੰਟ ਨਹੀਂ ਕਰਦਾ ਗਰਗ ਸਾਹਿਬ ਪਲੇਅਰ ਸਾਹਿਬ ਇੱਕ ਵਾਰ ਪਲੀਜ਼ ਇੱਕ ਮਿੰਟ ਤੁਹਾਡੇ ਮੰਗੂ ਸਾਨੂੰ ਲੋਕਾਂ ਨਾਲ ਟੁਕੀ ਮਾਰਨੀ ਆਉਂਦੀ ਗਰਗ ਸਾਹਿਬ ਗਰਗ ਸਾਹਿਬ ਮੰਗੂ ਸਾਨੂੰ ਲੋਕਾਂ ਦੇ ਉੱਤੇ ਕੌਂਦਾਂ ਨਹੀਂ ਕਰਦਾ ਗਰਗ ਸਾਹਿਬ ਪਲੇਅਰ ਸਾਹਿਬ ਪਲੀਜ਼ ਕਰਕੇ ਸਾਡਾ ਤੁਹਾਡੇ ਨਾਲ ਕੋਈ ਮੁਕਾਬਲਾ ਨਹੀਂ ਜੱਟਪੁਰੀ ਇੱਕ ਮਿੰਟ ਪਲੀਜ਼ ਮੈਂ ਹੋ ਵੀ ਨਹੀਂ ਸਕਦਾ ਜਟਪੁਰੇ ਮੈਨੂੰ ਲੱਗਦਾ ਕਾਂਗਰਸ ਇਸ ਚੀਜ਼ ਦਾ ਫਾਇਦਾ ਉਠਾਉਂਦੀ ਹੈ ਜਿਹੜੇ ਦੋਨੋਂ ਆਪਸ ਵਿੱਚ ਲੜਦੇ ਆ ਇਸੇ ਤਰ੍ਹਾਂ ਹੀ ਪੰਜਾਬ ਵਿਧਾਨ ਸਭਾ ਦੇ ਵਿੱਚ ਵੀ ਹੋਇਆ ਚਲੋ ਇੱਕ ਛੋਟੇ ਮੈਂ ਦੇ ਕਾਂਗਰਸ ਦੇ ਐਮ ਐਲ اے ਬੋਲ ਰਹੇ ਸੀਗੇ ਹਾਂ ਤਾਂ ਸਪੀਕਰ ਉਹਨਾਂ ਨੂੰ ਕਹਿ ਰਿਹਾ ਸੀ ਬੈਠ ਜਾਓ ਰਾਜਾ ਬੜੰਗ ਨੂੰ ਰਾਜਾ ਬੜੰਗ ਜੀ ਉਧਰੋਂ ਵਿਰੋਧੀ ਧਿਰ ਦੇ ਆਮ ਆਦਮੀ ਪਾਰਟੀ ਵੱਲੋਂ ਇਸ਼ਾਰਾ ਹੁੰਦਾ ਸੀ ਨਹੀਂ ਨਹੀਂ ਜੀ ਬੋਲਣ ਦਿਓ ਬੋਲਣ ਦਿਓ ਹਾਂ ਇਸੇ ਤਰ੍ਹਾਂ ਜਿਵੇਂ ਇੱਥੇ ਹੁਣ ਵੀ ਲਾਸਟ ਡੇ ਵੀ ਹੋਇਆ ਜੋ ਸਰਭਜੀਤ ਕੋ ਮਾਨੂ ਕੋ ਨੇ ਮਾਨੂ ਕੋ ਨੇ ਰਿਕਾਰਡ ਕਰਨਾ ਨਹੀਂ ਕੋਤਾਰ ਤੋਂ ਪਦਾਰਥ ਮੰਨੋ ਰੋਕ ਰਹੇ ਸੀਗੇ ਜੇਕਰ ਕਾਂਗਰਸ ਦਾ ਕੋਈ ਲੀਡਰ ਕੋਈ ਐਮਐਲਏ ਕੋਈ ਮੰਤਰੀ ਬੋਲਦਾ ਸਾਡੀ ਫੁੱਲ ਸਪੋਰਟ ਉਹਦੇ ਨਾਲ ਹੈਗੀਏ ਜੇਕਰ ਉਹ ਕਰਪਸ਼ਨ ਦੇ ਖਿਲਾਫ ਬੋਲਦਾ ਹੈਗਾ ਚਲੋ ਮੈਂ ਛੋੜਾ ਮੈਂ ਮੈਂ ਇੱਕ ਛੋੜਾ ਹੈ ਬ੍ਰੇਕ ਲੈ ਲਵਾਂਗੇ ਮਾਰਗੇ ਚੈਨਲ ਤੇ ਮੰਨ ਗਏ ਹਾਂ ਹਾਂ ਅਸੀਂ ਕਹਿ ਰਹੇ ਹਾਂ ਤੁਸੀਂ ਬੋਲੋ ਕਿ ਉਹਦੇ ਖਲਾਫ ਜੀ ਤੁਹਾਡੇ ਨਾਲ ਜਿਵਾਂਗੇ ਸ਼ਰਤ ਹੈ ਕਿ ਤੁਸੀਂ ਦੁੱਧ ਉਤਿਓ ਚਲੋ ਚਲੋ ਮੈਂ ਵਾ ਵਾ ਕਰਪਸ਼ਨ ਤੇ ਮਾਫੀ ਹੈ ਤੁਸੀਂ ਮਾਫੀ ਤਾਂ ਤੁਸੀਂ ਚਲਾਏ ਉਸੇ ਮਾਫੀ ਇੱਕ ਮਿੰਟ ਪਲੀਜ਼ ਇੱਕ ਛੋਟਾ ਬ੍ਰੇਕ ਲੈ ਲਈਏ। ਬ੍ਰੇਕ ਤੋਂ ਬਾਅਦ ਫਿਰ ਵਾਪਸ ਆ ਰਹੇ ਹਾਂ। ਤੁਹਾਨੂੰ ਸਾਡੀ ਟੀਮ ਨੇ ਵਾਅਦਾ ਕੀਤਾ ਸੀ ਸਦਮਤ ਜਿਹੜੀ ਕਾਰਵਾਈ ਹੁੰਦੀ ਆਉਂਦੀ ਹੈ ਅਸਲੀ ਤਸਵੀਰ ਤੁਹਾਨੂੰ ਇਸ ਪੈਨਲ ਦੇ ਵਿੱਚ ਦਿਖਾਵਾਂਗੇ। ਅਸੀਂ ਉਹ ਦਿਖਾ ਰਹੇ ਹਾਂ। ਬ੍ਰੇਕ ਤੋਂ ਬਾਅਦ ਫਿਰ ਵਾਪਸ ਆਵਾਂਗੇ। ਆਪਣੇ ਕੈਪਟਨ ਦੇ ਵੈਰੀ ਕਿਉਂ? ਸਵਾਲ ਇਹ ਉਸ ਕਰਕੇ ਪੁੱਛਿਆ ਜਾ ਰਿਹਾ ਕਿ ਕੈਪਟਨ ਦੇ ਜਿਹੜੇ ਵਧਾਇਕ ਹੈ ਉਹ ਸਵਾਲ ਕੈਪਟਨ ਮਰਿੰਦਰ ਸਿੰਘ ਤੇ ਚੱਕ ਰਿਹਾ ਸਰਕਾਰ ਤੇ ਚੱਕ ਰਿਹਾ 3 ਸਾਲ ਦੇ ਕਾਰਜਕਾਲ ਤੋਂ ਬਾਅਦ ਕਿ ਕੈਪਟਨ ਮਰਿੰਦਰ ਸਿੰਘ ਇਹ ਡਿਬੇਟ ਦੇਖ ਕੇ ਆਪਦਾ ਕੁਝ ਮੂਡ ਬਦਲਣਗੇ ਜਾਂ ਆਪਦੇ ਰਾਹ ਤੇ ਕੈਪਟਨ ਸਰਕਾਰ ਦੇ 3 ਸਾਲ ਦੇ ਕਾਰਜਕਾਲ ਤੇ ਆਪਣਿਆਂ ਦਾ ਘਾਟੋ ਕਲੇਸ਼ ਕਿਉਂ ਬ੍ਰੇਕ ਤੋਂ ਬਾਅਦ ਅਸੀਂ ਵਾਪਸ ਆਏ ਆ ਆਖਰੀ ਹਿੱਸੇ ਵਿੱਚ ਆ ਅ ਮੈਂ ਦਰਸ਼ਕਾਂ ਨੂੰ ਵਾਰ-ਵਾਰ ਇਹ ਤਕੀਦ ਕਰ ਰਿਹਾ ਕਿ ਗ੍ਰਾਫਿਕਲੀ ਜਿਹੜੀ ਇਨਪੁਟ ਚੱਲ ਰਹੀ ਹੈ ਤੁਸੀਂ ਉਹਨੂੰ ਜ਼ਰੂਰ ਪੜਦੇ ਜਾਓ ਕਿਉਂਕਿ ਉਹਦੇ ਵਿੱਚ ਸਾਰਾ ਕੁਝ ਹੈ ਸਦਨ ਵਿੱਚ ਹੋਇਆ ਕੀ ਸੀਗਾ ਡਿਟੇਲ ਵਿੱਚ ਮੈਂ ਸਾਰਾ ਕੁਝ ਦੱਸੂਗਾ ਤੇ ਸ਼ਾਇਦ ਮਲਾਦਾ ਅਸੀਂ ਉਹ ਆਰਗੂਮੈਂਟ ਨਹੀਂ ਲੈ ਸਕਾਂਗੇ ਇਹਨਾਂ ਦੇ ਅ ਨੀਲਗਰ ਸਾਹਿਬ ਜੀ ਤੁਹਾਨੂੰ ਲੱਗਦਾ ਕਿ ਨਿਰਜੋਸਨ ਸਿੱਧੂ ਦੀ ਕੋਈ ਟੀਮ ਹੈ ਨਿਰਜੋਸਨ ਸਿੱਧੂ ਦਾ ਰੋਲ ਪਲੇ ਕਰਦੀ ਪਈ ਹੈ ਸਦਨ ਦੇ ਵਿੱਚ ਦੇਖ ਸਾਨੂੰ ਇਹ ਨਹੀਂ ਪਤਾ ਹੈਗਾ ਕਿ ਨਰੋਜ ਨਵਜੋਤ ਸਿੰਘ ਸਿੱਧੂ ਦੀ ਕੋਈ ਟੀਮ ਹੈਗੀ ਹੈ ਜਾਂ ਰੋਲ ਪਲੇ ਕਰਦੀ ਪਰ ਸਾਨੂੰ ਇਹ ਪਤਾ ਹੈਗਾ ਕਿ ਸਦਨ ਦੇ ਵਿੱਚ ਜਿਹੜੇ ਉਹ ਮੁੱਦੇ ਅੱਜ ਸਤਾ ਧਿਰ ਦੇ ਆਪਣੇ ਐਮਐਲਏ ਵੱਲੋਂ ਚੁੱਕੇ ਜਾ ਰਹੇ ਨੇ ਜਿਹੜੇ ਪੰਜਾਬ ਨਾਲ ਸੰਬੰਧ ਰੱਖਦੇ ਨੇ ਅਸੀਂ ਲਗਾਤਾਰ ਉਹਨਾਂ ਨੂੰ ਚੱਕ ਰਹੇ ਹਾਂ ਚਾਹੇ ਉਹ ਮਾਫੀਆ ਦਾ ਮੁੱਦਾ ਸੀ ਟਰਾਂਸਪੋਰਟ ਦਾ ਮੁੱਦਾ ਸੀ ਸ਼ਰਾਬ ਦਾ ਮੁੱਦਾ ਸੀ ਬਿਜਲੀ ਦਾ ਮੁੱਦਾ ਸੀ ਅਸੀਂ ਲਗਾਤਾਰ ਉਸ ਨੂੰ ਚਾਹ ਰਹੇ ਤੁਸੀਂ ਦੇਖੋ ਅੱਜ ਪ੍ਰਗਟ ਸਿੰਘ ਨੇ ਬਿਲਕੁਲ ਆਖਿਆ ਕਿ ਜਿਹੜੇ ਬਿਜਲੀ ਤੇ ਸਮਝੌਤੇ ਦੀ ਗੱਲ ਹੁੰਦੀ ਹੈ ਤਾਂ ਅੱਜ ਉਹਨਾਂ ਨੇ ਵੀ ਇਹ ਮੁੱਦਾ ਚੁੱਕਿਆ ਅਸੀਂ ਲਗਾਤਾਰ ਉਸਦੇ ਉੱਤੇ ਗੱਲ ਕਰ ਰਹੇ ਹਾਂ ਅਸੀਂ ਇਸ ਦੇ ਉੱਤੇ ਵਾਈਟ ਪੇਪਰ ਵੀ ਜਾਰੀ ਕੀਤਾ ਸਾਨੂੰ ਇਹ ਪਤਾ ਪੱਕਾ ਪਤਾ ਹੈਗਾ ਕਿ ਤੁਸੀਂ ਮੈਂ ਇਹਨਾਂ ਦੇ ਇੱਕ ਵਾਈਟ ਪੇਪਰ ਦੀ ਗੱਲ ਕਰਦੇ ਹਾਂ ਇਹਨਾਂ ਦੇ ਪਹਿਲਾਂ ਪੰਜਾਬ ਭਵਨ ਦੇ ਵਿੱਚ ਜੋ ਸਾਡੇ ਕੋਲ ਇਨਫੋਰਮੇਸ਼ਨ ਹੈ ਲਗਾਤਾਰ 3 ਦਿਨ ਮੀਟਿੰਗ ਚੱਲਦੀ ਰਹੀ ਇਹਨਾਂ ਨੇ ਵਾਈਟ ਪੇਪਰ ਆਪਣਾ ਤਿਆਰ ਕਰ ਵੀ ਲਿਆ ਜੋ ਕੈਪਟਨ ਸਾਹਿਬ ਵਿਧਾਨ ਸਭਾ ਦੇ ਵਿੱਚ ਲੈ ਕੇ ਵੀ ਆਏ ਸੀ ਪਰ ਜਦੋਂ ਹੀ ਜਾਨੀ ਕਿ ਉਧਰੋਂ ਬਿਜਲੀ ਕੰਪਨੀਆਂ ਤੇ ਕੁਰਕਣੀ ਸੁਖਵੀਰ ਬਾਦਲ ਨੂੰ ਤੇ ਕੈਪਟਨ ਸਾਹਿਬ ਨੂੰ ਮਿਲੀ ਕਿ ਜੇਕਰ ਤੁਸੀਂ ਇਹ ਵਾਈਟ ਪੇਪਰ ਲੈ ਕੇ ਆਓਗੇ ਅਸੀਂ ਤੁਹਾਨੂੰ ਐਕਸਪੋਜ਼ ਕਰ ਦਾਂਗੇ ਇਸੇ ਕਰਕੇ ਜਿਵੇਂ ਵਾਈਟ ਪੇ ਇਸ 사ਦਨ ਵਿੱਚ ਵੀ ਕਈ ਸੀ ਗੱਲ। ਰਠੌਰ ਸਾਹਿਬ ਕੈਪਟਨ ਸਾਹਿਬ ਦਾ ਸਟਾਈਲ ਇਦਾਂ ਦਾ ਜਾਂ ਕੈਪਟਨ ਸਾਹਿਬ 2002 ਤੋਂ 2007 ਤੀ ਸਰਕਾਰ ਸੀ ਜਿਹੜੀ ਚਲਾਈ ਹੈ ਉਸ ਤੋਂ ਬਾਅਦ ਕੈਪਟਨ ਸਾਹਿਬ ਬਦਲ ਗਿਆ। ਦੇਖੋ ਪਹਿਲੀ ਗੱਲ ਤਾਂ ਮੈਂ ਥੋੜੀ ਕਿਉਂਕਿ ਵਾਰ-ਵਾਰ ਸਵਾਲੇ ਰਠੌਰ ਸਾਹਿਬ ਮੈਂ ਥੋੜਾ ਜਿਹਾ ਸਵਾਲ ਵੱਧ ਹੁੜਾ ਰਹਿ ਗਿਆ ਸੀ ਮੇਰਾ। ਅਫਸਰ ਸਾਈ ਇਹੜੀ ਬਿਊਰੋਕ੍ਰੇਸੀ ਆ ਉਹ ਸਰਕਾਰ ਤੇ ਭਾਰੂ ਪੈ ਰਹੀ ਐ ਐਮ ਐਲ ਏ ਇਸ ਲਈ ਜ਼ੋਰ ਰਿਹਾ। ਮੈਂ ਤੁਹਾਨੂੰ ਬਿਲਕੁਲ ਗੱਲ ਕਰਾਂਗਾ ਇਸ ਮਾਮਲੇ ਮੈਂ ਬਿਲਕੁਲ ਸਪਸ਼ਟ ਗੱਲ ਕਰਾਂਗਾ ਨਾਲ ਇਸ ਮਾਮਲੇ। ਪਹਿਲੀ ਗੱਲ ਤਾਂ ਇਹ ਹੈ ਕਿ ਕੋਈ ਕਿਸੇ ਦੀ ਟੀਮ ਸਦਨ ਦੇ ਅੰਦਰ ਨਹੀਂ ਸੀ ਟੀਮ ਹੈਗੀ ਆ ਤਾਂ ਸੋਨੀਆ ਗਾਂਧੀ ਦੀ ਟੀਮ ਹੈ ਰਾਹੁਲ ਗਾਂਧੀ ਦੀ ਟੀਮ ਹੈ ਪ੍ਰੇਕਾ ਗਾਂਧੀ ਦੀ ਟੀਮ ਹੈ ਦਿੱਲੀ ਟੀਮ ਹੈ ਦੇਖੋ ਮੁਖੀ ਸਾਡੇ ਉਹ ਨੇ ਨਹੀਂ ਦਿੱਲੀ ਟੀਮ ਤਾਂ ਨਹੀਂ ਕਿ ਨੈਸ਼ਨਲ ਪਾਰਟੀ ਹੈ ਨੈਸ਼ਨਲ ਪਾਰਟੀ ਹੈ ਸਰ ਸਵਾਲ ਤਾਂ ਸੋਲੋ ਸਰ ਠੋਰ ਸਾ ਤੁਸੀਂ ਆ ਵੀ ਗੱਲ ਕੀਤੀ ਦਿੱਲੀ ਦੀ ਮੈਂ ਤਾਂ ਕੀਤੀ ਹੀ ਨਹੀਂ ਦਿੱਲੀ ਟੀਮ ਖੇਡਦੀ ਪਿਆ ਅੰਦਰ ਨੈਸ਼ਨਲ ਪਾਰਟੀ ਹੈ ਸਾਰੀ ਟੀਮ ਇੱਕ ਹੈ ਇੱਕੋ ਕਪਤਾਨ ਹੈ ਉਹ ਦਿੱਲੀ ਬੈਠਾ ਹੈ ਹੂੰ ਦੂਜੀ ਗੱਲ ਦੇਖੋ ਬਿਲਕੁਲ ਮੈਂ ਕੋਈ ਮਨੂ ਗਰੇਜ਼ ਨਹੀਂ ਹੈ ਕਿ ਕੈਪਟਨ ਸਾਹਿਬ ਦਾ ਕੰਮ ਕਰਨੇ ਦਾ ਤਰੀਕਾ ਥੋੜਾ ਜਿਹਾ ਅਲੱਗ ਹੈ ਹਮੇਸ਼ਾ ਪਿਛਲੀ ਸਰਕਾਰ ਦੇ ਵੇਲੇ ਵੀ ਅਫਸਰਾਂ ਨੂੰ ਥੋੜੀ ਜਿਹੜੀ ਖੁੱਲ ਹੁੰਦੀ ਸੀ ਕੰਮ ਕਰਨ ਦੀ ਉਹ ਜ਼ਿਆਦਾ ਹੁੰਦੀ ਹੈ ਪੋਲਿਟੀਕਲ ਜਿਹੜੀ ਇੰਟਰਵੈਸ਼ਨ ਹੁੰਦੀ ਹੈ ਉਹ ਘੱਟ ਹੁੰਦੀ ਹੈ ਹੋ ਸਕਦਾ ਹੈ ਸਾਨੂੰ ਇਸ ਵਾਸਤੇ ਲੱਗਦਾ ਹੋਇਆ ਕਿ ਕਿਉਂ ਜਿਹੜਾ ਅਕਾਲੀ ਦਲ ਦਾ ਸਿਸਟਮ ਸੀ ਪੁਰਾਣੇ ਸਮੇਂ ਦੇ ਅੰਦਰ 10 ਸਾਲ ਪਹਿਲਾਂ ਉੱਥੇ ਜਥੇਦਾਰਾਂ ਦੀ ਵੀ ਜਿਹੜੇ ਜ਼ਿਲ੍ਹਾ ਪ੍ਰਧਾਨ ਮਤਲਬ ਉਹਨਾਂ ਦੀ ਪੂਰੀ ਇੰਟਰਵੈਸ਼ਨ ਮਤਲਬ ਇਹ ਕਹਿੰਦੇ ਹੁੰਦੇ ਸੀਗੇ ਜਿਹੜੇ ਥਾਣੇ ਆ ਅਕਾਲੀਆਂ ਦੇ ਥਾਣੇ ਅੱਛਾ ਜੀ ਮੈਨੂੰ ਅਕਸਲ ਤਾਂ ਹੋਰ ਪੁੱਛਵਾ ਦੋ ਤੁਸੀਂ ਕਹਿੰਦੇ ਹੋ ਦਿੱਲੀ ਦੀ ਟੀਮ ਮੈਨੂੰ ਮੈਂ ਤੁਹਾਡੇ ਮੁਤਾਬਿਕ ਪੁੱਛ ਰਿਹਾ ਮੈਂ ਆਜੂ ਦਾਉ ਨਹੀਂ ਪੁੱਛ ਰਿਹਾ ਕਿ ਦਿੱਲੀ ਟੀਮ ਵੀ ਕੈਪਟਨ ਸਾਹਿਬ ਦੇ ਸਟਾਈਲ ਤੋਂ ਤੰਗ ਹੈ ਸਰ ਦਿੱਲੀ ਦੀ ਟੀਮ ਨਹੀਂ ਮੈਂ ਕਿਹਾ ਤੁਸੀਂ ਮੇਰਾ ਜੋ ਮੈਂ ਕਿਹਾ ਉਸ ਚੀਜ਼ ਨੂੰ ਤੁਸੀਂ ਤੋੜੋ ਮਰੋੜੋ ਨਾ ਮੈਂ ਇਹ ਕਿਹਾ ਪੂਰੀ ਕਾਂਗਰਸ ਪਾਰਟੀ ਜਿਹੜੀ ਸਦਨ ਦੇ ਅੰਦਰ ਹੈਗੀ ਹੈ ਇਨ ਇਹ ਇੱਕੋ ਟੀਮ ਹੈ ਉਹ ਆਲ ਇੰਡੀਆ ਕਰ ਮੈਂ ਇਹਨੂੰ ਸੁਧਾਰਨ ਕਰ ਦਿੰਦਾ ਦਿੱਲੀ ਤੰਗ ਤਾਂ ਨਹੀਂ ਕਮੇਟ ਸਾਹਿਬ ਤੋਂ ਨਹੀਂ ਨਹੀਂ ਅੱਛਾ ਕੋਈ ਫੰਕਸ਼ਨਿੰਗ ਚ ਤੰਗ ਨਹੀਂ ਹੈ ਲੋਕਾਂ ਨੇ ਜਵਾਬ ਦੇਣਾ 2 ਸਾਲ ਪਏ ਆ ਰਿਪੋਰਟ ਕਾਰਡ ਆਊਗਾ ਪਤਾ ਲੱਗ ਜਾਊ ਜਟਪੁਰ ਜੀ ਇੱਕ ਬੜਾ ਸੰਖੇਪ ਵਿੱਚ ਮੈਂ ਜਵਾਬ ਦਿਓ ਸ਼ਮਸ਼ੀਰ ਸਿੰਘ ਦੁੱਲੋ ਤੇ ਪ੍ਰਤਾਪ ਸਿੰਘ ਬਾਜਵਾ ਜਿਹੜੇ ਸਵਾਲ ਚੁੱਕਦੇ ਪਿਆ ਉਹ ਕੋ ਚੁੱਕਦੇ ਸ਼ਮਸ਼ੀਰ ਸਿੰਘ ਦੁੱਲੋ ਪਹਿਲਾਂ ਪ੍ਰਧਾਨ ਰਹੇ ਚੁੱਕੇ ਆ ਪੰਜਾਬ ਕਾਂਗਰਸ ਦੇ ਤੁਹਾਨੂੰ ਪਤਾ ਉਦੋਂ ਵੀ ਥੋੜਾ ਵਖਰੇਵਾ ਸੀ ਵੈਸੇ ਉਹ ਉਸ ਦੌਰ ਦੀ ਮੈਂ ਗੱਲ ਕਰਾਂ ਤਾਂ ਤੇ ਪ੍ਰਤਾਪ ਸਿੰਘ ਬਾਜਵਾ ਤੇ ਕੈਪਟਨ ਰਵੀ ਸਿੰਘ ਤੇ ਵਿਚਾਲੇ ਤਾਂ ਮੁੱਖ ਮੰਤਰੀ ਦੀ ਚੇਅਰ ਦਾ ਰੋਲਾ ਹੈਗਾ ਸਾਰਾ ਜੀ ਜੀ ਉਹਨਾਂ ਦੇ ਸਵਾਲਾਂ ਨੂੰ ਐਵੇਂ ਦੇਣੀ ਚਾਹੀਦੀ ਕਿ ਨਹੀਂ ਦੇਣੀ ਚਾਹੀਦੀ ਕਿਉਂਕਿ ਨੌਰਤਨ ਅਸੀਂ ਤੁਹਾਨੂੰ ਦਿਖਾ ਰਿਹਾ ਦੋ ਇਹ ਹੈ ਕੈਪਟਨ ਖਲਾਪੂਰੀ 11 ਖੜੀ ਹੈ ਜੇ ਮੈਂ ক্রিকেট ਦੀ ਭਾਸ਼ਾ ਵਿੱਚ ਸਮਝਾਂ ਤਾਂ ਦੇਖੋ ਜੀ ਦੋਨੇ ਹੀ ਸੈਂਟਰ ਦੇ ਵਿੱਚ ਉਹ ਕਰ ਚੁੱਕੇ ਆ ਮੌਜੂਦਾ ਰਾਜ ਸਭਾ ਮੈਂਬਰ ਨੇ ਸੰਸ਼ੀਰ ਸਿੰਘ ਦੂਲੋਂ ਭਾਵੇਂ ਕਿ ਉਹਨਾਂ ਦਾ ਬੇਟਾ ਜਿਹੜਾ ਹੈਗਾ ਤੇ ਉਹਨਾਂ ਦੀ ਵਾਈਫ ਆਮ ਆਦਮੀ ਪਾਰਟੀ ਦੇ ਵਿੱਚ ਉਹ ਸ਼ਾਮਲ ਵੀ ਹੋਗੇ ਸੀ ਪਰ ਕਰਨਿਆ ਵੀ ਕਿਤੇ ਨਾ ਕਿਤੇ ਜਿਹੜੀ ਹੈਗੀ ਆ ਅੰਦਰੂਨੀ ਇਹ ਤਾਂ ਪਹਿਲੇ ਉਹ ਤਾਂ ਪਹਿਲਿਆਂ ਚੋ ਅਜੇ ਹੁਣ ਫੁੱਟ ਚੱਲ ਰਹੀ ਆ ਹੁਣ ਫੁੱਟ ਜਿਹੜੀ ਤਾਜ਼ਾ ਵਾ ਤਾਜ਼ਾ ਆਪਾਂ ਜਿਹੜਾ ਉਹ ਦਿੱਤਾ ਹੋਇਆ ਹੈਡਿੰਗ ਵੀ ਵੀ ਆਪਣੇ ਹੀ ਵੈਰੀ ਕਿਉਂ ਕਹਾਣੀ ਅਸਲ ਦੇ ਵਿੱਚ ਜਿਹੜੀ ਹੈਗੀ ਆ ਭਾਵੇਂ ਬਰਗਾੜੀ ਮਾਮਲਿਆਂ ਦੀ ਹੋਵੇ ਚਾਹੇ ਨਸ਼ਿਆਂ ਨੂੰ ਖਤਮ ਕਰਨ ਦੇ ਮਾਮਲੇ ਦੀ ਹੋਵੇ ਤੇ ਪਰ ਅਸਲ ਦੇ ਵਿੱਚ ਜਿਹੜਾ ਹੈਗਾ ਹੇਟਲੇ ਪਦਰਤੇ ਜਿਵੇਂ ਹੁਣ ਆਪਣੇ ਉਦਯੋਗ ਕਹਿ ਗਏ ਆ ਵੀ ਹੇਟਲੇ ਪੱਧਰ ਤੇ ਅਸਲ ਇੱਕ ਗੱਲ ਹੈ ਵੀ ਜਿਵੇਂ ਇਹਨਾਂ ਦਾ ਇੰਟਰਫੀਅਰ ਸੀ ਅਕਾਲੀ ਦਲ ਦੀ ਸਰਕਾਰ ਸਮੇਂ ਲੋਕਲ ਐਮਐਲਏ ਦਾ ਤੇ ਲੋਕਲ ਐਮਐਲਏ ਦੇ ਕਹਿਣ ਤੇ ਐਸਐਚਓ ਜਾਂ ਡੀਐਸਪੀ ਲੱਗਦਾ ਸੀਗਾ ਉਸੇ ਤਰ੍ਹਾਂ ਇਸ ਸਰਕਾਰ ਦੇ ਆਉਣ ਤੇ ਬੜੀਆਂ ਢੀਕਾਂ ਸੀ 10 ਸਾਲ ਇਹਨਾਂ ਨੇ ਵੇਟ ਕੀਤੀ ਕਾਂਗਰਸੀਆਂ ਨੇ ਵੀ ਸਾਡੀ ਸਰਕਾਰ ਆਊਗੀ ਅਸੀਂ ਵੀ ਕਰਾਂਗੇ ਅਸੀਂ ਵੀ ਰੇਤੇ ਤੇ ਐਦਾਂ ਹੀ ਕਰ ਲਾਂਗੇ ਜਿਵੇਂ ਪਹਿਲਾਂ ਚੱਲ ਰਿਹਾ ਰੇਤ ਰੇਤ ਮਾਫੀਏ ਦਾ ਤੇ ਅਸੀਂ ਹੀ ਪੂਰੀ ਇਹਨਾਂ ਮਨਮਰਜ਼ੀਆਂ ਕਰਾਂਗੇ ਪਰ ਉਹ ਗੱਲ ਨਹੀਂ ਬਣੀ ਪਰ ਕੈਪਟਨ ਰੇਤ mafia ਖਤਮ ਹੋ ਗਿਆ ਨਹੀਂ 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 ਮੈਂ ਦੱਸ ਰਿਹਾ ਮਨੋਪਲੀਆ ਜਿਹੜੀਆਂ ਮਨੋਪਲੀਆ ਉਹੀ ਐ ਜਿਵੇਂ ਜੇ ਤੁਸੀਂ ਜਟਪੁਰ ਜੀ ਮੈਨੂੰ ਥੋੜਾ ਕਲੀਅਰ ਦਿਓ ਜਿਵੇਂ ਪਹਿਲਾਂ ਰੇਤ mafia ਚੱਲਦਾ ਪਿਆ ਸੀਗਾ ਉਹਦੇ ਵਿੱਚ ਬਦਲਾਅ ਕੁਝ ਨਹੀਂ ਹੋਇਆ ਜੀ ਇਹ ਕਹਿਣਾ ਚਾ ਰਹੇ ਨਹੀਂ 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 ਕੋਈ ਬਦਲਾਅ ਨਹੀਂ ਹੋਇਆ ਭਾ ਮੁੱਖ ਮੰਤਰੀ ਦੀ ਰਿਹੈਸ ਤੋਂ 15 ਕਿਲੋਮੀਟਰ ਦੀ ਖੱਡ ਜਿਹੜੀ ਹੈਗੀ ਐ ਸਰੇ ਆਮ ਚੱਲ ਰਹੀ ਐ ਠੀਕ ਆ ਜੀ ਜਿੱਥੇ ਮਾਈਨਿੰਗ ਦੀਆਂ ਮਾਈਨਿੰਗ ਦਾ ਕਿਉਂਕਿ ਪੌਕਲੈਂਡ ਮਸ਼ੀਨ ਰੂਲ ਦੇ ਵਿੱਚ ਹੈ ਹੀ ਨਹੀਂ ਤੇ ਉਹ ਪੌਕਲੈਂਡਾਂ ਚੱਲ ਰਹੀਆਂ ਨੇ ਜਿੰਦੀ ਇਹ ਸਰੇ ਆਮ ਨਿਰੰਤਰ ਜਾਰੀ ਆ ਪਰ ਆਪਾਂ ਜਿਹੜੀ ਗੱਲ ਕਰਦੇ ਆ ਆਪਣੇ ਹੀ ਵੈਰੀ ਕਿਉਂ ਉੱਥੇ ਉਹਨਾਂ ਦੇ ਜਿਹੜੇ ਉਹਨਾਂ ਦੇ ਜਿਹੜਾ ਸੁਪਨਾ ਸੀ ਵੀ ਅਸੀਂ ਸਾਡੀ ਸਰਕਾਰ ਉਹਨਾਂ ਤੇ ਆ ਕਰਾਂਗੇ ਪਰ ਉੱਥੇ ਉਹਨਾਂ ਦੀ ਐਸ ਐਚਓ ਜਿਹੜੇ ਹੈਗੇ ਐਸ ਐਸਪੀ ਆਪਦੇ ਪੱਧਰ ਤੇ ਲਾਉਂਦਾ ਤੇ ਮਾੜਾ ਮਾੜ 19 21 ਸੁਣਵਾਈ ਹੁੰਦੀ ਆ ਕਾਂਗਰਸੀ ਵਿਧਾਇਕਾਂ ਦੀ ਨਾ ਤਹਿਸੀਲਦਾਰਾਂ ਨਾ ਐਰਜੀਐਮ ਬਹੁਤ ਸਾਰੇ ਦਾ ਅਤਰਾਜ ਵੀ ਆ ਇਹ ਠੀਕ ਹੈ ਕਲੀਅਰ ਸਰ ਤਨ ਲਦ ਕਿ ਕਾਂਗਰਸੀ ਵਿਧਾਇਕਾਂ ਦੇ ਜਾਂ ਕਾਂਗਰਸੀਆਂ ਦੇ ਸੁਪਨੇ ਪੂਰੇ ਨਹੀਂ ਹੋ ਰਹੇ ਇਸ ਕਰਕੇ ਸਾਰਾ ਮੁੱਦਾ ਖੜਾ ਹੋਇਆ ਨਹੀਂ ਮੈਂ ਤਾਂ ਕਹਿੰਦਾ ਕਿ ਜਿੰਨੇ ਸੁਪਨੇ ਇਹਨਾਂ ਦੇ ਪੂਰੇ ਹੋ ਰਹੇ ਨੇ ਜਿੰਨੀ ਕਰਪਸ਼ਨ ਕਾਂਗਰਸ ਦੇ ਵਿਧਾਇਕ ਕਰ ਰਹੇ ਨੇ ਜਿੰਨੀ ਲੁੱਟਕਸੁੱਟ ਇਹਨਾਂ ਨੇ ਬਚਾਈ ਹੋਈ ਆ ਆਪਦੇ ਹਲਕਿਆਂ ਦੇ ਵਿੱਚ ਔਰ ਮਾਈਨਿੰਗ ਦੀ ਜਿੱਦਾਂ ਜਟਪੂਰੀ ਸਾਹਿਬ ਨੇ ਜ਼ਿਕਰ ਕੀਤਾ ਮਾਈਨਿੰਗ ਸ਼ਰੇਆਮ ਚੱਲ ਰਹੀ ਔਰ ਕਾਂਗਰਸ ਦੇ ਐਮਐਲਏ ਆਪ ਮਾਈਨਿੰਗ ਕਰਵਾ ਰਹੇ ਨੇ ਸੋ ਕਿਤੇ ਨਾ ਕਿਤੇ ਇਹਨਾਂ ਤੋਂ ਛੋਟੇ ਛੋਟੇ ਕਾਂਗਰਸ ਦੇ ਵਿੱਚ ਇੱਕ ਇੱਕ ਮੁੱਦੇ ਛੋਟੇ ਛੋਟੇ ਥੋੜੇ ਪੈਸੇ ਪੈਸੇ ਵੱਲ ਥੋੜੇ ਐਮਐਲਏ ਤੰਗ ਨਹੀਂ ਥੋੜੇ ਥੋੜੇ ਕਲੀਅਰ ਕਰ ਦਿਓ ਸਰ ਕਲੀਅਰ ਸਾਹਿਬ ਸਿਆਸੀ ਨੈਕਸਸ ਤਾਂ ਨਹੀਂ ਹੈਗਾ ਮਾਈਨਿੰਗ ਮਾਫੀਆ ਦੇ ਵਿਚਾਲੇ ਉਹ ਬਿਲਕੁਲ ਹੈ ਜੀ ਮੈਂ ਦੱਸ ਨਹੀਂ ਇੱਕ பசੜਾ ਦੋ பசੜਾ ਇੱਕ பசੜਾ ਦੋ பசੜਾ ਮੈਂ ਤੁਹਾਨੂੰ ਕਲੀਅਰ ਕਰ ਦਿੰਦਾ ਜੀ ਅਗਰ ਤੁਸੀਂ ਇਹ ਗੱਲ ਕਹੋਗੇ ਕਿ ਐਮਐਲਏ ਪੈਸੇ ਪੱਖੋਂ ਸੰਤੁਸ਼ਟ ਨਹੀਂ ਹੈਗੇ ਜਾਂ ਮਾਈਨਿੰਗ ਨਹੀਂ ਕਰਨ ਨੂੰ ਮਿਲ ਰਹੀ ਇਹ ਉਹ ਗੱਲ ਨਹੀਂ ਗੱਲ ਇਹ ਹੈਗੀ ਕਿ ਸਰਕਾਰ ਨੇ ਵਾਦੇ ਲੰਬੇ ਕਰਤੇ ਉਹ ਵਾਦੇ ਪੂਰੇ ਨਹੀਂ ਹੋ ਰਹੇ ਲੋਕਾਂ ਦਾ ਕਰਜ਼ਾ ਮਾਫ ਕਰਨਾ ਸੀ ਸੋਸ਼ਲ ਵੈਲਫੇਅਰ ਸਕੀਮਾਂ ਦੇਣੀਆਂ ਸੀ ਬੁਢਾਪਾ ਪੈਨਸ਼ਨ ਦੇਣੀ ਸੀ ਮੁਲਾਜ਼ਮਾਂ ਤਨਖਾਹਾਂ ਦੇਣੀਆਂ ਸੀ ਉਹ ਲੋਕ ਇਹਨਾਂ ਨੂੰ ਘੇਰਦੇ ਨੇ ਉਸ ਚੀਜ਼ ਤੋਂ ਪਰੇਸ਼ਾਨ ਹੋ ਕੇ ਹੁਣ ਐਮਐਲਏ ਆਪਣੇ ਮੁੱਖ ਮੰਤਰੀ ਤੇ ਸਵਾਲ ਚੱਕ ਕੇ ਆਪਣੀ ਸਰਕਾਰ ਤੇ ਸਵਾਲ ਚਾਕੇ ਸ਼ੋਅ ਕਰਨਾ ਚਾਹੁੰਦੇ ਆ ਕਿ ਜੀ ਅਸੀਂ ਤਾਂ ਪੂਰੀ ਕੋਸ਼ਿਸ਼ ਕਰ ਰਹੇ ਆ ਸਰਕਾਰ ਨਿਕੰਮੀ ਐ ਮੈਂ ਪਾਕ ਸਾਹਿਬ ਜਿਵੇਂ ਮੈਂ ਪਹਿਲਾਂ ਕਿਹਾ ਸੋ ਡੁੱਬਦੇ ਜਹਾਜ਼ 'ਚੋਂ ਛਾਲਾ ਮਾਰਨ ਦੀ ਪ੍ਰਕਿਰਿਆ ਚੱਲ ਰਹੀ ਹੈ ਤੁਹਾਡੇ ਵੱਲ ਕੋਈ ਆ ਰਿਹਾ ਬੰਦਾ ਕਾਂਗਰਸ 'ਚੋਂ ਨਾ ਸਾਨੂੰ ਕਾਂਗਰਸ ਦੇ ਕਿਸੇ ਬੰਦੇ ਦੀ ਲੋੜ ਐ ਸ਼੍ਰੋਮਣੀ ਅਕਾਲੀ ਦਲ ਦੇ 117 ਹਟਕਿਆਂ 'ਚ ਸ਼੍ਰੋਮਣੀ ਅਕਾਲੀ ਦਲ ਭਾਜਪਾ ਦੇ ਆਪ ਦੇ ਬੰਦੇ ਤਿਆਰ ਨੇ ਉਹ ਚੋਣਾਂ ਲੜਨਗੇ ਔਰ 2024 ਨਾਲ ਸਰਕਾਰ ਬਣਾਉਣਗੇ ਕੈਪਟਨ ਦੀ ਕਿਸ਼ਤੀ 'ਚੋਂ ਕਾਲੀ ਦਲ ਚ ਕੋ ਜਾਊਗਾ ਨਹੀਂ ਇਹ ਸਮਾਂ ਦੱਸਦਾ ਹੁੰਦਾ ਜੀ ਗਰਗ ਸਾਹਿਬ ਗਰਗ ਸਾਹਿਬ ਕੈਪ ਦੋ ਕੰਮ ਇਹ ਤਾਂ ਨਹੀਂ ਪਤਾ ਕਿ ਆਵਾਜ਼ ਦੀ ਪਾਰਟੀ ਦੇ ਵਿੱਚ ਪਹਿਲਾਂ ਬੜੇ ਦਾਅਵੇ ਕਰਦੇ ਹੋ ਸੀਗੇ ਉਤਲੀ ਲੀਡਰਸ਼ਿਪ ਦਾ ਜਾਨੀ ਕਿ ਕੰਮ ਹੈਗਾ ਮੇਰਾ ਇਹ ਕੰਮ ਨਹੀਂ ਹੈਗਾ ਕਿ ਇਥੇ ਚੈਨਲ ਦੇ ਬੈਠ ਕੇ ਇਸ ਚੀਜ਼ ਦੀ ਡਿਸਕਸ਼ਨ ਕਰਾਂ ਪਰ ਇਹ ਮੈਨੂੰ ਪੱਕਾ ਪਤਾ ਹੈਗਾ ਕਿ ਜਿਸ ਤਰੀਕੇ ਦਾ ਪੰਜਾਬ ਦੇ ਵਿੱਚ ਮਾਹੌਲ ਬਣਿਆ ਹੋਇਆ ਜਿਸ ਤਰੀਕੇ ਨਾਲ ਪੰਜਾਬ 'ਚ ਇਹ ਸਰਕਾਰ ਬੁਰੀ ਤਰ੍ਹਾਂ ਫੇਲ ਹੋਈ ਹੈ ਜਿਸ ਤਰੀਕੇ ਨਾਲ ਪਹਿਲਾਂ 10 ਸਾਲ ਅਕਾਲੀਆਂ ਨੇ ਲੁੱਟਿਆ ਹੈਗਾ ਪੰਜਾਬ ਦੇ ਲੋਕਾਂ ਨੇ ਜ਼ਰੂਰ ਤਹੀਆ ਕੀਤਾ ਹੈਗਾ ਕਿ ਤੀਜਾ ਬਦਲ ਇਸ ਵਾਰੀ ਚਾਹੀਦਾ ਹੈਗਾ ਤੀਜਾ ਬਦਲ ਆਮ ਆਦਮੀ ਪਾਰਟੀ ਸਰ ਦੋ ਸਾਲ ਪਹਿਏ ਸਰਕਾਰ ਦੇ ਦੋ ਸਾਲ ਪਏ ਹੈ ਜੀ ਬਿਲਕੁਲ ਪਏ ਹੈ ਪਰ ਹੁਣ ਜ ਦਿੱਤਾ ਜਾਵੇ ਫਿਰ ਹੋ ਜਾਊਗਾ ਦੇਖੋ ਨਹੀਂ ਇੱਕ ਮਿੰਟ ਹੁਣ ਮੈਨੂੰ ਸੀਰੀਅਸਲੀ ਬੋਲਣ ਨੂੰ 2 ਮਿੰਟ ਦੇ ਦੇਣਾ ਇੱਥੇ ਹੁਣ ਮੁੱਖ ਮੰਤਰੀ ਦੇ ਇਹਨਾਂ ਦੇ ਬਦਲਣ ਦੇ ਨਾਲ ਕੋਈ ਫਰਕ ਨਹੀਂ ਪੈਣ ਵਾਲਾ ਕੈਪਟਨ ਸਾਹਿਬ ਪਸੰਦ ਆ ਤੁਹਾਨੂੰ ਕੈਪਟਨ ਸਾਹਿਬ ਪਸੰਦ ਆ ਤੁਹਾਨੂੰ ਮਨੇ ਜ ਮੈਂ ਦਰਪਹਿਲੀ ਹਾਂ ਹਾਂ ਬੋਲੋ ਸਰ ਬੋਲੋ ਬੋਲੋ ਯਾਨੀ ਕਿ ਇਹਨਾਂ ਦੇ ਕੈਪਟਨ ਹੋਵੇ ਮੁੱਖ ਮੰਤਰੀ ਉੱਥੇ ਰਠੌਰ ਸਾਹਿਬ ਹੋਣ ਮੁੱਖ ਮੰਤਰੀ ਤੇ ਉੱਥੇ ਜਾਨੀ ਕਿ ਨਵਜੋਤ ਸਿੱਧੂ ਹੋਣ ਮੁੱਖ ਮੰਤਰੀ ਕੋਈ ਫਰਕ ਨਹੀਂ ਪੈਂਦਾ ਐਸ ਟਾਈਮ ਫਰਕ ਕੀ ਪੈਂਦਾ ਜਿਸ ਮੁਕਾਮ ਤੇ ਇਹਨਾਂ ਨੇ ਪਿਛਲੇ 15 20 ਸਾਲਾਂ ਚ ਪੰਜਾਬ ਨੂੰ ਪਹੁੰਚਾਇਆ ਉਸ ਮੁਕਾਮ ਦੇ ਵਿੱਚੋਂ ਕੱਢਣ ਵਾਸਤੇ ਜਿਹੜਾ ਹੈਗਾ ਨੀਅਤ ਅਤੇ ਨੀਤੀ ਚਾਹੀਦੀ ਹੈ ਕਰਪਸ਼ਨ ਫਰੀ ਮਾਈਂਡ ਚਾਹੀਦਾ ਹੈਗਾ ਉਸ ਦੇ ਲਈ ਅਸੀਂ ਲਗਾਤਾਰ ਆਵਾਜ਼ ਦੀ ਪਾਰਟੀ ਕੋਸ਼ਿਸ਼ ਕਰ ਰਹੀ ਹੈ ਅਸੀਂ ਵਿਧਾਨ ਸਭਾ ਦੇ ਵਿੱਚ ਪ੍ਰਾਈਵੇਟ ਮੈਂਬਰ ਬਿਲ ਲਗਾਤਾਰ ਲੈ ਕੇ ਆ ਰਹੇ ਹਾਂ ਤਾਂ ਕਿ ਉਹ ਪੰਜਾਬ ਦਾ ਖਜ਼ਾਨਾ ਕਿ ਕੰਗਾਲ ਕਰ ਦਿੱਤਾ ਹੈਗਾ ਉਸ ਚੋਂ ਕਢਾ ਕੇ 2.5 ਲੱਖ ਕਰੋੜ ਦੇ ਕਰਜ਼ੇ ਤੋਂ ਤੁਸੀਂ ਪੰਜਾਬ ਨੂੰ ਮੁਕਤੀ ਦਿਵਾ ਦੋਗੇ ਸਾਰੇ ਹੁਣ ਸਿਰਸੋ ਪੂਰੇ ਸਵਾਲ ਸੋ ਪੂਰੇ ਸਵਾਲ ਸੋ ਕਰਸਾ ਤੂੰ ਇੱਥੇ ਕਹਿ ਰਹੇ ਹੋ ਅਸਲ ਵਿੱਚ 5 ਲੱਖ ਕਰੋੜ ਦਾ ਕਰਜ਼ਾ ਤੁਸੀਂ ਅੰਕੜੇ ਕਿੱਥੋਂ ਲਿਆ ਇਹ ਅੰਕੜੇ ਜੇ ਤੁਸੀਂ ਕੋਸ਼ਿਸ਼ ਕਰੋਗੇ ਤੁਹਾਡੇ ਕੋਲ ਵੀ ਆ ਜਾਣਗੇ ਨਹੀਂ 5 ਲੱਖ ਕਰੋੜ ਦਾ ਕਰਜ਼ਾ ਕਿਥੋਂ ਆ ਗਿਆ ਸਰਕਾਰ 2.5 ਲੱਖ ਕਰੋੜ ਕਹਿ ਰਹੀ ਹੈ ਤੁਸੀਂ 5 ਲੱਖ ਸਰ ਉਹ 2.5 ਲੱਖ ਕਰੋੜ ਉਹ ਹੈਗਾ ਜਿਹੜਾ ਇਸ ਵਕਤ ਤੁਹਾਨੂੰ ਬਜਟ ਦੇ ਵਿੱਚ ਦਿਖਾਈ ਦਿੰਦਾ ਹੈ ਜਿਹੜਾ ਪਬਲਿਕ ਸੈਕਟਰ ਦੀਆਂ ਕੰਪਨੀਆਂ ਨੇ ਉਹ ਕਰਜ਼ਾ ਜਿਹੜਾ ਲੋਨ ਹੈਗਾ ਜਾਂ ਕਰਜ਼ਾ ਹੈਗਾ ਚ ਦਿਖਾਈ ਨਹੀਂ ਦਿੰਦਾ ਨੰਬਰ 1 ਨੰਬਰ 2 ਆ ਮਨਪ੍ਰੀਤ ਬਾਦਲ ਸਾਹਿਬ ਨੇ ਇੱਕ ਜਿਹੜਾ ਹੈਗਾ ਐਨੂਅਲ ਫਾਈਨੈਂਸ਼ੀਅਲ ਸਟੇਟਸ ਰਿਪੋਰਟ ਜਿਹੜੀ ਅਕੋਰਡਿੰਗ ਟੂ ਜਾਂ ਫਿਸਕਲ ਜਿਹਨ ਕੀ ਰਿਸਪੌਂਸਿਬਿਲਟੀ ਬਜਟ ਮੈਨੇਜਮੈਂਟ ਐਕਟ 2003 ਦਾ ਹੁੰਦਾ ਹੈ ਉਹਦੇ ਮੁਤਾਬਕ ਹੀ ਰ ਤਸ ਦਸਣਾ ਉਸ ਦੇ ਮੁਤਾਬਕ ਪੰਜਾਬ ਦੇ ਜੁਮੇ ਜਦੋਂ ਇਹਨਾਂ ਦੀ ਸਰਕਾਰ ਜਾਏਗੀ ਬਜਟ ਲੋਨ ਦੀ ਗੱਲ ਕਰ ਰਹੇ ਆ 3 ਲੱਖ 8000 ਕਰੋੜ ਹੋਏਗਾ ਪਲੱਸ 2 ਲੱਖ 2.5 ਲੱਖ ਕਰੋੜੇ ਉਸ ਵਕਤ ਤੱਕ ਜਾਨੀ ਕਿ 5.5 ਲੱਖ ਕਰੋੜ ਦੇ ਕਬਜਾ ਹੈ ਜਾਨੀ ਕਿ ਕਰਜ਼ੇ ਦੇ ਥੱਲੇ ਪੰਜਾਬ ਹੋਏਗਾ ਜਿਹੜਾ ਇਹਨਾਂ ਲੋਕਾਂ ਅਕਾਲੀ ਦਲ ਬਾਦਲ ਦਾ ਹੈ ਔਰ ਕੈਪਟਨ ਸਾਹਿਬ ਨੇ ਉੱਥੇ ਪਛਾਤਾ ਤੁਹਾਡੀ ਸਰਕਾਰ ਆ ਕੇ ਫਿਰ ਵੀ ਉਸ ਪੰਜਾਬ ਨੂੰ ਕਰਜ਼ੇ ਕੱਢ ਲੂਗੀ ਕੱਢ ਸਕਦੇ ਆ ਅਸੀਂ ਅੱਜ ਵੀ ਦੱਸ ਸਕਦੇ ਆ ਤੁਸੀਂ ਮੈਨੂੰ ਦਿਓ ਟਾਈਮ ਬੋਲਣ ਦਿਓ ਕਿਹਨੇ ਕੱਢ ਸਕਦੇ ਠੀਕ ਹੈ ਸਰ ਠੀਕ ਹੈ ਨਾ ਸਕਦਾ ਮੈਂ ਠੀਕ ਹੈ ਸਰ ਪਹਿਲੇ ਮੈਂ ਕਲੇਰ ਸਾਹਿਬ ਦੀ ਗੱਲ ਦਾ ਜਵਾਬ ਦਵਾਂ ਕਿ ਸੁਣਵਾਈ ਨਹੀਂ ਹੈ ਜਾਂ ਫਟਾਫਟ ਦਿਓ ਜੀ ਮੈਂ ਵਕਤ ਕੱਟਾ ਹੁਣ ਕੈਪਟਨ ਸਾਹਿਬ ਦਾ ਕੋਈ ਬਦਲ ਪੰਜਾਬ ਕਾਂਗਰਸ ਚ ਹੈ ਨਹੀਂ ਇਹ ਸਪਸ਼ਟ ਤੌਰ ਤੇ ਬਾਰ ਬਾਰ ਗੱਲ ਕਰਨਾ ਕਿ ਜੀ ਕੈਪਟਨ ਸਾਹਿਬ ਨੇ ਚੇਂਜ ਹੋਣਾ ਹੈ ਪਾਰਟੀ ਨਾ ਕਿਸੇ ਤੋਂ ਸਾਨੂੰ ਸਬਕ ਲੈਣ ਦੀ ਲੋੜ ਹੈ ਇਹ ਤਾਂ ਐਮਐਲਏ ਫਿਰ ਐਵੇਂ ਹੀ ਬੋਲਦੇ ਪਏ ਸਾਨੂੰ ਕਿਸੇ ਤੋਂ ਸਬਕ ਲੈਣ ਦੀ ਲੋੜ ਨਹੀਂ ਹੈ ਜੀ ਸਾਹਿਬ ਗਏ ਬ੍ਰਹਮਪੁਰਾ ਸਾਹਿਬ ਗਏ ਪਹਿਲੇ ਹਰ ਬੰਦਾ ਆਪ ਦੀ ਆਪ ਦੀ 14 ਬੰਦਾ ਇਹਨਾਂ ਦੇ ਨਾਲ ਤੁਹਾਡੇ ਸਾਰੇ ਐਮਐਲਏ ਨੂੰ ਕੋਈ ਫੀਡਬੈਕ ਨਹੀਂ ਕਰਦਾ ਪਿਆ ਜੀ 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 ਜ ਜਿਹੜਾ ਇਹਨਾਂ ਨੂੰ ਤੀਸਰੇ ਬਦਲ ਦੀ ਵਾਰ ਬਾਰ ਆਮ ਆਦਮੀ ਪਾਰਟੀ ਗੱਲ ਕਰਦੀ ਹੈ ਜਿਹੜਾ ਮੌਕੇ ਇਹਨਾਂ ਨੂੰ 2017 ਚ ਮਿਲਿਆ ਸ਼ਾਇਦ ਦੁਬਾਰਾ ਜ਼ਿੰਦਗੀ ਚ ਉਹ ਮੌਕਾ ਨਹੀਂ ਬਦਲਣਾ ਉਹ ਤੁਹਾਡੇ ਲੋਕਾਂ ਨੇ ਤਾਂ ਇਹ ਖਾਬ ਕਿੰਦੀ ਲਿਆ ਸੀ ਜਿਵੇਂ ਤੁਸੀਂ ਇੱਕ ਵਾਰੀ ਵੀ ਜ਼ੀਰੋ ਨਹੀਂ ਜ਼ੀਰੋ ਨਹੀਂ ਬੋਲੇ ਇਹ ਆਜ ਵੀ ਉਹੀ ਆਵਾਜ਼ ਬੋਲਣ ਇੱਕ ਮਿੰਟ ਰਿਫਰਸ਼ ਬੈਠ ਕੇ ਦੇਖੋ ਮੜਾ ਜਾ ਤੁਸੀਂ ਕੋਲਮ ਲਾ ਕੇ ਕਹਿਣੇ ਚਾਹ ਰਹੇ ਗੱਡੀ ਅੱਧਾ ਹੀ ਚੱਲੂ ਦੇਖੋ ਗੱਡੀ ਇੱਦਾਂ ਨਹੀਂ ਚੱਲੂ ਸਮਾਜਿਕ ਕੰਮ ਬਹੁਤ ਵਧੀਆ ਤਰੀਕੇ ਨਾਲ ਚੱਲ ਰਹੇ ਨੇ ਅਤੇ ਮੈਂ ਦਾਅਵੇ ਨਾਲ ਕਹਿਣਾ ਹੈ ਕਿ ਸਰਕਾਰ ਅਗਲੇ 5 ਸਾਲ ਵੀ ਪੜਾਵੇ ਦਾਅਵੇ ਤਾਂ ਤੁਸੀਂ 2017 ਜੀ ਬਹੁਤ ਕੀਤੇ ਆ ਆਏ ਆ ਤੁਹਾਡੇ ਐਮਐਲਏ ਸਵਾਲ ਪੁੱਛਦੇ ਮੈਂ ਤੁਹਾਡੇ ਐਮਐਲਏ ਸਵਾਲ ਪੁੱਛਦੇ ਤੇ ਤੁਸੀਂ ਤੁਹਾਡੇ ਤਾਂ ਹੀ ਅਸੀਂ ਸਰਕਾਰ ਨੂੰ ਲਈ ਸਰ ਤੁਹਾਡੇ ਹੁਣ ਵੀ ਸਾਡਾ ਦਾਅਵਾ ਹੈ ਸਰ ਤੁਹਾਡੀ ਸਰਕਾਰ ਇਹ ਲੋਕਾਂ ਨੇ ਫੈਸਲਾ ਕਰ ਦਿੱਤਾ ਤੁਹਾਡੇ ਐਮਐਲਏ ਅੱਜ ਸਾਡਾ ਧੰਨਵਾਦ ਕਰਨਗੇ ਸਾਡੀ ਟੀਮ ਦਾ ਧੰਨਵਾਦ ਕਰਨਗੇ ਵੀ ਕੱਲੀ ਕੱਲੀ ਚੀਜ਼ ਸਾਹਮਣੇ ਰੱਖ ਕੇ ਪ੍ਰਗਟ ਸਿੰਘ ਕਰ ਰਹੇ ਆ ਅੱਜ ਆਗੂਆਂ ਦੀ ਆਜੋ ਆਗੂਆਂ ਦੀ ਕੋਈ ਫੇਸ ਵੈਲਿਊ ਨਹੀਂ ਰਹਿ ਗਈ ਅਸੀਂ ਬੈਠ ਕੇ ਅ ਫੈਸਲਾ ਕਰਨਾ ਲੋਕਾਂ ਨੇ ਪਿਛਲੇ 3 ਸਾਲ ਚ ਕੀਤਾ ਔਰ 2022 ਲੋਕਾਂ ਨੇ ਫੇਰ ਫੈਸਲਾ ਕਰਕੇ ਦੱਸ ਦੇਣਾ ਚਲੋ ਬਹੁਤ ਧੰਨਵਾਦ ਠੋਰ ਸਾਥ ਤੁਹਾਡਾ ਥੀਲ ਕਰੋ ਤੁਹਾਡਾ ਬਹੁਤ ਧੰਨਵਾਦ ਕਲੀਅਰ ਸਾ ਤੁਹਾਡਾ ਬਹੁਤ ਧੰਨਵਾਦ ਪਰਮਿੰਦਰ ਸਿੰਘ ਜੱਟਪੁਰੀ ਤੁਹਾਡਾ ਬਹੁਤ ਧੰਨਵਾਦ ਆ ਆਪਣੇ ਨੇ ਕੇਰਿਆ ਕੈਪਟਨ ਕਿਉਂ ਕੇਰਿਆ ਆਪਣੇ ਹੀ ਕੈਪਟਨ ਦੇ ਵੈਰੀ ਕਿਉਂ ਸਵਾਲ ਬਹੁਤ ਸਾਰੇ ਪੁੱਛਣ ਲਾਜ਼ਮੀ ਹੈ ਕਿਆ ਪਰ ਉਹ ਸਵਾਲ ਜਿਹੜੇ ਉਹਨਾਂ ਦੀ ਡਿਟੇਲ ਵਿੱਚ ਜਾਣਾ ਵੀ ਜ਼ਰੂਰੀ ਹੈਗਾ ਜੇ ਸਵਾਲ ਪੰਜਾਬ ਭਵਨ ਦੇ ਕਮਰੇ ਦਾ ਆ ਰਿਹਾ ਤੇ ਉਹ ਕਮਰੇ ਦਾ ਕਿਉਂ ਨਹੀਂ ਆ ਰਿਹਾ ਜਿਹੜੇ ਕਮਰੇ ਪੰਜਾਬ ਦੇ ਨੌਜਵਾਨਾਂ ਨੂੰ ਚਾਹੀਦੇ ਆ ਜਿਹੜੇ ਕਮਰੇ ਪੰਜਾਬ ਦੇ ਪਿਵệਖ ਨੂੰ ਚਾਹੀਦੇ ਆ ਵਿਦਿਆਰਥੀਆਂ ਨੂੰ ਉਹਨਾਂ ਕਮਰਿਆਂ ਦਾ ਜ਼ਿਕਰ ਕਿਉਂ ਨਹੀਂ ਹੋ ਰਿਹਾ ਜੇ ਇਹਨਾਂ ਐਮਐਲਏ ਦੀ ਤਨਖਾਹਾਂ ਦਾ ਜ਼ਿਕਰ ਹੁੰਦਾ ਪੈਨਸ਼ਨ ਦਾ ਜ਼ਿਕਰ ਹੁੰਦਾ ਗੱਡੀਆਂ ਦਾ ਜ਼ਿਕਰ ਹੁੰਦਾ ਤੇ ਉਹਨਾਂ ਗੱਡੀਆਂ ਦਾ ਜ਼ਿਕਰ ਕਿਉਂ ਨਹੀਂ ਹੁੰਦਾ ਜਿਨ੍ਹਾਂ ਤੇ ਮਾਫੀਆ ਰਾਜ ਕਾਬਜ਼ ਹੈਗਾ ਬਹੁਤ ਸਾਰੇ ਸਵਾਲ ਇਹ ਹੁਜੇ ਹੈ ਕਿ ਜੇ ਤੁਸੀਂ ਅਸੀਂ ਘਰ ਬਣਾਉਣਾ ਰੇਤਾ ਤੁਹਾਨੂੰ ਚਾਹੀਦਾ ਉਸ ਰੇਤ ਮਾਫੀਆ ਤੇ ਸਰਕਾਰ ਕਾਰਵਾਈ ਕਿਉਂ ਨਹੀਂ ਕਰਦੀ ਸਵਾਲ ਇਹ ਵੀ ਹੈ ਕਿ ਜਿਹੜੀ ਗੱਡੀ ਤੇ ਤੁਸੀਂ ਚੜ ਕੇ ਜਾਂਦੇ ਹੋ ਜਿਹੜੀਆਂ ਬੱਸਾਂ ਤੁਸੀਂ ਚੜ੍ਹ ਕੇ ਜਾਂਦੇ ਹੋ ਜਿੱਦਾਂ ਕਿਰਾਇਆ ਔਰਤਾਂ ਦਾ ਮਾਫ ਕਰਤਾ ਤੇ ਨਿੱਜੀ ਕੰਪਨੀਆਂ ਦੇ ਹਵਾਲੇ ਨਾਲ ਨਿੱਜੀ ਬੱਸਾਂ ਦੇ ذریعے ਸਰਕਾਰੀ ਬੱਸਾਂ ਦੇ ਉੱਤੇ ਤੁਹਾਨੂੰ ਟ੍ਰੈਵਲ ਕਰਨ ਦਾ ਮੌਕਾ ਨਹੀਂ ਮਿਲਦਾ ਉਹ ਸਵਾਲ ਵੀ ਪੁੱਛਣਾ ਜ਼ਰੂਰੀ ਹੈ ਕਿ ਬੇਅਦਬੀ ਕਾਣ ਤੇ ਲਗਾਤਾਰ ਸਿਆਸਤ ਹੋ ਰਹੀ ਹੈ ਕਰਤਾਰਪੁਰ ਲੰਘਦੇਸ਼ ਅਧਾਰੂਆਂ ਦੀ ਮੈਂ ਇੱਥੇ ਗੱਲ ਨਹੀਂ ਕਰ ਸਕਿਆ ਪੁੱਛ ਕੇ ਛੋਈ ਸੁਖੀ ਰੰਦਾਵਾ ਕਹਿੰਦੇ ਆ ਕਿ ਪੁਲਿਸ ਨੂੰ ਪੁੱਛ ਕੇ ਨਹੀਂ ਕਰਨੀ ਚਾਹੀਦੀ ਤੇ ਕੈਪਟਨ ਸਾਹਿਬ ਕਹਿੰਦੇ ਜੇ ਪੁੱਛ ਕੇ ਨਾ ਕਰਦੇ ਮੈਂ ਆਦੀ ਪੁਲਿਸ ਤੇ ਕਾਰਵਾਈ ਕਰਤਾ ਬਹੁਤ سارے ਸਵਾਲ ਇਹ ਹੋ ਜੇ ਹੈ ਕਿ ਜੇਲ ਮੰਤਰੀ ਕੁਝ ਹੋਰ ਕਹਿੰਦੇ ਆ ਮਾਝਾ ਕੁਝ ਹੋਰ ਕਹਿੰਦਾ ਮਾਲਵਾ ਕੁਝ ਹੋਰ ਕਹਿੰਦਾ ਦੁਆਬਾ ਕੁਝ ਹੋਰ ਕਹਿੰਦਾ ਕਹਾਣੀ ਸਾਰੀ ਇੱਥੇ ਹੀ ਹੈ ਪ੍ਰਤਾਪ ਸਿੰਘ ਬਾਜਵਾ ਕਿਹੜੇ ਇਲਾਕੇ ਤੋਂ ਆ ਸੰਸ਼ੇਸ਼ ਸਿੰਘ ਦੋਲੋ ਕਿਹੜੇ ਇਲਾਕੇ ਤੋਂ ਆ ਸੁਖੀਰੰਦਾਵਾ ਕਿਹੜੇ ਇਲਾਕੇ ਤੋਂ ਆ ਪ੍ਰਗਟ ਸਿੰਘ ਕਿਹੜੇ ਇਲਾਕੇ ਤੋਂ ਆ ਕਿਹੜੀ ਟੀਮ ਕਿੱਥੇ ਖੇਡਦੀ ਪਿਆ ਸਵਾਲ ਬਹੁਤ ਸਾਰੇ ਆ ਪਰ ਅਸਲ ਵਿੱਚ ਪੰਜਾਬ ਅਕੇ ਬਹੁਤ ਵੱਡੇ ਮੁੱਦੇ ਆ ਪੰਜਾਬ ਕਰਚਾਈ ਹੋ ਰਿਹਾ ਇੱਥੋਂ ਨੌਜਵਾਨ ਆ ਵਿਦੇਸ਼ਾਂ ਚ ਜਾ ਰਿਹਾ ਤੇ ਸਵਾਲ ਇਸ ਸਬੰਧੀ ਪੁੱਛੇ ਲਾਜ਼ਮੀ ਆ ਜੇ ਇਹਨਾਂ ਇਹਨਾਂ ਐਮਐਲਏਸ ਨੇ ਸਵਾਲ ਚੁੱਕੇ ਹੈਗੇ ਉਹਨਾਂ ਸਵਾਲਾਂ ਦੇ ਜਵਾਬ ਲੱਭਨੇ ਲਾਜ਼ਮੀ ਹੈ ਕਿ ਪਰ ਇਹਨਾਂ ਐਮਐਲਏਸ ਦੇ ਸਵਾਲ ਨਿੱਜੀ ਮਫਾਦਾ ਲਈ ਸੀ ਜਾਂ ਪੰਜਾਬ ਲਈ ਸੀ ਇਹ ਸਵਾਲ ਤੁਹਾਡੀ ਵਿਚਾਰੀ ਵਿੱਚ ਪਿਆ ਬਹੁਤ ਧੰਨਵਾਦ